कोरोना वायरस ਤੋਂ ਅੱਜ ਦੇ ਸਮੇਂ 'ਚ ਕਿੰਨਾ ਕੁ ਡਰਨਾ ਜ਼ਰੂਰੀ ਹੈ ਜਾਂ ਕਿੰਨਾ ਕੁ احتیاط ਰੱਖਣਾ ਬਹੁਤ ਜ਼ਰੂਰੀ ਹੈ ਦੇਖੋ করোনা ভাইরাস ਦਾ ਨਾ ਜਿਹੜਾ ਉਹਨਾ ਖਤਰਾ ਨਹੀਂ ਜਿੰਨਾ ਭੈ ਪੈਦਾ ਕਰਦਾ ਪਹਿਲਾਂ ਪੰਜਾਬ ਵਿੱਚ ਕਰਫਿਊ ਸੀ ਲਾਕਡਾਊਨ ਵੀ ਰਿਹਾ ਸਭ ਕੁਝ ਰਿਹਾ ਉਸ ਤੋਂ ਬਾਅਦ ਖੋਲਿਆ ਗਿਆ ਜਦੋਂ ਜਿਵੇਂ ਹੀ ਖੁੱਲਿਆ ਥੋੜਾ ਤਾਂ ਉਸ ਦੇ ਨਾਲ ਕੇਸ ਵੀ ਲਗਾਤਾਰ ਥੋੜੇ ਹੁਣ ਵਧਣ ਅਸੀਂ ਦੇਖ ਰਿਹਾ ਕਿ ਵਧ ਰਹੇ ਨੇ ਕੀ ਅੱਗੋਂ ਹੁਣ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਰ ਤੋਂ ਲਾਕਡਾਊਨ ਹੋ ਜਾਏਗਾ ਫਿਰ ਤੋਂ ਲੋਕਾਂ ਨੂੰ ਘਰਾਂ ਦੇ ਅੰਦਰ ਬੰਦ ਹੋਣਾ ਪਏਗਾ ਤਾਂ ਕਿ ਇਸ ਉੱਪਰ ਲਗਾਮ ਲਗਾਈ ਜਾ ਸਕੇ ਕੈਪਟਨ ਸਾਹਿਬ ਨੇ ਕਿਹਾ ਤਾਂ ਮੈਂ 2 ਦਿਨ ਦਾ ਹੋਰ ਲਾਕਡਾਊਨ ਕਰਤਾ ਜੀ ਸੈਚਰਡੇ ਸੰਡੇ ਕਰਤਾ ਉਹਨੂੰ ਪੁੱਛੋ ਵੀ ਸੈਚਰਡੇ ਸੰਡੇ ਕਰੋਨਾ ਨੂੰ ਤੁਸੀਂ ਛੁੱਟੀ ਕਰਨ ਦੀ ਗੱਲ ਕਰਦੇ ਜਿਵੇਂ ਜਵਾਕਾਂ ਦੀ ਛੁੱਟੀ ਹੁੰਦੀ ਹੈ ਕਿਹਾ ਕਿ ਤੁਸੀਂ ਲਾਕਡਾਊਨ ਦੇ ਦੌਰਾਨ ਵਿਦੇਸ਼ ਵਿੱਚ ਫਸੇ ਹੋਏ ਸੀ ਤੇ ਮੈਂ ਇੱਥੇ ਜਾਣਨਾ ਚਾਹੁੰਗੀ ਕਿ ਕਿਸ ਤਰ੍ਹਾਂ ਦੀ ਤਿਆਰੀ ਤੁਸੀਂ ਉੱਥੇ ਦੇਖੀ ਜੋ ਲੱਗਿਆ ਕਿ ਸਾਡੇ ਇੱਥੇ ਵੀ ਹੋਣੀ ਚਾਹੀਦੀ ਸੀ ਕਿਉਂਕਿ ਲਾਕਡਾਊਨ ਦੇ ਦੌਰਾਨ ਸਰਕਾਰਾਂ ਕੋਲ ਬਹੁਤ ਸਮਾਂ ਸੀ ਕਿ ਅੱਗੋਂ ਦੀ ਤਿਆਰੀ ਕੀਤੀ ਜਾ ਸਕੇ ਅਮਰੀਕਾ ਦਾ ਹੈਲਥ ਸਿਸਟਮ ਸਾਡੇ ਵਰਗਾ ਤਕੜਾ ਹੈ ਨਹੀਂ ਉੱਥੇ ਸਾਰਾ ਪ੍ਰਾਈਵੇਟ ਹੈ ਸਾਡੇ ਫਿਰ ਵੀ ਸਰਕਾਰੀ ਹੈ ਕਰੋਨਾ ਇੰਨਾ ਖਤਰਨਾਕ ਨਹੀਂ ਹੈ ਸਾਡੀ ਸਰਕਾਰ ਨੇ ਭੀੜ ਤੰਤਰ ਬਣਾਉਣ ਦੀ ਕੋਸ਼ਿਸ਼ ਕਰੀਆ ਕਰੋਨਾ ਨੂੰ ਇੱਕ ਪਾਸੇ ਇਹ ਕਹਿ ਕੇ ਕਿ ਕਰੋਨਾ ਤੋਂ ਜਮੇ ਨਾ ਡਰੋ ਉਹ ਵੀ ਇਹਨਾਂ ਦੇ ਬੰਦੇ ਕਹਿ ਰਹੇ ਨੇ ਜਿਹੜੀ ਸਰਕਾਰ ਰਾਜ ਕਰਦੀ ਹੈ ਬੀਜੇਪੀ ਦੇ ਬੰਦੇ ਕਹਿ ਰਹੇ ਨੇ ਉਹਦਾ ਆਪਣਾ ਚੈਨਲ ਚੱਲ ਰਿਹਾ ਹੈ ਵੀ ਜਮੇ ਨਾ ਪ੍ਰਵਾਹ ਕਰੋ ਕਰੋਨਾ ਦੀ ਇਹ ਵੀ ਗਲਤ ਹੈ ਦੂਜੇ ਪਾਸੇ ਕਹਿੰਦਾ ਡਰ ਕੇ ਅੰਦਰ ਵੜ ਜਾਓ 750 ਕਰੋੜ ਦੀ ਵਾਧਦੀ ਹੈ ਦੁਨੀਆ ਦੀ ਅਜੇ ਤੱਕ 1 ਕਰੋੜ ਵੀ ਨਹੀਂ ਹੋਇਆ ਠੀਕ ਹੋ ਗਿਆ ਦੂਜੀ ਗੱਲ ਉਹਨਾਂ ਤੇ ਮੌਤਾਂ ਹੋ ਜਾਂਣੇ 4.5 ਲੱਖ ਦੁਨੀਆ 'ਚ ਅੱਜ ਤੱਕ ਹੁਣੀ ਉਹ ਬੈਰੋਮੀਟਰ ਕਿ ਚੱਦਾ ਹੁੰਦਾ ਮਿੰਟ ਮਿੰਟਾਂ 'ਚ ਠਾ 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 ਚੱਬਦਾ ਉਹਦਾ ਵੀ ਕਿੰਨੇ ਅੰਕੜਾ ਦੋ ਕਰੋੜ 70 ਲੱਖ ਮੌਤ ਹੋਣ ਤੱਕ ਹੋ ਚੁੱਕੀ ਦੁਨੀਆ 'ਚ ਨਾਰਮਲ ਤੇ ਉਹਦੇ 'ਚ ਸਾਢੇ 4 ਲੱਖ ਕੋਰੋਨਾ ਨਾਲ ਹੋਈਏ ਤੇ 1.5% ਹੋਈ ਸਾਰੀ ਉਹਦੇ 'ਚ ਅੱਜ ਕਿਹੜੇ ਕਾਟਕ ਵਪਾਰ ਕਿਹ ਹੈ ਜੀ ਹਿੰਦੁਸਤਾਨ 'ਚ 24000 ਮੌਤਾਂ ਰੋਜ਼ ਹੁੰਦੀਆਂ ਨੇ ਕਿ 24000 ਰੋਜ਼ ਤੇ ਸਾਢੇ 4 ਮਹੀਨਿਆਂ 'ਚ ਕਿੰਨੀ ਹੋਈ ਹੈ 10000 ਜੀ ਕਾਰਾਂ ਡਰ ਪੈਦਾ ਕਰਨ ਲੱਗ ਜਾਣ ਸਾਡੀਆਂ ਖਿੜਕਾ ਕੇ ਲੋਕਾਂ ਨੂੰ ਭੀੜ ਤੰਤਰ ਬਣਾਤਾ ਦੀਵੇ ਜਲਾ ਲੋ ਥਾੜੀਆਂ ਖੜਕਾ ਦਿਓ ਫੁੱਲ ਬਰਸਾ ਦਿਓ ਸ਼ੰਖ ਬਜਾ ਲੋ ਇਕੱਠੇ ਹੋ ਕੇ ਤੁਰਦੇ ਦੇ ਰਹੇ ਨੇ ਦੂਜੇ ਪਾਸੇ ਕਮਨਲ ਬਣਾਤਾ ਉਹ ਤਵਰੀਕੀਆਂ ਨੇ ਫੜਾਤਾ ਜੀ ਹਜੂਰ ਸਵਾਹ ਨੇ ਫੜਾਤਾ ਜੀ ਹੈ ਆ ਲੰਗਰ ਵਾਲੇ ਨੇ ਲੰਗਰ ਤੇ ਕੇਸ ਬਣਾਤਾ ਲੰਗਰ ਵਰਤੌਣ ਵਾਲੇ ਬੰਦਿਆਂ ਤੇ ਕੇਸ ਬਣਾਤਾ ਕਰੋਨਾ ਰੁਪਏ ਦੀ ਗੱਲ ਡਰਨਾ ਨਹੀਂ ਜੇ ਕਰੋਨਾ ਹੋ ਜਾਂਦਾ ਜੀ 90% ਮਰੀਜ਼ਾਂ ਨੇ ਆਪੇ ਠੀਕ ਹੋ ਜਾਣਾ ਕੋਈ ਦਵਾਈ ਨਹੀਂ ਲੈਣੀ ਕੋਈ ਹਸਪਤਲ ਜਾਂਦੀ ਲੋੜ ਨਹੀਂ ਟੈਸਟ ਹੋ ਵੀ ਜਾਣਾ ਹੋਵੇ ਇਥੋਂ ਤੱਕ ਕੇ ਨੈਸ਼ਨਲ ਇੰਟਰਨੈਸ਼ਨਲ ਗਾਈਡਲਾਈਨ ਚ ਲਿਖਿਆ ਹੈ ਵੀ ਜੇ ਤੁਹਾਡਾ ਕਰੋਨਾ ਦਾ ਟੈਸਟ ਨਹੀਂ ਹੋਇਆ ਤੁਹਾਡੇ ਸਿੰਪਟਮ ਠੀਕ ਹੋ ਗਏ ਤਾਂ ਤੁਸੀਂ ਉਹਦੋਂ ਹਫ਼ਤੇ ਬਾਅਦ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿਓ ਤਿੰਨ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਚ ਸਾਡਾ ਤਾਂ ਕਲਚਰ ਹੈ ਜੀ ਜੀ ਇੱਕ ਹੈਗਾ ਵੈਦਾ ਵੈਦ ਸੋ ਵੈਦ ਤੂੰ ਪਹਿਨਾ ਰੋਗ ਪਛਾਨ ਰੋਗ دارو ਦੋਵੇਂ ਬੁਝੇ ਤਾਂ ਤੂੰ ਵੈਦ ਸਜਾਣ ਅਸੀਂ ਨਾ ਰੋਗ ਬੁਝਿਆ ਤੇ ਨਾ دارو ਬੁਝਿਆ ਦੂਜਾ ਫਿਰ ਅਸੀਂ ਕਰਿਆ ਕੀ ਹੈ ਚਾਹੀਦਾ ਕੀ ਸੀ ਕਰਿਆ ਕੀ ਹੈ ਚਾਹੀਦਾ ਸੀ ਵੈਦਾਂ ਵੈਦ ਸਵੈ ਤੋਂ ਪਹਿਲਾ ਰੋਗ ਪਛਾਨ ਐਸਾ دارو ਡੋੜ ਲੈ ਜਿਸ ਵੰਜੇ ਰੋਗਾਂ ਕਾਣ ਇਹੋ ਜਿਹਾ دارو ਡਾਬ ਜੇ ਸਾਰੇ ਰੋਗ ਖਤਮ ਹੋਣ ਅਸੀਂ ਸੈਨੀਟਾਈਜ਼ਰੀ ਲੱਭੀ ਗਏ ਅਸੀਂ ਮਾਸਕੀ ਲੱਭੀ ਗਏ ਤਾਂ ਸਾਰੇ ਰੋਗ ਖਤਮ ਨਹੀਂ ਹੁੰਦੇ ਫੇਰ ਇੱਕ लास्ट ਗੱਲ ਸੀ ਜੋ ਕਰੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਚ ਲਿਖੀ ਹੈ ਕਹਿੰਦੇ ਵੈਦ ਬੁਲਾਇਆ ਵੈਦ ਗਈ ਪਕੜ ਟੰਡੋਲੇ ਬਾਹ ਭੋਲਾ ਵੈਦ ਨ ਜਾਣੀ ਕਰਕੇ ਕਲੇਜਾ ਮਾ ਉਹ ਬਾਹ ਦੀ ਨਬਜ ਦੇਖੀ ਜਾਂਦਾ ਉਹਨੂੰ ਪਤਾ ਹੀ ਨਹੀਂ ਬਿਮਾਰੀ ਕਿੱਥੇ ਹੈ ਸੋ ਇਹ ਕਰਕੇ ਬਿਮਾਰੀ ਨੂੰ ਥੁੜੀ ਕਰਨੀ ਹੈ ਉਹ ਤਾਂ ਹਾਤੀ ਓੜ ਪਾਸੇ ਡਾਈ ਜਾ ਰਹੇ ਸੋ ਸਾਡੇ ਸਾਰੇ ਸਿਸਟਮ ਨੇ ਸਾਡੇ ਸੱਭਿਆਚਾਰ ਦੇ ਵਿੱਚ ਜਿਹੜਾ ਸਾਨੂੰ ਐ ਤਕੀਰ ਕਰ ਦਿੱਤੀ ਸੀ ਬੈਦਗੀ ਬਾਰੇ ਤਿੰਨ ਸੜੋਕਾਂ ਦੇ ਵਿੱਚ ਹੀ ਉਹ ਤਿੰਨਾਂ ਤੇ ਧਿਆਨ ਨਹੀਂ ਦਿੱਤਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਅੱਜ ਦੇ ਅਗਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਕਰੋਨਾ ਵਾਇਰਸ ਨੂੰ ਲੈ ਕੇ ਹਰੇਕ ਇਨਸਾਨ ਕਿਤੇ ਨਾ ਕਿਤੇ ਮਾਨਸਿਕ ਤਣਾਅ ਵਿੱਚ ਜ਼ਰੂਰ ਹੈ ਹਰੇਕ ਨੂੰ ਚਿੰਤਾ ਹੈ ਕਿ ਅੱਗੋਂ ਕੀ ਹੋਏਗਾ ਆਖਿਰ ਇਸ ਜਿਸ ਤਰੀਕੇ ਨਾਲ ਕਰੋਨਾ ਵਾਇਰਸ ਦੇ ਅੰਕੜੇ ਪੋਜ਼ਿਟਿਵ ਮਰੀਜ਼ਾਂ ਦੇ ਅੰਕੜੇ ਵੱਧਦੇ ਜਾ ਰਹੇ ਨੇ ਹਰ ਕੋਈ ਚਿੰਤਾ ਵਿੱਚ ਬਹੁਤ ਜ਼ਿਆਦਾ ਹੈ ਤੇ ਉਸੇ ਦੇ ਉੱਪਰ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕਰੋਨਾ ਵਾਇ ਕਿੰਨਾ ਕੋ ਇਹ ਖਤਰਨਾਕ ਹੈ ਕਿੰਨਾ ਕੁ ਸਾਨੂੰ احتیاط ਜਾਂ ਕਿੰਨੇ ਕੋ ਸਾਡੇ ਜੋ ਦੇਸ਼ ਦੀ ਅਰਥ ਵਿਵਸਾ ਇਸੇ ਨਾਲ ਡੋਲੀਆਂ ਜਾਂ ਫਿਰ ਸਾਡੇ ਦੇਸ਼ ਦੇ ਵੱਲੋਂ ਜੋ ਸਹੀ ਇੰਤਜ਼ਾਮ ਹੋਣੇ ਚਾਹੀਦੇ ਨੇ ਕੀ ਉਹਨਾਂ ਇੰਤਜ਼ਾਮਾਂ ਨੂੰ ਲੈ ਕੇ ਆਮ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਦਾ ਹੈ ਕਿ ਨਹੀਂ ਇਹਨਾਂ ਕਈ ਗੱਲਾਂ ਉੱਪਰ ਅੱਜ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਹਾਂ ਜੀ ਡਾਕਟਰ ਪਿਆਰੇ لال ਗਰਗ ਜੀ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਮਾਹਿਰ ਸਲਾਹ ਲੈਣ ਲਈ ਤੁਹਾਡੇ ਕੋਲ ਪਹੁੰਚਿਆ ਤਾਂ ਕਿ ਸਾਡੇ ਦਰਸ਼ਕਾਂ ਦੇ ਜ਼ਰੀਏ ਦਰਸ਼ਕਾਂ ਨੂੰ ਅਸੀਂ ਤੁਹਾਡੇ ਜ਼ਰੀਏ ਇੱਕ ਸਹੀ ਸਲਾਹ ਪਹੁੰਚਾ ਸਕੀਏ ਜੀ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਜੋ ਅੱਜ ਕੱਲ ਅਸੀਂ ਦੇਖ ਰਹੇ ਹਾਂ ਮੌਜੂਦਾ ਅੰਕੜਾ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਲੋਕ ਇਸੇ ਨਾਲ ਡਰ ਰਹੇ ਨੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਨੇ ਹਾਲਾਂਕਿ ਦੂਜਾ ਪਹਿਲੂ ਇਹ ਵੀ ਹੈ ਕਿ ਕਈ ਲੋਕ ਬਹੁਤ ਜ਼ਿਆਦਾ ਨਿਕਲ ਰਹੇ ਨੇ ਕਿ ਸਰਕਾਰਾਂ ਨੂੰ ਮਜਬੂਰਨ ਕਹਿ ਰਹਾ ਪੈ ਰਿਹਾ ਕਿ ਤੁਸੀਂ ਘਰਾਂ ਵਿੱਚ ਬੈਠੋ ਹੈ احتیاط ਵਰਤੋ ਤੇ ਕਰੋਨਾ ਵਾਇਰਸ ਤੋਂ ਅੱਧੇ ਸਮੇਂ ਚ ਕਿੰਨਾ ਕੁ ਡਰਨਾ ਜ਼ਰੂਰੀ ਹੈ ਜਾਂ ਕਿੰਨਾ ਕੁ احتیاط ਰੱਖਣਾ ਬਹੁਤ ਜ਼ਰੂਰੀ ਹੈ ਦੇਖੋ ਕਰੋਨਾ ਵਾਇਰਸ ਦਾ ਨਾ ਜਿਹੜਾ ਉਹਨਾ ਖਤਰਾ ਨਹੀਂ ਜਿੰਨਾ ਭੈ ਪੈਦਾ ਕਰਦਾ ਹੈ ਜੀ ਖਤਰਾ ਹੈਗਾ ਇਹ ਨਹੀਂ ਵੀ ਖਤਰਾ ਬਿਲਕੁਲ ਹੀ ਨਹੀਂ ਕਈ ਕਹਿੰਦੇ ਨੇ ਵੀ ਕੋਈ ਖਤਰਾ ਨਹੀਂ ਹੈ ਖਤਰਾ ਹੈਗਾ ਪਰ ਉਹਨਾ ਖਤਰਾ ਨਹੀਂ ਜਿੰਨਾ ਭਾਰ ਭਏ ਡਰ ਬਹਿਮ ਤੇ ਸਹਿਮ ਪੈਦਾ ਕਰਤਾ ਸਮਾਜ ਚ ਤੇ ਉਹਦੇ ਵਿੱਚ ਵੱਡਾ ਸਹਿਮ ਪੈਦਾ ਕਰਨ ਦਾ ਕਾਰਨ ਇਹ ਵੀ ਹੈ ਕਿ ਅਸੀਂ ਆਪ ਹੀ ਉਹਨੂੰ ਠੀਕ ਜਿਕੇ ਨਾਲ ਹੈਂਡਲ ਨਹੀਂ ਕਰਿਆ ਸਾਡਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਇਹਨੂੰ ਹੈਂਡਲ ਕਰਨ ਚ ਫਿਰ ਮੈਂ ਆਉਂਗਾ ਕਿ ਕਿੰਨਾ ਕੁ ਡਰਾ ਲਿਆ ਜੀ 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 ਕਿ ਅਸੀਂ ਲੋਕਡਾਊਨ ਨੂੰ ਸਮਝ ਜਾਵੀਏ ਦਾ ਹੱਦ ਹੈ ਤੇ ਅਸੀਂ ਨੰਬਰ ਡਾਕਡਾਉਨ ਕਰੀ ਗਏ ਗਾਂ ਦੀ ਗਾਂ ਵਧਾਈ ਗਏ ਅਸੀਂ ਇਹ ਸੋਚਿਆ ਹੀ ਨਹੀਂ ਸਾਡੇ 138 ਕਰੋੜ ਦੀ ਆਬਾਦੀ ਹੈ ਦੇਸ਼ ਦੀ ਉਹ ਚੋ 100 ਕਰੋੜ ਦੀ ਆਬਾਦੀ ਉਹ ਹੈ ਜਿਹੜੀ ਬੜੇ ਤੰਗ ਘਰਾਂ ਚ ਰਹਿੰਦੀ ਹੈ ਝੁੱਗਣ ਝੌਂਪੜੀਆਂ ਚ ਰਹਿੰਦੀ ਹੈ ਤੇ ਉਹ ਜਿਹੜੀ 100 ਕਰੋੜ ਦੀ ਆਬਾਦੀ ਹੈ ਉਹਨੂੰ ਜੇ ਅਸੀਂ ਘਰਾਂ ਚ ਬੰਦ ਕਰ ਦਾਂਗੇ ਉਹ ਤਾਂ ਜੇ ਕਿਤੇ ਇੱਕ ਨੂੰ ਕਿਤੇ ਇਨਫੈਕਸ਼ਨ ਹੋਈ ਹੋਈ ਉਹ ਤਾਂ ਸਾਰਿਆਂ ਨੂੰ ਹੋ ਜੂਗੀ ਸੋ ਇਹਦਾ ਮਤਲਬ ਅਸੀਂ ਉਹਨੂੰ ਲਾਕਡਾਉਨ ਕਰਕੇ ਸਾਰਾ ਇਨਫੈਕਸ਼ਨ ਕਰ ਰਹਿਆਂਗੇ ਜੇ ਤਾਂ ਇਨਫੈਕਸ਼ਨ ਦੇ ਤੌਰ ਤੇ ਦੇਖੀਏ ਦੂਜੀ ਗੱਲ ਡਾਕਡਾਉਨ ਅਸੀਂ ਕਿਉਂ ਕਰਦੇ ਆ ਸਾਈਂ ਵਿਗਿਆਨ ਹੈ ਇਹ ਇਕੋ ਐਨੀਆ ਵੀ ਉਦਾਂ ਹੀ ਤੁਹਾਡੀ ਖੜਕਾ ਕੇ ਸ਼ਬਦ ਜਗਾ ਜੀ ਜੀ ਸੋ ਵਿਗਿਆਨ ਇਹ ਕਹਿੰਦੀ ਹੈ ਕਿ ਅਸੀਂ ਟੈਂਪਰੇਰੀ ਤੌਰ ਤੇ ਕਿਉਂਕਿ ਅਸੀਂ ਪਹਿਲਾਂ ਚੇਤਨ ਨਹੀਂ ਹੋਏ ਪਹਿਲਾਂ ਅਸੀਂ ਕੰਮ ਨਹੀਂ ਕਰਿਆ ਅਸੀਂ ਕਿਸੇ ਹੋਰਾਂ ਕੰਮਾਂ 'ਚ ਲੱਗੇ ਰਹੇ ਜਿਹੜੇ ਕਿ ਸਾਡੀ ਪ੍ਰਾਇਰਟੀ ਸਿਆਸੀ ਪ੍ਰਾਇਰਟੀਆਂ ਸੀਗੀਆਂ ਜੀ ਤੇ ਅਸੀਂ ਕਰੋਨਾ ਦਾ ਜਦ ਸਾਨੂੰ ਪਤਾ ਲੱਗਿਆ ਅਸੀਂ ਫਰਵਰੀ 'ਚ ਆ ਪੰਜਾਬ ਨੇ ਕਰਿਆ ਪੰਜਾਬ ਨੇ 24 ਫਰਵਰੀ ਨੂੰ ਮੈਂ ਇੰਟਰਵਿਊ ਕਰਿਆ ਸੀ ਤੇ ਉਹਦੇ ਵਿੱਚ ਇੱਥੇ ਹਵਾਈ ਅੱਡਿਆਂ ਦੇ ਉੱਤੇ ਉਹ ਦੇਖ ਰਹੇ ਸੀ ਬੰਦਿਆਂ ਨੂੰ ਜੀ ਜੀ ਪੰਜਾਬ ਸਰਕਾਰ ਨੇ ਉਹ ਨਹੀਂ ਕਰਿਆ ਸੀ ਇਸ ਕਰਕੇ ਪੰਜਾਬ 'ਚ ਇੰਨਾ ਜ਼ਿਆਦਾ ਨਹੀਂ ਫੈਲਿਆ ਜੀ ਸੋ ਅਸੀਂ ਉਹਨਾਂ ਅਵਿਸ਼ਲੇ ਹੋ ਗਏ ਫਿਰ ਇੱਕ ਵਕਤ ਅਸੀਂ 23 ਜਨਵਰੀ ਮਾਰਚ ਨੂੰ ਅਨਾਉਂਸ ਕਰ ਚੱਕੇ ਹੁਣ ਤਾਂ ਲਾਕਡਾਊਨ ਕਰ ਦੇਣਾ ਜੀ 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 ਉਹ ਲਾਕਡਾਊਨ ਕਰਕੇ ਅਸੀਂ ਜਿਹੜਾ ਜਿੱਥੇ ਸੀ ਉੱਥੇ ਜਮ ਕਰਤਾ ਬਿਲਕੁਲ ਲੋਕ ਕੋਈ ਰਿਸ਼ਤੇਦਾਰੀ ਚ ਗਿਆ ਸੀ ਕੋਈ ਸਹਰ ਕਰਨ ਗਿਆ ਸੀ ਕੋਈ ਧਾਰਮਿਕ ਸਥਾਨ ਤੇ ਗਿਆ ਸੀ ਕੋਈ ਪੜ੍ਹਾਈ ਕਰਨ ਗਿਆ ਸੀ ਕੋਈ ਕਿਸੇ ਕੰਮ ਗਿਆ ਸੀ ਕੋਈ ਇਲਾਜ ਕਰਾਉਣ ਗਿਆ ਸੀ ਉਹ ਜਿੱਥੇ ਸੀ ਉੱਥੇ ਜਮ ਕਰਤੇ ਉਹਦੇ ਨਾਲ ਨੁਕਸਾਨ ਇਹ ਹੋਇਆ ਵੀ ਲੋਕ ਉੱਥੇ ਫਸ ਕੇ ਰਹਿ ਗਏ ਜਿਵੇਂ ਅਸੀਂ ਹਜੂਰ ਸਾਹਿਬ ਦੀ ਗੱਲ ਕਰਦੇ ਨੇ ਜੇ ਉੱਥੇ ਇੰਨੇ ਜ਼ਿਆਦਾ ਬੰਦੇ ਇਕੱਠੇ ਹੋਣਗੇ ਰੋਜ਼ ਉੱਥੇ ਸ਼ਰਧਾ ਲੁਆਣਗੇ ਤੇ ਫਿਰ ਤਾਂ ਕਰੋਨਾ ਫੈਲਣ ਦਾ ਡਰ ਹੈਗਾ ਹੀ ਹੈ ਨਾ ਹਾਲਾਂਕਿ ਉਹਨਾਂ ਨੂੰ ਨਹੀਂ ਸੀ ਜਦੋਂ ਉੱਥੇ ਚੱਲਣੇ ਉਦੋਂ ਨਹੀਂ ਸੀ ਪਰ ਡਰ ਤਾਂ ਹੈਗਾ ਹੀ ਹੈ ਨਾ ਜਦ ਤੁਸੀਂ ਇਕੱਠੇ ਕਰਕੇ ਤਾੜ ਲੋਂਗੇ ਇੱਕ ਜਗ੍ਹਾ ਤੇ ਸੋ ਇੱਕ ਤਾਂ ਅਸੀਂ ਇਹ ਕਰਿਆ ਅਸੀਂ ਇਹ ਕੋਸ਼ਿਸ਼ ਹੀ ਨਹੀਂ ਕੀਤੀ ਕਿ ਭਾਈ ਜਦ ਹਫ਼ਤਾ ਪਹਿਲਾਂ ਜਾਂ 23 ਨੂੰ ਜਦ ਅਸੀਂ ਅਨਾਉਂਸ ਕਰਿਆ ਉਦੋਂ ਹਫ਼ਤਾ ਇੱਕ ਗੱਡੀਆਂ ਗੱਡੀਆਂ ਸਾਡੇ ਕੋਲ ਯਾਰਡ 'ਚ ਤਾਂ ਜਾ ਕੇ ਖੜੀਆਂ ਨਹੀਂ ਸੀਗੀਆਂ ਉਦੋਂ ਕਹਿੰਦੇ ਵੀ ਭਾਈ ਆਵਾਜੇ ਵਾਪਸ ਪਹੁੰਚੋ ਆਪਦੇ ਆਪਦੇ ਘਰਾਂ ਨੂੰ ਹੁਣ ਉਸ ਤੋਂ ਬਾਅਦ ਸੀ ਪੱਕਾ ਬੰਦ ਕਰ ਦੇਣੀਆਂ ਨੇ ਉਹ ਸੀ ਦੂਜਾ ਸੀ ਡਾਕਡਾਊਨ ਦਾ ਮਤਲਬ ਕਰਫਿਊ ਕੱਢ ਲਿਆ ਮੈਂ ਉਸ ਇਹਨਾਂ ਦਿਨਾਂ 'ਚ ਅਮਰੀਕਾ 'ਚ ਫਸ ਗਿਆ ਸੀ ਜੀ ਜੀ ਕੈਲੀਫੋਰਨੀਆ ਗਿਆ ਹੋਇਆ ਸੀ 24 ਨੂੰ ਮੇਰੀ ਫਲਾਈਟ ਸੀ 23 ਨੂੰ ਇਹਨਾਂ ਨੇ ਬੰਦ ਕਰਤਾ ਜੀ ਜੀ ਤੇ ਮੈਂ ਉੱਥੇ ਦੇਖਿਆ ਉੱਥੇ ਹਵਾਈ ਜਹਾਜ਼ ਵੀ ਚੱਲਦੇ ਸੀ ਉੱਥੇ ਗੱਡੀਆਂ ਵੀ ਚੱਲਦੀਆਂ ਸੀ ਉੱਥੇ ਬਸਾਂ ਵੀ ਚੱਲਦੀਆਂ ਸੀ ਕੋਈ ਸਾਨੂੰ ਕਿਤੇ ਪਰਮਿਟ ਨਹੀਂ ਲੈਣਾ ਪੈਂਦਾ ਸੀ ਆਪਣੀ ਸੈਰ ਕਰੋ ਆਪਣੀ ਗੱਡੀ 'ਚ ਜਾਓ ਜਿੱਥੇ ਮਰਜ਼ੀ ਜਾਓ ਸਮਾਨ ਖਰੀਦੋ ਜੀ ਸੋ ਇਹਨਾਂ ਨੇ ਉਹਨਾਂ ਨੇ ਸਕੂਲ ਕਾਲਜ ਗੁਰਦੁ ਸੋ ਸਾਡੇ ਨੇ ਤਾਂ ਸਭ ਕੁਝ ਹੀ ਬੰਦ ਕਰਤਾ ਸੋ ਇਸ ਕਰਕੇ ਭਾਰਤ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੋਈ ਹੈ ਕਿ ਕਰੋਨਾ ਨੂੰ ਜਿਹੜਾ ਟੈਕਲ ਕਰਦਾ ਹੁਣ ਨਹੀਂ ਟੈਕਲ ਕਰ ਰਿਹਾ ਹੁਣ ਮੈਂ ਇਹ ਇੱਥੇ ਇੱਥੇ ਮੈਂ ਤੁਹਾਨੂੰ ਇਹ ਵੀ ਸਵਾਲ ਕਰਨਾ ਚਾਹੂੰਗੀ ਕਿ ਪਹਿਲਾਂ ਪੰਜਾਬ ਵਿੱਚ ਕਰਫਿਊ ਸੀ ਲਾਕਡਾਊਨ ਵੀ ਰਿਹਾ ਸਭ ਕੁਝ ਰਿਹਾ ਉਸ ਤੋਂ ਬਾਅਦ ਖੋਲਿਆ ਗਿਆ ਜਦੋਂ ਜਿਵੇਂ ਹੀ ਖੁੱਲਿਆ ਥੋੜਾ ਤਾਂ ਉਸ ਦੇ ਨਾਲ ਕੇਸ ਵੀ ਲਗਾਤਾਰ ਥੋੜੇ ਹੁਣ ਵਧਣ ਅਸੀਂ ਦੇਖ ਰਿਹਾ ਕਿ ਵਧ ਰਹੇ ਨੇ ਕੀ ਅੱਗੋਂ ਹੁਣ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਰ ਤੋਂ ਲਾਕਡਾਊਨ ਹੋ ਜਾਏਗਾ ਫਿਰ ਤੋਂ ਲੋਕਾਂ ਨੂੰ ਘਰਾਂ ਦੇ ਅੰਦਰ ਬੰਦ ਹੋਣਾ ਪਏਗਾ ਤਾਂ ਕਿ ਇਸ ਉੱਪਰ ਲਗਾਮ ਲਗਾਈ ਜਾ ਨਹੀਂ 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 ਜੇ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਇਸ ਤਰ੍ਹਾਂ ਤੁਸੀਂ ਉਹੀ ਮੈਨੂੰ ਲੱਗਦਾ ਪ੍ਰਭਾਵ ਚ ਆ ਗਏ ਵਿਚ ਹੈ ਡਾਕ ਡਾਊਨ ਦੇ ਹੱਦ ਹੈ ਜੀ ਡਾਕ ਡਾਊਨ ਹਾਲੇ ਨਹੀਂ ਹੈ ਅਸੀਂ ਡਾਕ ਡਾਊਨ ਕਰਕੇ ਲੋਕ ਨੂੰ ਹਸਪਤਾਲ ਜਾਣਾ ਹੀ ਬੰਦ ਕਰ ਰੱਖਿਆ ਸੀ ਕਿੰਨੇ ਲੋਕ ਸੀ ਜਿਹੜੇ ਜਾ ਹੀ ਨਹੀਂ ਸਕਦੇ ਸੀ ਹੁਣ ਉਹ ਜਾਨ ਟੁੱਟਣ ਫਿਲਮ ਲਾਗੇ ਤਾਂ ਨੈਚਰਲੀ ਉਹਨਾਂ ਨੂੰ ਖੰਗ ਜਿਖਾਉਂਦੀ ਆ ਉਹ ਜਾ ਕੇ ਦਿਖਾਉਂ ਚੱਲਾ ਜਾਂਦਾ ਹੁਣ ਵੀ ਕੋਈ ਸਰਕਾਰ ਨੇ ਸਰਵੇ ਕਰਕੇ ਨਹੀਂ ਲੱਭੇ ਕੇਸ ਨਾ ਵੱਧ ਬੱਬੇ ਨੇ ਕਿ ਲੋਕ ਹੱਸਦਾ ਨਾ ਜਾਣ ਲੱਗੇ ਜੀ ਜੀ ਪਹਿਲਾਂ ਤਾਂ ਉਹਨੂੰ ਜਾਣ ਹੀ ਨਹੀਂ ਦਿੰਦੇ ਸੀ ਲੋਕਾਂ ਨੂੰ ਤਾਂ ਡਿਲੀਵਰੀਆਂ ਸੜਕਾਂ ਤੇ ਹੋਈਆਂ ਨੇ ਜੀ ਜੀ ਲੋਕਾਂ ਦੇ ਘਰਾਂ ਦੇ ਵਿੱਚ ਇਲਾਜ ਨਹੀਂ ਮਿਲਦਾ ਲੋਕਾਂ ਨੂੰ ਡਾਇਲਿਸਿਸ ਨਹੀਂ ਹੋਇਆ ਸੋ ਇਸ ਕਰਕੇ ਇਹ ਕਹਿਣਾ ਕਿ ਲੋਕਡਾਊਨ ਕਰਕੇ ਕਰੋਨਾ ਰੁਕ ਗਿਆ ਸਹੀ ਗਲਤ ਹੈ ਇਹ ਕਹਿਣਾ ਕਿ ਲੋਕਡਾਊਨ ਖੋਲਣ ਕਰਕੇ ਵੱਧ ਗਿਆ ਇਹ ਵੀ ਗਲਤ ਹੈ ਗੱਲ ਇਹ ਹੈ ਕਿ ਉਦੋਂ ਲੋਕਾਂ ਨੂੰ ਤੁਸੀਂ ਘਰਾਂ 'ਚ ਤਾਲ ਰੱਖਿਆ ਸੀ ਉਹ ਵਿਚਾਰਾ ਤੁਹਾਡੇ ਕੋਲ ਟੈਸਟ ਕਰਾਉਣ ਆ ਹੀ ਨਹੀਂ ਸਕਦਾ ਸੀ ਤੁਸੀਂ ਘਰ-ਘਰ ਜਾ ਕੇ ਤਾਂ ਟੈਸਟ ਕਰਿਆ ਨਹੀਂ ਜੀ ਤੁਸੀਂ ਤਾਂ ਜਿਹੜਾ ਤੁਹਾਡੇ ਕੋਲ ਆ ਗਿਆ ਉਹਦੇ ਟੈਸਟ ਕਰਿਆ ਸੋ ਹੁਣ ਉਹਨਾਂ ਨੂੰ ਥੋੜੀ ਖੁੱਲ੍ਹ ਹੋਈ ਸੀ ਤਾਂ ਆਉਣ ਲੱਗੇ ਸੀ ਇਸ ਕਰਕੇ ਆਉਣਗੇ ਤਾਂ ਉਹ ਚੋਂ ਜ਼ਿਆਦਾ ਮਿਲਣਗੇ ਮਿਲਣਗੇ ਕਿ ਕੋਰੋਨਾ ਦੇ ਮਰੀਜ਼ ਤਾਂ ਹੈਗੇ ਹੈ ਕਿ ਨਹੀਂ ਆਈਸੀਐਮਆਰ ਦੀ ਸਟੱਡੀ ਹੈ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਉਹਦੀ ਸਟੱਡੀ ਇਹ ਕਹਿੰਦੀ ਹੈ ਵੀ ਭਾਰਤ ਦੇ ਵਿੱਚ 0.73% ਪਾਪੂਲੇਸ਼ਨ ਹੈ ਜਿਹੜੀ ਕੋਰੋਨਾ ਨਾਲ ਇਫੈਕਟ ਹੋ ਚੁੱਕੀ ਆਲਰੇਡੀ ਇਹਦਾ ਮਤਲਬ ਇੱਕ ਕਰੋੜ ਬੰਦੇ ਨੂੰ ਕੋਰੋਨਾ ਹੋਇਆ ਹੋਇਆ ਤੇ ਸਾਡੇ ਕੋਲ ਤਾਂ ਹਾਂ ਸਾਡੇ ਕੋਲ ਤਾਂ 3.5 ਲੱਖ ਮਰੀਜ਼ ਆ ਜੇ ਵੀ ਸੋ ਜੇ ਸਾਡੇ 3 ਲੱਖ ਹੈ ਤਾਂ ਬਾਕੀ 96 ਲੱਖ ਜਿਹੜਾ ਉਹ ਕਿਤੇ ਤਰਹੀ ਫਿਰਦਾ ਹੈ ਨਾ ਠੀਕ ਹੈ ਸੋ ਇਸ ਕਰਕੇ ਇਹ ਕਹਿਣਾ ਇਹ ਵੀ ਇੱਕ ਮੈਨੂੰ ਲੱਗਦਾ ਹੈ ਕਿਪਟਨ ਸਾਹਿਬ ਨੇ ਕਿਹਾ ਮੈਂ 2 ਦਿਨ ਦਾ ਹੋਰ ਲੋਕਡਾਊਨ ਕਰਤਾ ਜੀ ਸੈਚਰਡੇ ਸੰਡੇ ਕਰਤਾ ਉਹਨੂੰ ਪੁੱਛੋ ਵੀ ਸੈਚਰਡੇ ਸੰਡੇ ਕਰੋਨਾ ਨੂੰ ਤੁਸੀਂ ਛੁੱਟੀ ਕਰਨ ਦੀ ਗੱਲ ਕਰਦੇ ਜਿਵੇਂ ਜਵਾਕਾਂ ਦੀ ਛੁੱਟੀ ਹੁੰਦੀ ਹੈ ਸੋ ਸਾਨੂੰ ਜਿਹੜਾ ਟੈਕਲ ਪਿੱਛੇ ਇਹਨਾਂ ਦੇ ਹੈਲਥ ਮਿਨਿਸਟਰ ਕਰ ਰਹੇ ਸੀ ਜੋ ਅਸੀਂ ਬੜੇ ਤਰੀਕੇ ਨਾਲ ਰੋਕਿਆ ਕੋਈ ਤਰੀਕਾ ਤਰੁਕਾ ਨਹੀਂ ਕਰਿਆ ਇਹ ਠੀਕ ਹੈ ਇਹਨਾਂ ਨੇ ਪਹਿਲਾਂ ਸ਼ੋਗ ਵੀ ਕਰਦੀ ਪਹਿਲਾਂ ਸਟੈਪ ਲੈ ਲਈ ਨਹੀਂ ਪੰਜਾਬ ਦੀ ਹਾਲਤ ਮਾੜੀ ਹੋਣੀ ਸੀ ਉਸ ਤਿੱਕੇ ਨਾਲ ਪੰਜਾਬ ਦੇ ਇੱਕ ਚੰਗੀ ਗੱਲ ਕਰੀਆ ਪਰ ਜੇ ਕੋਈ ਕਹੇ ਵੀ ਪੰਜਾਬ ਨੇ ਬਹੁਤ 30 ਮਾਰਖਾਂ ਵਾਲਾ ਕੰਮ ਕਰਤਾ ਇਹ ਨਹੀਂ ਕਰਿਆ ਇੱਥੇ ਮਾਸਕ ਤੱਕ ਨਹੀਂ ਮਿਲੇ ਲੋਕਾਂ ਨੂੰ ਜਿਹੜੀ ਚੀਜ਼ ਚਾਹੀਦੀ ਸੀ ਦੇਸ਼ ਦੇ ਵਿੱਚ ਦੇਖ ਲਓ ਦੇਸ਼ 'ਚ ਲੋਕਡਾਊਨ ਤਾਂ ਅਸੀਂ ਲਾਤਾ ਉਦੋਂ ਬਾਅਦ ਅਸੀਂ ਆਰਡਰ ਕਰਿਆ ਮਾਸਕਾਂ ਦਾ ਸੈਨੀਟਾਈਜ਼ਰ ਦਾ ਆਰਡਰ ਉਹ ਤੋਂ ਹਫ਼ਤੇ ਬਾਅਦ ਕਰ ਰਿਹਾ ਇਹਦਾ ਮੈਂ ਸਾਡੀ ਤਾਂ ਕੋਈ ਤਿਆਰੀ ਨਹੀਂ ਕਿੱਥੇ ਤਾਂ ਅਸੀਂ ਪਹਿਲਾਂ ਸਮਾਨ ਤਿਆਰ ਕਰਨਾ ਸੀ ਫਿਰ ਲਾਕਡਾਊਨ ਕਰਨਾ ਸੀ ਅਸੀਂ ਪਹਿਲਾਂ ਲਾਕਡਾਊਨ ਕਰਤਾ ਮੁੜ ਕੇ ਫੇਰ ਇਹ ਕਰਨਾ ਸ਼ੁਰੂ ਕਰਤਾ ਮੈਂ ਤੁਹਾਨੂੰ ਜਾਣਨਾ ਚਾਹੂੰਗੀ ਤੁਸੀਂ ਕਿਹਾ ਕਿ ਤੁਸੀਂ ਲਾਕਡਾਊਨ ਦੇ ਦੌਰਾਨ ਵਿਦੇਸ਼ ਵਿੱਚ ਫਸੇ ਹੋਏ ਸੀ ਤੇ ਮੈਂ ਇੱਥੇ ਜਾਣਨਾ ਚਾਹੂੰਗੀ ਕਿ ਕਿਸ ਤਰ੍ਹਾਂ ਦੀ ਤਿਆਰੀ ਤੁਸੀਂ ਉੱਥੇ ਦੇਖੀ ਜੋ ਲੱਗਿਆ ਕਿ ਸਾਡੇ ਇੱਥੇ ਵੀ ਹੋਣੀ ਚਾਹੀਦੀ ਸੀ ਕਿਉਂਕਿ ਲਾਕਡਾਊਨ ਦੇ ਦੌਰਾਨ ਸਰਕਾਰਾਂ ਕੋਲ ਬਹੁਤ ਸਮਾਂ ਸੀ ਕਿ ਅੱਗੋਂ ਦੀ ਤਿਆਰੀ ਕੀਤੀ ਜਾ ਸਕੇ ਤਾਂ ਕਿ ਜਿਸ ਕਿ ਜਨਤਾ ਹੈ ਉਹ ਸੰਤੁਸ਼ਟ ਕਿਉਂਕਿ ਜਨਤਾ ਨੂੰ ਜਦ ਤੱਕ ਇਹ ਭਰੋਸਾ ਨਹੀਂ ਹੋ ਕਦੋਂ ਉਹਨਾਂ ਨੇ ਚੱਕੇ ਨੇ ਸਾਡੀ ਸਿਕਿਉਰਿਟੀ ਦੇ ਲਈ ਸੇਫਟੀ ਦੇ ਲਈ ਤਾਂ ਤੱਤਗੁਨ ਦਾ ਮਾਨਸਿਕਤ ਨਾ ਨਹੀਂ ਬਦਲ ਲੇਕਿਨ ਅੱਜ ਇਨਸਾਨ ਨਾਗਰਿਕ ਜਿੰਨੇ ਜਨਤਾ ਹੈ ਉਹ ਤਣਾਅ ਦੇ ਵਿੱਚ ਮਾਨਸਿਕ ਤਣਾਅ ਦੇ ਵਿੱਚ ਕਿੱਥੇ ਲੱਗਦਾ ਕਿ ਕਮੀਆਂ ਹਲੇ ਵੀ ਬਰਕਰਾਰ ਨੇ ਕਿ ਜੋ ਹੋਣੇ ਚਾਹੀਦੇ ਸੀ ਕੰਮ ਨਹੀਂ ਹੋਏ ਦੇਖੋ ਸਾਡੇ ਤਾਂ ਬਿਲਕੁਲ ਹੀ ਅਰਥਚਾਰਾ ਤਬਾਹ ਕਰਤਾ ਸਾਡਾ ਅਰਥਚਾਰਾ ਤਾਂ ਇਹ ਹੈ ਵੀ ਸਾਡੀ ਬਹੁਤ ਸਾਰੀ ਆਬਾਦੀ ਤਕਰੀਬਨ 52 ਕਰੋੜ ਦੀ ਆਬਾਦੀ ਤਾਂ ਮਜ਼ਦੂਰਾਂ ਦੀ ਉਹ ਹੈ ਜਿਹੜੇ ਮਾਈਗਰੇਟਰੀ ਇੰਟਰਨਲ ਮਾਈਗ੍ਰੇਸ਼ਨ ਆ ਦੇਵrai ਹੋਈ ਹੈ ਉਹ ਜੋ ਪੱਤੀ ਦਾ ਪਰਸੈਂਟ ਹੈ ਜਿਹੜੀ ਉਹ ਜੁਪੀ ਚੋਈ ਹੋਈ ਹੈ 25% ਵਿਹਾਰ ਚੋਂ ਆਈ ਹੋਈ ਹੈ ਬਹੁਤ ਸਾਰੇ ਘਰਾਂ 'ਚ ਕੰਮ ਕਰਨ ਵਾਲੇ ਪਲੰਬਿੰਗ ਦਾ ਕੰਮ ਕਰਨ ਵਾਲੇ ਮੇਸਨਰੀ ਦਾ ਕੰਮ ਕਰਨ ਵਾਲੇ ਚਿਨਾਈ ਦਾ ਕੰਮ ਕਰਨ ਵਾਲੇ ਕੰਸਟਰਕਸ਼ਨ ਵਰਕਰ ਪੱਥਰ ਵਗੈਰਾ ਡਾਉਣ ਵਾਲੇ ਢੋਬੀ ਨਾਈ ਬਹੁਤ ਸਾਰੇ ਜਿਹੜੇ ਨੇ ਉਹ ਬਾਹਰੋਂ ਆਏ ਹੋਏ ਨੇ ਈਵਨ ਸਾਡੇ ਝੋਨਾ ਲਾਉਣ ਵਾਲੇ ਪੰਜਾਬ ਦੇ ਵਿੱਚ ਸੋ ਸਾਡੇ ਜਿਹੜਾ ਮਾਈਗਰੇਟਰੀ ਵਰਕਰ ਸੀ ਉਹ ਇੱਕ ਮਤਲਬ ਜੇ ਗ੍ਰੀਨ ਮੂਵ ਚਲਾਦੀਏ ਦੁਕਾਨ ਆਲਾ ਰੇੜੀ ਆਲਾ ਰਿਖੇ ਆਲਾ ਆਟੋ ਚਲਾਉਣ ਵਾਲਾ ਟੈਕਸੀ ਚਲਾਉਣ ਵਾਲਾ ਤਾਂ तकरीबन 100 ਕਰੋੜ ਦੀ ਆਬਾਦੀ ਹੈ। ਇਸ ਆਬਾਦੀ ਦਾ ਟੋਟਲ ਰੋਜ਼ਗਾਰ ਬੰਦ ਕਰਤਾ। ਰੋਟੀ ਪਾਣੀ ਬੰਦ ਕਰਤਾ। ਜਦ ਤੁਸੀਂ ਕਿਸੇ ਦਾ ਰੋਟੀ ਪਾਣੀ ਬੰਦ ਕਰਦੇ ਹੋ ਅਲਟਰਨੇਟਿਵ ਦਿੱਤਾ ਕੋਈ ਨਹੀਂ। ਅਸੀਂ ਤਾਂ ਇਸੇ ਗੱਲ 'ਤੇ ਆ ਪਿੱਛੇ ਮੈਂ ਸੁਣ ਰਿਹਾ ਸੀ ਹਰਸਿਮਰਤ ਕੌਰ ਬਾਦਲ ਜੀ ਔਰ ਕੈਪਟਨ ਮਨਿੰਦਰ ਸਿੰਘ ਵੀ ਦੂਜੇ ਨਾਲ ਬਹਿਸ ਕਰ ਰਹੇ ਨੇ ਉਹ ਕਹਿੰਦੇ ਵੀ ਇਹਨਾਂ ਨੇ ਨਹੀਂ ਵੰਡਿਆ ਸਮਾਨ ਉਹ ਕਹਿੰਦੇ। ਪਰ ਇਹ ਤਾਂ ਤੱਤ ਦੋਹਾਂ ਤੋਂ ਸਾਹਮਣੇ ਹੈਗਾ ਨੇ ਵੀ ਵੰਡਿਆ ਨਹੀਂ ਗਿਆ। ਬਿਲਕੁਲ ਬਿਲਕੁਲ। ਕਸੂਰ ਕੀ ਉਹ ਗੱਲ ਪੱਕੀ ਹੈ। ਇਹ ਤਾਂ ਪਤਾ ਲੱਗ ਹੀ ਗਿਆ ਨੇ ਵੀ ਵੰਡਿਆ ਨਹੀਂ ਗਿਆ। ਸੋ ਸਾਡੇ ਕੀ ਹੈ ਸਾਡੀ ਸਿਆਸਤ ਬਹੁਤ ਸਸਤੀ ਸਿਆ ਸਿਆਸਤ ਬਹੁਤ ਪਵਿੱਤਰ ਚੀਜ਼ ਹੈ ਪਰ ਸਾਡੇ ਸਸਤੀ ਸ਼ੋਰਚ ਕਰਦੇ ਨੇ ਸਿਆਸਤ ਕਰਦੇ ਨੇ ਇਹ ਕਿ ਇਹਨਾਂ ਨੂੰ ਪੂਰਾ ਕੰਸਰਨ ਨਹੀਂ ਹੈ ਅਮਰੀਕਾ ਚ ਮੈਂ ਫਰਕ ਹੀ ਦੇਖਿਆ ਜੀ ਅਮਰੀਕਾ ਦਾ ਹੈਲਥ ਸਿਸਟਮ ਸਾਡੇ ਵਰਗਾ ਤਕੜਾ ਹੈ ਨਹੀਂ ਉੱਥੇ ਸਾਰਾ ਪ੍ਰਾਈਵੇਟ ਹੈ ਸਾਡੇ ਫਿਰ ਵੀ ਸਰਕਾਰੀ ਹੈ ਸਾਡੇ ਤਾਂ 250 ਤੋਂ ਸਰਕਾਰੀ ਮੈਡੀਕਲ ਕਾਲਜ ਹੈ ਏਡੇ ਵੱਡੇ ਵੱਡੇ ਹਸਪਤਾਲ ਨੇ ਉਹਨਾਂ ਕੋਲੇ ਹਰ ਜਿਲ੍ਹੇ ਤੇ ਇੱਕ ਹਸਪਤਾਲ ਹੈ ਹਰ ਤਹਿਸੀਲ ਤੇ ਹਸਪਤਾਲ ਹੈ ਪੂਰੇ ਹਿੰਦੁਸਤਾਨ ਚ ਔਰ ਹਰ ਬੜਾ ਕੇ ਦੇ ਉੱਤੇ ਇੱਕ ਇੱਕ ਹਸਪਤਾਲ ਹੈ ਟੀਟੀ ਬੈਠਦਾ ਸੋ ਸਾਡਾ ਸਰਕਾਰੀ ਸਿਸਟਮ ਬਹੁਤ ਤਕੜਾ ਹੈ ਪਰ ਉਹਨਾਂ ਨੇ ਜਿਹੜੀ ਇੰਸ਼ੋਰੈਂਸ ਦੇ ਵਿੱਚ ਉਹਨਾਂ ਨੇ ਕਹਿਤਾ ਵੀ ਜਿਹੜਾ ਆਲਾਜ ਕੋਈ ਪੈਸੇ ਨਹੀਂ ਦੇ ਸਕਦਾ ਉਹਨੂੰ ਸਰਕਾਰ ਉਹਦੇ ਪੈਸੇ ਉਹਨੂੰ ਦੇ ਦਿੰਦੀ ਆ ਪ੍ਰਾਈਵੇਟ ਵਾਲੇ ਨੂੰ ਸਾਡੇ ਤਾਂ ਕਹਿੰਦੇ ਅਸੀਂ ਪੈਸੇ ਦੇਣੇ ਨਹੀਂ ਨਾ ਜੀ 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 ਦੂਜਾ ਉਹਨਾਂ ਨੇ ਸਿਕਿਉਰਿਟੀ ਦਾ ਕੀ ਕਰਿਆ ਉਹਨਾਂ ਨੇ 1200 ਡਾਲਰ ਪ੍ਰਤੀ ਮਹੀਨਾ ਹਰ ਵਿਅਕਤੀ ਦੇ ਖਾਤੇ ਉੱਪੀ ਭੇਜਦਾ ਜੀ ਜੀ ਦੀ 10 ਲੱਖ ਡਾਲਰ ਸਾਲਾਨਾ ਤੋਂ ਘੱਟ ਦੀ ਰਿਟਰਨ ਸੀ ਪਿਛਲੇ ਸਾਲ ਦੀ ਜਾਗ ਉਹਦੇ ਬੱਚੇ ਵੀ ਹੁਣ ਬੱਚਿਆਂ ਨੂੰ ਵੀ ਭੇਜਦਾ ਆਪ ਨੂੰ ਨਹੀਂ ਭੇਜੇ ਜਿਹਦੀ ਆਮਦਨ ਕਿਉਂਕਿ ਹਰੇਕ ਦਾ ਰਿਟਰਨ ਪੜਦਾ ਦੂਜੇ ਉਹਨਾਂ ਨੇ ਕਰਿਆ ਜਿਵੇਂ ਤੁਸੀਂ ਇਹ ਮੀਡੀਆ 'ਚ ਲੱਗਿਓ ਜਿਨ੍ਹਾਂ ਨੇ 5 7 10 15 ਕਰਮਚਾਰੀ ਰੱਖੇ ਨੇ ਕਿਸੇ ਆਰਗੇਨਾਈਜੇਸ਼ਨ ਨੇ ਦੋ ਇੱਕ ਉਹਨਾਂ ਨੇ ਜੇ ਉਹਨਾਂ ਕਰਮਚਾਰੀਆਂ ਨੂੰ ਹਟਾਇਆ ਨਹੀਂ ਤਾਂ ਉਹਨਾਂ ਦੀ ਪਿਛਲੇ ਸਾਲ ਦੀ ਜਿੰਨੀ ਤਨਖਾਹ ਸੀ ਢਾਈ ਮਹੀਨਾ ਦੀ ਉਹਨੀ ਤਨਖਾਹ ਉਹਧਾਰੀ ਨੂੰ ਭੇਜਤੀ ਵੀ ਭਾਈ ਤੁਸੀਂ ਕਰਮਚਾਰੀ ਨਹੀਂ ਹਟਾਏ ਤੁਹਾਨੂੰ ਆਮਦਨ ਹੋਈ ਨਹੀਂ ਕੋਈ ਗੱਲ ਨਹੀਂ ਚਲੋ ਅਸੀਂ ਤੁਹਾਨੂੰ ਮਦਦ ਕਰਦੇ ਹਾਂ ਫੇਰ ਚੀਜ਼ੀ ਗੱਲ ਜਿਹਨੇ ਹਟਾਤੇ ਉਹਨੇ ਜਾਕਿਆ ਆਪਦਾ ਨਾਮ ਲਖਾਇਆ ਉਹਨੂੰ ਨਾਲ ਦੀ ਨਾਲ ਉਹ 1200 ਡਾਲਰ ਦੇ ਨਾਲ ਹੀ ਬੇਰਜ਼ਗਰੀ ਪੱਤਾ ਮਿਲਿਆ ਸੋ ਇਸ ਕਰਕੇ ਉਹਨਾਂ ਸਰਕਾਰਾਂ ਦੇ ਇਸ ਗੱਲ ਦੇ ਬਾਵਜੂਦ ਕਿ ਟਰੰਪ ਦੀਆਂ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਲੋਗ ਇਸ ਪੱਖੋਂ ਕਿ ਤਾਂ ਦੂਜਾ ਮੈਂ ਉੱਥੇ ਕਦੀ ਪੁਲਿਸ ਨੂੰ ਕਿਸੇ ਨੂੰ ਟੋਕਦੇ ਨਹੀਂ ਦੇਖਿਆ ਸਾਡੇ ਤੇ ਅਸੀਂ ਪੁੱਠੇ ਡੰਡੇ ਮਾਰ ਜੀ ਹੁਣ ਸਾਡਾ ਦੇਖੋ ਕਿੰਨੇ ਆਏ ਅਸੀਂ ਗੈਰ ਵਿਹਾਰਕ ਔਰ ਗੈਰ ਵਿਗਿਆਨਕ ਜੀ ਤੇ ਗੈਰ ਕਾਨੂੰਨੀ ਕੰਮ ਕਰਦੇ ਆ ਇੱਕ ਬੰਦਾ ਆਪਦੀ ਘਰਵਾਲੀ ਨੂੰ ਆਪਦੇ ਸਕੂਟਰ ਤੇ ਜਾਂ ਆਪਦੇ ਸਾਈਕਲ ਤੇ ਜਾਂ ਆਪਦੀ ਗੱਡੀ ਚ ਬਿਠਾ ਕੇ ਲੈ ਜਾ ਰਿਹਾ ਹੈ ਜੀ ਉਹਨੂੰ ਕਹਿੰਦੇ ਵੀ ਤੂੰ ਤੁਸੀਂ ਜਾ ਨਹੀਂ ਸਕਦੇ ਸਕੂਟਰ ਤੇ ਬਿਠਾ ਕੇ ਦੋ ਨਹੀਂ ਜਾ ਸਕਦੇ ਉਹਨੂੰ ਪੁੱਛੋ ਘਰ ਚੋਂ ਉਹਨਾਂ ਰਹਿੰਦੇ ਨੇ ਮੂਰਖੋ ਕਰੋਨਾ ਤੁਸੀਂ ਰੋਕ ਰਹੇ ਹੋ ਕਿ ਇਹਨਾਂ ਨੂੰ ਜਾਣਾ ਹੈ ਇਹਨਾਂ ਦਾ ਸ਼ੋਅ ਚ ਲਾਈਵ ਰੋਕ ਰਹੇ ਹੋ ਇੱਕ ਬੰਦੇ ਦੇ ਦੋ ਪਰਿਵਾਰ ਦੇ ਤਿੰਨ ਜੀ ਨੇ ਉਹ ਤਿੰਨੇ ਜੀ ਰੋਜ਼ ਘਰ ਚੋਂ ਰਹਿੰਦੇ ਨੇ ਉਹ ਆਪਦੀ ਗੱਡੀ 'ਚ ਤਿੰਨੇ ਚੜ੍ਹ ਕੇ ਕਿਉਂ ਨਹੀਂ ਜਾ ਸਕਦੇ ਇੱਕ ਬੰਦਾ ਕੱਲਾ ਜਾ ਰਿਹਾ ਆ ਆਪਦੀ ਗੱਡੀ 'ਚ ਉਹਨੂੰ ਕਹਿੰਦੇ ਵਾਸਕੇ ਕਿਉਂ ਨਹੀਂ ਲਾ ਜਾ ਉਹ ਫੇਰ ਗੱਡੀ 'ਚ ਸੌ ਫਲਾ ਰਿਹਾ ਹੋ ਕਰੋਨਾ ਸੋ ਇਸ ਕਰਕੇ ਸਾਡੀ ਇੰਨੀਆਂ ਜ਼ਿਆਦਾ ਬੇਤੁਕੀਆਂ ਜਿਜ ਬੇਇੱਜ਼ਤੀ ਕਰਦੇ ਲੋਕਾਂ ਦੀ ਚਲਾਣ ਕਰਦੇ ਨੇ ਕਹੇ ਨਾਲ ਤੰਗ ਕਰਦੇ ਨੇ ਸਾਡੇ ਅਸਲ 'ਚ ਅਸੀਂ ਪੁਲਸ ਰਾਜ ਵੀ ਬੜਾ ਦਰਿੰਦਗੀ ਵਾਲਾ ਪੁਲਸ ਰਾਜ ਬਣਾਤਾ ਮਨ ਰਾਂਹ ਲੱਗਦਾ ਹੈ ਵੀ ਫਿਰ ਮੁੜ ਕੇ ਕਹਿਣਾ ਪਊ ਇੱਤੀ ਮਾਰਪੇ ਕਰਾਣੇ ਤੈਂ ਕਿ ਦਰਦ ਨਾ ਆਇਆ ਅੱਜ ਵੀ ਇਹੀ ਸਾਡੇ ਹਾਲਤ ਹੈ ਹੁਣ ਮੈਂ ਕਰੋਨਾ ਦੀ ਦੂਜੀ ਗੱਲ ਕਹਿਣੀ ਚਾਹਾਂਗਾ ਤੁਹਾਡੇ ਸਵਾਲ ਤੋਂ ਪਹਿਲਾਂ ਕਰੋਨਾ ਇੰਨਾ ਖਤਰਨਾਕ ਨਹੀਂ ਹੈ ਸਾਡੀ ਸਰਕਾਰ ਨੇ ਭੀੜ ਤੰਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਰੋਨਾ ਨੂੰ ਇੱਕ ਪਾਸੇ ਇਹ ਕਹਿ ਕੇ ਕਿ ਕਰੋਨਾ ਤੋਂ ਜਮੇ ਨਾ ਡਰੋ ਉਹ ਵੀ ਇੰਨਾ ਦੇ ਬੰਦੇ ਕਹਿ ਰਹੇ ਨੇ ਜਿਹੜੀ ਸਰਕਾਰ ਰਾਜ ਕਰਦੀ ਹੈ ਬੀਜੇਪੀ ਦੇ ਬੰਦੇ ਕਹਿੰਦੇ ਨੇ ਆਪਦਾ ਚੈਨਲ ਚੱਲ ਰਿਹਾ ਹੈ ਵੀ ਜਮੇ ਨਾ ਪ੍ਰਵਾਹ ਕਰੋ ਕਰੋ ਉਹਨਾਂ ਦੀ ਇਹ ਵੀ ਗਲਤ ਹੈ ਦੂਜੇ ਪਾਸੇ ਕਹਿੰਦੇ ਵੀ ਡਰ ਕੇ ਅੰਦਰ ਵੜ ਜਾਓ ਇਹ ਵੀ ਗਲਤ ਹੈ ਇਹ ਦੋਨੇ ਤਰ੍ਹਾਂ ਇਹ ਪ੍ਰਚਾਰ ਕਿਉਂ ਹੋ ਰਹੇ ਨੇ ਉਹ ਚਾਹੁੰਦੇ ਨੇ ਕਿ ਜਿਹੜੀ 40 ਸਾਲ ਤੱਕ ਦੀ ਆਬਾਦੀ ਹੈ ਉਹੀ ਜ਼ਿਆਦਾ ਵੱਡੀ ਵੋਟਰ ਹੈ ਉਹ ਭੀੜ ਤੰਤਰ ਬਣਾ ਰਹੇ ਸੋਚੇ ਨਾ ਜਦ ਬੰਦਾ ਸੋਚਣ ਲੱਗ ਜੇਗਾ ਫਿਰ ਤਾਂ ਸੋਚੇਗਾ ਵੀ ਇਹ ਮਾੜਾ ਕਿਉਂ ਹੈ ਚੰਗਾ ਕਿਉਂ ਹੈ ਸਾਨੂੰ ਸੋਚਣ ਤੋਂ ਰੋਕਣਾ ਹੈ ਜਿਹੜੀ ਸੋਚ ਵਾਲੀ ਵਿਗਿਆਨ ਵਾਲੀ ਤਰਕ ਵਾਲੀ ਗੱਲ ਹੈ ਉਹ ਇਹ ਹੈ ਕਿ ਕਰੋਨਾ ਖਤਰਨਾਕ ਹੈ ਤੇਜ਼ੀ ਨਾਲ ਫੈਲਦਾ ਪਰ ਇਸ ਤੋਂ ਬਚਾ ਦੀ ਲੋੜ ਹੈ ਪਰ ਇਹ ਤੋਂ ਇੰਨਾ ਡਰਨ ਦੀ ਲੋੜ ਨਹੀਂ ਹੁਣ ਮੈਂ ਦੱਸਦਾ ਕਿਉਂ ਨਹੀਂ ਡਰਨ ਦੀ ਲੋੜ ਕਰੋਨਾ ਦੇ ਅੱਜ ਤੱਕ ਪੂਰੀ ਦੁਨੀਆ ਦੇ ਵਿੱਚ 82 ਲੱਖ ਮਰੀਜ਼ ਹੋਏ ਨੇ 750 ਕਰੋੜ ਦੀ ਆਬਾਦੀ ਹੈ ਦੁਨੀਆ ਦੀ ਅਜੇ ਤੱਕ 1 ਕਰੋੜ ਵੀ ਨਹੀਂ ਹੋਇਆ ਠੀਕ ਹੋ ਗਿਆ ਦੂਜੀ ਗੱਲ ਉਹਨਾਂ ਤੇ ਮੌਤਾਂ ਹੋ ਜਾਂ ਨੇ 4.5 ਲੱਖ ਦੁਨੀਆ 'ਚ ਅੱਜ ਤੱਕ ਹੁਣੀ ਉਹ ਬੈਰੋਮੀਟਰ ਕਿ ਚੱਦਾ ਹੁੰਦਾ ਮਿੰਟ ਮਿੰਟਾਂ 'ਚ ਠਾ 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 ਚੱਬਦਾ ਉਹਦਾ ਵੀ ਕਿੰਨੇ ਅੰਕੜਾ ਦੋ ਕਰੋੜ 70 ਲੱਖ ਮੌਤ ਹੋਣ ਤੱਕ ਹੋ ਚੁੱਕੀ ਦੁਨੀਆ 'ਚ ਨਾਰਮਲ ਤੇ ਉਹਦੇ 'ਚ ਸਾਢੇ 4 ਲੱਖ ਕੋਰੋਨਾ ਨਾਲ ਹੋਈਏ ਤੇ 1.5% ਹੋਈ ਸਾਰੀ ਉਹਦੇ 'ਚ ਅਸੀਂ ਕਿਹੜੇ ਕਾਟਕ ਵਪਾਰਖੇ ਜੀ ਹਿੰਦੁਸਤਾਨ 'ਚ 24000 ਮੌਤਾਂ ਰੋਜ਼ ਹੁੰਦੀਆਂ ਨੇ ਕਿ 24000 ਰੋਜ਼ ਤੇ ਸਾਢੇ 4 ਮਹੀਨਿਆਂ 'ਚ ਕਿੰਨੀ ਹੋਈ ਹੈ 10000 ਜੀ 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 10000 ਮੌਤ ਤੇ ਅਸੀਂ ਰੋੜਾ ਪਾਰਖਿਆ 11000 ਤੇ ਪੰਜਾਬ ਦੇ ਵਿੱਚ ਰੋਜ਼ 600 ਮੌਤ ਹੁੰਦੀ ਹੈ 14 ਬੰਦੇ ਦਾ ਐਕਸੀਡੈਂਟ ਨਾਲ ਰੋਜ਼ ਮਰਦੇ ਨੇ ਟੋਟਲ ਮਤਾਂ 75 ਹੋਈਆਂ ਨੇ ਅਸੀਂ ਰੋੜਾ ਮਾਰ ਕੇ ਵੀ 50 ਆਪਣੇ ਆਪਣੇ ਮਰ ਗਏ ਇਹਨਾਂ ਕਰੋਨਾ ਨਾਲ ਮਰ ਗਏ ਦੱਸੋ ਕੀ ਕਰੋਨਾ ਨਾਲ ਸਾਡੇ 4 ਮਹੀਨਿਆਂ ਚ ਜੀ ਜੀ ਇਸੇ ਤਰ੍ਹਾਂ ਹੀ ਦੂਜਾ ਪਾਸਾ ਦੂਜਾ ਪਾਸਾ ਦੁਨੀਆ ਦੇ ਕਿਉਂਕਿ ਹਰ ਚੀਜ਼ ਦਾ ਵਿਗਿਆਨ ਨਾਲ ਅਰਾਜ ਕਰਨਾ ਹੁੰਦਾ ਹੈ ਜੀ ਵਿਗਿਆਨਕ ਅੰਕੜੇ ਸਭ ਦੇ ਸਾਹਮਣੇ ਆ ਚੁੱਕੇ ਸੀ ਮਾਰਚ ਤੱਕ ਅਪ੍ਰੈਲ ਚ ਰਿਪੋਰਟਾਂ ਛਪਕੀਆਂ ਸੀ ਕਟੋ-ਕਟ ਜੀ ਕੋਰੀਆ ਦੱਖਣੀ ਕੋਰੀਆ ਦੀ ਚੀਨ ਦੀ ਅਮਰੀਕਾ ਦੀ ਇਟਲੀ ਦੀ ਜੀ ਇਹ ਰਿਪੋਰਟਾਂ ਸਾਡੇ ਸਾਹਮਣੇ ਆ ਗਈਆਂ ਸੀ ਕਿ 50 ਸਾਲ ਤੋਂ ਘੱਟ ਦੀ ਉਮਰ ਦੇ ਵਿੱਚ कोरोना ਜਿਹੜਾ ਉਹ ਬਹੁਤ ਖਤਰਨਾਕ ਹੈ ਹੀ ਨਹੀਂ ਉਹ ਆਪ ਹੀ ਠੀਕ ਹੋ ਜਾਂਦਾ ਹੈ ਦਵਾਈ ਦੇ ਵੀ ਲੋੜ ਨਹੀਂ ਘਰੇ ਠੀਕ ਹੋ ਜਾਂਦਾ ਹੈ ਮਲਟੂ ਮੋਡਰੇਟ ਹੁੰਦਾ ਸਿਰਫ ਉਹਨਾਂ ਵਿੱਚੋਂ 2% ਲੋਕ ਨੇ ਜਿਹੜੇ ਸੀਰੀਅਸ ਹੁੰਦੇ ਨੇ ਉਹ ਜਿਹੜੇ 2% ਸੀਰੀਅਸ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਹੜੀ ਮੌਤ ਹੈ ਉਹ 0.5% ਹੀ ਹੁੰਦੀ ਹੈ ਸੋ 50 ਸਾਲ ਤੋਂ ਘੱਟ ਉਮਰ ਦੇ ਸੰਤੋ ਕੋਈ ਖਤਰ ਨਹੀਂ ਸੀ ਅਸੀਂ ਸਾਰਿਆਂ ਨੂੰ ਬੰਦ ਕਰਤਾ ਜਿਹੜੇ ਸਾਡੇ ਜਿੰਨੇ ਮਜ਼ਦੂਰ ਨੇ ਜਿੰਨੇ ਕਿਸਾਨ ਨੇ ਜਿੰਨੇ ਦਫ਼ਤਰਾਂ ਚ ਕੰਮ ਕਰਨ ਵਾਲੇ ਸਾਰੇ 50 ਤੋਂ ਘੱਟ ਵਾਲੀ ਨੇ ਬਹੁਤ ਉਹਨਾਂ ਨੂੰ ਦੱਸੋ ਕਿਉਂ ਰੋਕਣਾ ਸੀ ਜੀ ਇਸੇ ਤਰ੍ਹਾਂ ਇਸ ਬੱਚਿਆਂ ਨੂੰ ਸਕੂਲ ਬੰਦ ਕਰਤੇ ਅਸੀਂ ਕਹੀ ਕਿ ਜੀ ਅਸੀਂ ਆਨਲਾਈਨ ਪੜਾਈ ਕਰਾ ਰਹਿਆਂ ਕਿਹੜੀ ਆਨਲਾਈਨ ਪੜਾਈ ਹੁੰਦੀ ਹੈ ਬੱਚਾ ਆਉਣ ਨਹੀਂ ਕਿਵੇਂ ਪੜ੍ਹੂ ਅਸੀਂ ਇਹ ਕਰ ਸਕਦੇ ਸੀ ਵੀ ਤੀਜਾ ਹਿੱਸਾ ਕਲਾਸ ਇੱਕ ਦਿਨ ਜਾਇਆ ਕਰੂਗੀ ਤੀਜੇ ਤੀਜੇ ਐਸਾ ਦੂਰ ਦੂਰ ਬਿਠਾ ਦਿਓ ਇਕੋ ਨਾਲ ਇਸ ਨੂੰ ਦਿਨ ਦਿਨ ਪੜਾ ਦਿਓ ਦੱਸੋ ਕੀ ਔਖਾ ਸੀ ਜੀ ਦੂਜੇ ਬੱਚੇ ਉਹਨੂੰ ਦੇਖ ਲੈਣ ਨਾ ਦੇਖ ਲੈਣ ਦੋ ਦਿਨ ਆਪਣਾ ਇੱਕ ਦਿਨ ਜਾਏ ਪਰ ਇੱਥੇ ਹੋਈ ਗੱਲ ਹੈ ਕਿ ਹੁਣ ਕਰੋਨਾ ਵਾਇਰਸ ਦਾ ਡਰ ਇੰਨਾ ਕੁ ਜ਼ਿਆਦਾ ਕਿ ਪੇਰੈਂਟਸ ਦੇ ਮਨ ਵਿੱਚ ਵੀ ਕਿ ਡਰ ਹੈ ਤੇ ਉਹ ਖੁਦ ਵੀ ਸ਼ਾਇਦ ਕਿਤੇ ਨਾ ਕਿਤੇ ਡਰਦੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ ਤੇ ਇਸੇ ਦਾ ਇੰਨਾ ਮਤਲਬ ਇੰਨਾ ਡਰ ਵੱਜ ਜਾਣਾ ਕਿ ਲੋਕੀ ਹੁਣ ਸਮਾਜ ਵਿੱਚ ਵਿਚਰਨ ਤੋਂ ਡਰ ਰਹੇ ਨੇ ਹਾਲਾਂਕਿ ਇਹ احتیاط ਜ਼ਰੂਰੀ ਹੈ ਕਿ ਸੋਸ਼ਲ ਡਿਸਟੈਂਸਿੰਗ ਕਾਇਮ ਰੱਖੀ ਜਾਵੇ ਪਰ ਡਰ ਬਹੁਤ ਬਹੁਤ ਜ਼ਿਆਦਾ ਕਰੋਨਾ ਵਾਇਰਸ ਦਾ ਜ਼ਿਆਦਾ ਉਸ ਦਾ ਡਰ ਬਹੁਤ ਹਾਵੀ ਹੋ ਗਿਆ ਸਰਕਾਰਾਂ ਡਰ ਪੈਦਾ ਕਰਨ ਲੱਗ ਜਾਣ ਸਾਡੀਆਂ ਖਿੜਕਾ ਕੇ ਲੋਕਾਂ ਨੂੰ ਭੀੜ ਤੰ ਲਾਡੋ ਥਾੜੀਆਂ ਖੜਕਾ ਦੋ ਫੁੱਲ ਖਬਰਸਾ ਦੋ ਸ਼ੰਖ ਬਿਜਾੜੋ ਇਕੱਠੇ ਕਿਤੇ ਤੁਰਦੇ ਦੇ ਰਹੇ ਨੇ ਦੂਜੇ ਪਾਸੇ ਕਮਿਨਡ ਬਣਾਤਾ ਇਹ ਤਵਰੀਕੀਆਂ ਨੇ ਫੜਾਤਾ ਜੀ ਇਹ ਹਜੂਰ ਸਾਹਾ ਨੇ ਫੜਾਤਾ ਜੀ ਹੈ ਆ ਲੰਗਰ ਵਾਲੇ ਨੇ ਲੰਗਰ ਤੇ ਕੇਸ ਬਣਾਤਾ ਲੰਗਰ ਵਰਤੌਣ ਵਾਲੇ ਬੰਦਿਆਂ ਤੇ ਕੇਸ ਬਣਾਤਾ ਔਰ ਜਿਹੜਾ ਆਪਣਾ ਗੁਰਦੁਆਰਾ ਸੀ ਨਾ ਮਜਨੂ ਟਿੱਲਾ ਉੱਥੋਂ ਦੇ ਬੰਦਿਆਂ ਦੇ ਉੱਤੇ ਕੇਸ ਬਣਾਤਾ ਸੋ ਜੇ ਅਸੀਂ ਆਏ ਦੇਖੀਏ ਜਦ ਸਰਕਾਰਾਂ ਇਸ ਪਾਸੇ ਤੁਰ ਪੈਣ ਕਿ ਅਸੀਂ ਜਾਤੀ ਕਰਨੀ ਹੈ ਉਦੋਂ ਲੋਕਾਂ ਚ ਭੈ ਹੁਣ ਭੈ ਕਿੰਨਾ ਚ ਹੈ ਜਿਹੜਾ ਤੁਸੀਂ ਭੈ ਦੀ ਗੱਲ ਕਰਦੇ ਹੋ ਪਾਏ ਹੈ ਸਿਰਫ 40 ਕਰੋੜ ਦੀ ਮਿਡਲ ਕਲਾਸ ਤੇ ਆਪਰੇ ਮਿਡਲ ਕਲਾਸ ਤੇ ਠੱਡੇਆਂ ਦੇ ਵਿੱਚ ਕਿੱਥੇ ਪਾਏ ਉਹ ਤਾਂ ਵਿਚਾਰੇ ਤੁਰੇ ਜਾਂਦੇ ਨੇ ਤੁਸੀਂ ਇੰਨੇ ਮਜ਼ਦੂਰ ਨਹੀਂ ਰੱਖੇ ਇੰਨੇ ਮਜ਼ਦੂਰ ਤੁਰੇ ਜਾ ਰਹੇ ਸੀ ਜੇ ਪਾਏ ਹੁੰਦਾ ਫਿਰ ਤੁਰਦੇ ਕਿਉਂ ਉਹ ਤਾਂ ਉਹੀ ਮਰ ਜਾਂਦੇ ਵਿਚਾਰੇ ਭੁੱਖ ਨਾਲ ਸੋ ਪਾਏ ਅਸੀਂ ਦੋ ਤਰ੍ਹਾਂ ਦਾ ਹਿੰਦੁਸਤਾਨ ਬਣਾਤਾ ਇੱਕ 40 ਕਰੋੜ ਦਾ ਇੱਕ 100 ਕਰੋੜ ਦਾ 100 ਕਰੋੜ ਵਾਲਾ ਬੰਦਾ ਸਾਡੇ ਨਜ਼ਰ 'ਚ ਬੰਦਾ ਹੀ ਨਹੀਂ ਹੈ ਇਸ ਕਰਕੇ ਅਸੀਂ ਉਹਦਾ ਤਾਂ ਗੰਦੇ ਨਹੀਂ ਵੀ ਪਾਈ ਉਹ ਕਿਵੇਂ ਔਖਾ ਹੋ ਰਿਹਾ ਉਹ ਸੜਕ ਤੇ ਮਰ ਜੇ ਤਾਂ ਅਸੀਂ ਉਹਦਾ ਕਸੂਰ ਕਹਨੇ ਆਂ ਟ੍ਰਾਵੇਜ਼ੀ ਦੀ ਟੱਕਰ ਹੋ ਕੇ ਮਰ ਗਿਆ ਤਾਂ ਅਸੀਂ ਕਸੂਰ ਕਹਨੇ ਆ ਜੇ ਟ੍ਰੇਨ ਦੇ ਵਿੱਚ ਉਹਨੂੰ ਪਾਣੀ ਨਹੀਂ ਮਿਲਿਆ ਰੋਟੀ ਨਹੀਂ ਮਿਲੀ ਉਹ ਮਰ ਗਿਆ ਤਾਂ ਅਸੀਂ ਉਹਦੇ ਕਸੂਰ ਕਹਨੇ ਆ ਜੇ ਉਹ ਕਿਸੇ ਦੂਜੇ ਆਪਣੇ ਆਪਣੇ ਘਰ ਜਾਣਾ ਚਾਹੁੰਦਾ ਹੈ ਬਾਰਡਰ ਤੇ ਰੋਕ ਕੇ ਕੁਆਰੰਟਾਈਨ ਗਲਤ ਕਰੀ ਤਾਂ ਅਸੀਂ ਉਹਦੇ ਕਸੂਰ ਕਹਨੇ ਆ ਜੇ ਉਹਨੂੰ ਰੋਟੀ ਨਹੀਂ ਮਿਲੀ ਉਹਨੂੰ ਬੰਦਿਆਂ ਦੀ ਬਜਾਏ ਪਸ਼ੂਆਂ ਦੀ ਤਰ੍ਹਾਂ ਰੋਟੀ ਸੁੱਟ ਰਿਹਾ ਤਾਂ ਵੀ ਅਸੀਂ ਉਹਦੇ ਕਸੂਰ ਕਹਿ ਰਹੇ ਹਾਂ ਸੋ ਇਸ ਕਰਕੇ ਅਸੀਂ ਜਿਹੜਾ ਕਸੂਰ ਦੀ ਗਲਤ ਕਰਦੇ ਹਾਂ ਹੁਣ ਇਹ ਕਈ ਵਾਰੀ ਮੈਂ ਸੁਣਦਾ ਜਿਹੜੇ ਤੁਸੀਂ ਜਿਹੜਾ ਸਵਾਲ ਹੈ ਬੜਾ ਇਹ ਜ਼ਰੂਰੀ ਹੈ ਜੀ ਕਈ ਉਹ ਤਾਂ ਜੀ ਟੁੱਟ ਕੇ ਪੈ ਜਾਂਦੇ ਨੇ ਰੋਟੀ ਨੂੰ ਮੇਰਾ ਤਜਰਬਾ ਹੈ ਕਿ ਮੈਂ ਹਜ਼ਾਰ ਹਜ਼ਾਰ 2 2000 ਇਕੱਠਾ ਨੂੰ ਡਿਪਟਾਇਆ ਜੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਸਭ ਨੂੰ ਰੋਟੀ ਮਿਲਣੀ ਹੈ ਫਿਰ ਕੋਈ ਨਹੀਂ ਧੱਕਾ ਕਰਦਾ ਧੱਕਾ ਉਹਦੋਂ ਕਰਦੇ ਨੇ ਵੀ ਰੋਟੀ ਦਾ 100 ਬੰਦੇ ਦੀ ਹੈ ਵਰਤਾਰੇ ਨੇ ਹਜ਼ਾਰ ਨੂੰ ਫਿਰ ਇਹ ਨਹੀਂ ਪਤਾ 100 ਤੋਂ 50 ਦੀ ਵਰਤਾਰੇ 50 ਦੀ ਆਪ ਦੇਣ ਕਿ ਸਾਨੂੰ ਲੈ ਜਾਂ ਚੱਕੇ ਤੇ ਫੇਰ ਤਾਂ ਟੁੱਟ ਪੈਗੀ ਪੈਗੀ ਸੋ ਲੋਕਾਂ ਨੂੰ ਇਨਡਿਸਪਲਨ ਹੈ ਖੁਦ ਕਰਦੇ ਨੇ ਇਹਨਾਂ ਦਾ ਅਵਧਾ ਹੈ ਕਿ ਇੱਕ ਤਾਂ ਰੋਟੀ ਘੱਟ ਹੈ ਕੁਆਲਟੀ ਮਾੜੀ ਹੈ ਮੈਂ ਰੋਜ਼ ਦੇਖਦਾ ਇਹਨਾਂ ਦਾ ਹਾਲ ਤੁਹਾਨੂੰ ਮੈਂ ਇੱਕ ਉਦਾਹਰਣ ਦੇ ਦਿੰਦਾ ਵੀ ਕਿਉਂ ਨਹੀਂ ਜੋ ਮੈਂ ਐਡਾ ਵੱਡਾ ਅਫਸਰ ਰਿਟਾਇਰ ਹੋਇਆ ਇੰਨੀ ਪੈਨਸ਼ਨ ਲੈ ਰਿਹਾ ਐਨਾ ਜ਼ਿੰਮੇਵਾਰ ਸ਼ਹਿਰੀ ਆ ਮੇਰੀ 29 ਤਰੀਕ ਨੂੰ ਕਵਾਰਨਟਾਈਨ ਖਤਮ ਹੋ ਗਈ 29 ਨੂੰ ਆ ਕੇ ਮੇਰੇ ਇਹਦੇ ਤੇ ਹੱਥ ਤੇ ਮੋਹਰ ਲਾ ਕੇ ਵੀ ਤੇਰੀ ਕਵਾਰਨਟਾਈਨ 29 ਤੱਕ ਤੁਸੀਂ ਜਦੋਂ ਜਲ ਖਤਮ ਹੋਗੇ ਉਦੋਂ ਮੋਹਰ ਲਾਉਣਾਗੇ ਐਚਾ ਬਾਹਰ ਪੋਸਟਰ ਤਾਂ ਲਾਗੇ ਉਹ ਪਿਆ ਪੋਸਟਰ ਉਹ ਉੱਤੇ ਪਿਆ ਨਾ ਜਿਹੜਾ ਉਹ ਪੋਸਟਰ ਜ ਸੋ ਜੇ ਇੰਨੇ ਬੇਵਕੂਫ ਨੇ ਜੇ ਇੰਨੇ ਸੰਵੇਦਨਾਹੀਨ ਨੇ ਕਿ ਤੁਸੀਂ ਉਹੀ ਲੋਕਾਂ ਦੇ ਮੋਹਰ ਲਾ ਕੇ ਬੰਦੇ ਨੂੰ ਤੁਸੀਂ ਐਜੋਲੇਟ ਕਰ ਦਿਓ ਤੁਸੀਂ ਬੰਦੇ ਨੂੰ ਇਹ ਬੰਦੇ ਦੀ ਬੇਇੱਜ਼ਤੀ ਕਰ ਰਹੇ ਹੋ ਮੋਰ ਲਾ ਕੇ ਜਦੋਂ ਤੱਕ ਕਰਨ ਨਹੀਂ ਖਤਮ ਹੋਗੀ ਦੁਗਣ ਚ ਭਾਇ ਕੌਣ ਪੈਦਾ ਕਰਿਆ ਫਿਰ ਮੇਰੀ ਮੋਰ ਜਿਹੜਾ ਹੱਥ ਤੇ ਦੇਖਦਾ ਉਹ ਹੁਣ ਤੇਈ ਹੈ ਤੇ ਉਹ ਤਾਂ ਸੋਚਦਾ ਵੀ ਇਹ ਪਤਾ ਨਹੀਂ ਕੀ ਆ ਵੀ ਕਰੋਨਾ ਦਾ ਬ੍ਰੀਜੀਲੋ ਸੋ ਭਾਇ ਕਿਨੇ ਪੈਦਾ ਕਰਿਆ ਸਰਕਾਰ ਨੇ ਔਰ ਇਹ ਚੰਡੀਗੜ੍ਹ ਤਾਂ ਸਰਕਾਰ ਝੂਟੀ ਦੀ ਹੈ ਨਾ ਉਹ ਪੰਜਾਬ ਨੂੰ ਤਾਂ ਕਹਿ ਦੇਣਗੇ ਸੋ ਇਸ ਕਰਕੇ ਅਸੀਂ ਜਿਹੜਾ ਜੋ ਕੁਝ ਕਰ ਰਹੇ ਹਾਂ ਅਸੀਂ ਕਰੋਨਾ ਦੇ ਨਾਂ ਦੇ ਉੱਤੇ ਮੈਨੂੰ ਆ ਲੱਗਦਾ ਪੁਤਸ ਰਾਜ ਕਰ ਰਹੇ ਹਾਂ ਅਸੀਂ ਕਰੋਨਾ ਦੇ ਨਾਂ ਦੇ ਉੱਤੇ ਤਿੰਨ ਆੜੀ ਤੁਸੀਂ ਮੈਨੂੰ ਇਹ ਦੱਸੋ ਸਾਡਾ ਅੱਜ ਜਿਵੇਂ ਅੱਗ ਲੱਗੀ ਉਹ ਚ ਮਸ਼ਕਾਂ ਦੇਖਣੀਆਂ ਹੁੰਦੀਆਂ ਨਾ ਜੇ ਭਾਅ ਉਦੋਂ ਪੁੱਛਣ ਲੱਗ ਜੂ ਫਿਰ ਤਗੜਵੜ ਹੁੰਦੀ ਐ ਇਹਨਾਂ ਨੇ ਕਰੋਨਾ ਦੇ ਨਾਂ ਤੇ ਕੀ ਕਰਿਆ ਜੀ 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 ਤਿੰਨ ਆਰਡੀਨੈਂਸ ਲਾੰਦੇ ਜਿਹੜੇ ਕਿਸਾਨੀ ਦੇ ਉਲਟ ਨੇ ਇਹ ਆਰਡੀਨੈਂਸ ਅਚਜੇ ਹੁੰਦੀ ਡੋੜੀ ਸੀ ਜੀ 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 ਕਿਹੜੀ ਅੱਗ ਲੱਗੀ ਚੱਲੀ ਸੀ ਇਹਦਾ ਮਤਲਬ ਕੋਈ ਹੋਰ ਐ ਫਾਲਸੀ ਜਿਹੜੇ ਬੰਦੇ ਸ਼ਹੀਨ ਬਾਗ ਚ ਲੜ ਰਹੇ ਸੀ ਜਿਨ੍ਹਾਂ ਬੰਦਿਆਂ ਨੇ ਉਹਨਾਂ ਨੂੰ ਲੰਗਰ ਛਕਾਇਆ ਗੁਰੂ ਘਰ ਲੰਗਰ ਛਕਾਉਣ ਵਾਲੇ ਤੇ ਕੇਸ ਦਰਜ ਕਰਤਾ ਇਹ ਉਹਦੇ ਤੇ ਕੇਸ ਦਰਜ ਕਰਕੇ ਸਾਮਣ ਜਾਰੀ ਕਰਨ ਦੀ ਕੀ ਲੋੜ ਸੀ ਐਡੀ ਕਾਲੀ ਕੀ ਸੀ ਇਹਦੇ ਚ ਨੀ ਇਹਦੇ ਚ ਕਾੜੀ ਕੀ ਸੀ ਮੈਨੂੰ ਕੋਈ ਦੱਸ ਇਹ ਨਾ ਮੈਂ ਬਹਾਨੇ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਹਿੰਦਾ ਕਾੜੀ ਕੀ ਸੀ ਇਹਦਾ ਮਤਲਬ ਸਾਡਾ ਕਰੋਨਾ ਨੂੰ ਟੈਕਲ ਅੱਜ ਤਾਂ ਅਸੀਂ ਕਰੋਨਾ ਨੂੰ ਟੈਕਲ ਕਰਨ ਤੇ ਲੱਗਿਆ ਦੁਨੀਆ ਨੂੰ ਤਾਂ ਅਸੀਂ ਇਹ ਕਹਿੰਨਾ ਕਰੋਨਾ ਨੂੰ ਟੈਕਲ ਕਰੀ ਕਾੜੀ ਕੀ ਸੀ ਬਾਤ ਕਰ ਲੈਂਦੇ ਕਿਸ ਜਿਹੜਾ ਕਰਨਾ ਸੀ ਫਿਰ ਅਸੀਂ ਉਹਨਾਂ ਨੂੰ ਸਾਰੇ ਜੀਐਨਯੂ ਦੇ ਜਵਾਹਰ ਨਹਿਰੀ ਯੂਨੀਵਰਸਿਟੀ ਦੇ ਬੱਚਿਆਂ ਨੂੰ ਅੰਦਰ ਕਰੀ ਜਾਂਦੇ ਆ ਇਹ ਇਹ ਕਾਦੇ ਵਾਸਤੇ ਕਰਨਾ ਸੀ ਫਿਰ ਅਸੀਂ ਵਰਚੁਅਲ ਰੈਡਿੰਗਾਂ ਕਰਕੇ ਕਰੋੜਾਂ ਰੁਪਏ ਖਰਚ ਰਹੇ ਨੇ ਇਹ ਮਤਿਛਾ ਦੀ ਇਹ ਰੈਡਿੰਗਾਂ ਦੀ ਅੱਜ ਕੀ ਲੋੜ ਸੀ ਰੇਨੀ ਕਰਨੀ ਤੇ ਕਰੋਨਾ ਬਾਰੇ ਕਰੋ ਵੀ ਭਾਈ ਕਰੋਨਾ ਤੋਂ ਚੇਤਨ ਹੋ ਰੇਨੀ ਅਸੀਂ ਦੂਜੀਆਂ ਕਰਦਿਆਂ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਨੈਸ਼ਨਲ ਰੀਲੀਫ ਫੰਡ ਬਣਿਆ ਹੋਇਆ ਸੀ ਉਹਦੇ ਵੱਖ ਦਾ ਨਿਯਮ ਸੀ ਮੈਂ ਉਹ ਬੰਦਾ ਜਿਹੜਾ ਹਰ ਸਾਲ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਚ ਪੈਸੇ ਭੇਜਦਾ ਜੀ 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 ਦਾਨ ਭੇਜਦਾ ਤੇ ਐਸਕੇਵੀ ਭੇਜਿਆ ਪਰ ਮੈਂ ਭੇਜਦਾ ਉਹ ਰੀਲੀਫ ਵਾਲੇ ਚ ਇਧਰ ਨਹੀਂ ਭੇਜਾ ਪੀਐਮ ਕੇਰ ਚ ਉਹ ਪੀਐਮ ਕੇਰ ਵੱਖਰੀ ਬਣਾ ਲੈ ਤਾਂ ਕੋ ਦਾ ਹਿਸਾਬੀ ਨਾ ਦੇਣਾ ਪਵੇ ਜਦ ਕੋਈ ਬੰਦਾ ਜ਼ਿੰਮੇਵਾਰੀ ਦੀ ਕੁਰਸੀ ਤੇ ਬਹਿ ਕੇ ਇੱਕ ਵੱਖਰੀ ਗੋਦੀ ਰੱਖਣ ਲੱਗ ਜੇ ਵੀ ਇਹਦਾ ਮੈਨੂੰ ਲੋਕਾਂ ਨੂੰ ਦੱਸਣਾ ਹੀ ਨਾ ਪਵੇ ਇਸ ਤੋਂ ਵੱਡੀ ਬੇਇਮਾਨ ਇਹ ਵੱਡੀ ਬੇਇਮਾਨੀ ਹੈ ਮੁਲਕ ਨਾਲ ਇਹ ਜਿਹੜਾ ਮਰਜੀ ਕਹੇ ਮੈਂ ਕਹਿੰਦਾ ਇਹ ਬੇਇਮਾਨੀ ਹੈ ਮੁਲਕ ਨਾਲ ਇਹ ਬੇਇਮਾਨੀ ਹੈ ਤੇ ਧੋਖਾ ਹੈ ਜੀ ਇਹ ਧੋਖਾ ਧੜੀ ਜੇ ਵੱਡਾ ਮੁਲਕ ਦਾ ਹਕੂਮਾਨ ਕਰੇਗਾ ਤਾਂ ਥੱਲੇ ਵਾਲੇ ਕਿਉਂ ਨਹੀਂ ਕੱਟਣਗੇ ਥੱਲੇ ਨਾਲ ਤਾਂ ਫੇਕੀ ਹਾਸ ਰੱਖਦੇ ਹੋ ਜੇ ਹਕੂਮਾਨ ਲੋਗਾਂ ਨੂੰ ਡਰਾਏਗਾ ਤੇ ਫਿਰ ਦੂਜੀ ਇਹਨਾਂ ਨੇ ਹਰ ਬੰਦੇ ਨੂੰ ਡਰਾਉਣ ਦੀ ਹਰ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦੀ ਵਜ੍ਹਾ ਕਰਕੇ ਕਰੋਨਾ ਦਾ ਇਲਾਜ ਕਰਦੇ ਜੀ ਜੀ ਇਹ ਰੌਲਾ ਪਾਣੇ ਦਿੱਲੀ ਚੜਾ ਸ਼ਾਂਤੀ ਦਿੱਲੀ ਚੜਾ ਸੁਪਰੀਮ ਕੋਰਟ ਤੋਂ ਵੀ ਕਹਾਤਾ ਜੇ ਇੱਕ ਦਿਨ ਚ 200 250 ਬੰਦਾ ਮਰ ਗਿਆ ਫਿਰ ਆ ਰਿਹਾ ਦੁੱਖਜੀ ਰਾਤ ਪਈ ਹੈ ਮਰੀਜ਼ ਜਿੰਦੇ ਪੇਸ਼ੈਂਟ ਦੇ ਨਾਲ ਹਸਪਤਾਲ ਤਾਂ ਹਮੇਸ਼ਾ ਇੰਨਾ ਛਾ ਪੇਸ਼ੈਂਟ ਦੇ ਨਾਲ ਹੀ ਪਈਓ ਕੋਈ ਵਾਰਡ ਚ ਮਰੀਜ਼ ਮਰਦਾ ਜਾਂ ਆਈਸੀਯੂ ਚ ਮਰਦਾ ਉੱਥੇ ਸਾਰੇ ਥੋੜੇ ਮਰਦੇ ਨੇ ਇਕੱਠੇ ਉੱਥੇ ਦੂਜੇ ਵੀ ਤਾਂ ਜਿੰਦੇ ਹੁੰਦੀ ਨੇ ਉੱਥੇ ਤਾਂ ਪਈ ਨੇ ਪਰ ਗੱਡੀ ਚ ਕਦੇ ਰਾਸ਼ਾ ਨਹੀਂ ਸੁਣਿਆ ਸੀ ਜਿਹੜਿਆ ਗੱਡੀ ਚ 100 200 ਰਾਸ਼ਾ ਦਿਖੀਆਂ ਉਹ ਸਾਡੇ ਮੁੱਖ ਅਧਿਲੀਆ ਜਿਹੜਾ ਉਹਨੂੰ ਨਜ਼ਰੀ ਨਹੀਂ ਆਈਆਂ ਉਹਨੂੰ ਪਤਾ ਹੀ ਨਹੀਂ ਪੱਗੜੀ ਗੱਡੀ ਚ ਵੀ ਰਾਸ਼ਾ ਆ ਜਾਂਦੇ ਸੋ ਉਹਨਾਂ ਨੂੰ ਦਿੱਲੀ ਵਾਲਿਆਂ ਦਾ ਲੱਛਣ ਦਿਖਨ ਲੱਗੀਆਂ ਸੋ ਅਸੀਂ ਮੈਨੂੰ ਐ ਲੱਗਦਾ ਹੈ ਵੀ ਅਸੀਂ ਸਸਤੀ ਸ਼ਾਸਤ ਦੇ ਵਿੱਚ ਪੈ ਰਹੇ ਹਾਂ ਅਸੀਂ ਆਪਣੀਆਂ ਸੰਸਾਵਾਂ ਨੂੰ ਤੋੜ ਰਹੇ ਹਾਂ ਸਾਨੂੰ ਕਰੋਨਾ ਦੇ ਨਾਂ ਦੇ ਉੱਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਕਿੱਥੇ ਤਾਂ ਅਸੀਂ ਉਹਨੂੰ ਇੱਕ ਦੂਜੇ ਦਾ ਦੋਸਤੀ ਮਿੱਤਰੇ ਇੱਕ ਦੂਜੇ ਦੀ ਹਿਊਮਨ ਰਿਲੇਸ਼ਨ ਸਿਖਾਉਣਾ ਸੀ ਸਾਡੇ ਮੁਟਕ ਦੇ ਵਿੱਚ ਐਡੀ ਤਾਕਤ ਸੀ ਕਿ ਸਾਡੇ ਕੋ ਆਸ਼ਾ ਵਰਕਰ ਨੇ ਅਸੀਂ ਘਰ ਘਰ ਜਾ ਕੇ ਸਰਵੇ ਕਰ ਸਕਦੇ ਸੀ ਅਸੀਂ ਨੌਜਵਾਨਾਂ ਨੂੰ ਕਹਿ ਸਕਦੇ ਹਾਂ ਆਪਦੇ ਆਪਣੇ ਮਹੱਲੇ 'ਚ ਭਾਈ ਕਮੇਟੀਆਂ ਬਣਾ ਲਓ ਆਪਦੇ ਮਹੱਲੇ ਦਾ ਆਪ ਧਿਆਨ ਰੱਖੋ ਅਸੀਂ ਜਿਹੜਾ ਕਹਿੰਦੇ ਸੀ ਖਾਣਾ ਦੇਣਾ ਕਿਉਂਕਿ ਅਸੀਂ ਤਾਂ ਠੱਗੀ ਮਾਰਨੀ ਸਿਖਾਣੇ ਦੀ ਜੇ ਠੱਗੀ ਨਾ ਮਾਰਨੀ ਹੁੰਦੀ ਤਾਂ ਅਸੀਂ ਖਾਣਾ ਉਹ ਮਹੰਡਿਆਂ ਦੀ ਕਮੇਟੀਆ ਕੋਲ ਪਹੁੰਚਾ ਦਿੰਦੇ ਉਹ ਅੱਗੇ ਵੰਡ ਦਿੰਦੇ ਕਿਉਂਕਿ ਮਹੱਲਾ ਕਮੇਟੀਆ ਕੋ ਠੱਗੀ ਨਹੀਂ ਮਾਰਦੀਆਂ ਇਹ ਮੈਨੂੰ ਪੱਕਾ ਪਤਾ ਹੈ ਰੋਜੀ ਨੰਗਰ ਲੰਗਰੋਂ ਦੇ ਲੋਕ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ ਉਹ ਕਦੀ ਨਹੀਂ ਮੈਂ ਉੱਥੇ ਠੱਗੀ ਹੁੰਦੀ ਦੇਖੀ ਠੱਗੀ ਇਹ ਨਾ ਇਹ ਸਰਕਾਰੀ ਸਿਸਟਮ ਚ ਹੁੰਦੀ ਹੈ ਫਿਰ ਇਸ ਤੋਂ ਅੱਗੇ ਇਹਨਾਂ ਨੇ ਕੀ ਕਰਿਆ 200 ਰੁਪਏ ਲਈ ਕਿੱਟ ਇਹਨਾਂ ਦਾ ਆਪ ਦਾ ਬੰਦਾ ਪੋਲੀਟੀਕਲ ਬੰਦਾ 600 ਰੁਪਏ ਚ ਵੇਚ ਰਿਹਾ ਫਿਰ ਬਾਤ ਕਰ ਫੇਰ ਐਂਬੂ ਬੈਗ ਹੁੰਦਾ ਇੱਕ ਜਿਹੜਾ ਬੁਰਬੁਲੀਤ ਨਾਲ ਸਾਹ ਦਿੰਨਿਆ ਸੀ ਐਂਬੂ ਬੈਗ ਨੂੰ ਵੈਂਟੀਲੇਟਰ ਕਹਿ ਕੇ ਵੇਚਾ ਇਹਨਾਂ ਦੇ ਬੰਦੇ ਨੇ ਗੁਜਰਾਤ ਦੇ ਵਿੱਚੋਂ ਤੇ 50000 ਰੁਪਏ ਤਾਂ ਕਿੰਨਾ ਖਰੀਦਦੇ ਆ ਜੀ 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 ਕਿ ਉਹ ਵੈਂਟੀਲੇਟਰ ਹੋਈ ਨਹੀਂ ਉਹ ਮਰੀਜ਼ ਨੂੰ ਮਾਰੇਗਾ ਜੀ ਜੀ ਉਹ ਤਾਂ ਕਰੰਟ ਡਾ ਖਾ ਡੰਡਾ ਧੱਕੇਗਾ ਸੋ ਅਸੀਂ ਕਰੋਨਾ ਨੂੰ ਠੀਕ ਕਰਨ ਵਾਸਤੇ ਕਰੋਨਾ ਨੂੰ ਰੋਕਣ ਵਾਸਤੇ ਕੁਝ ਨਹੀਂ ਕਰਿਆ ਇਹ ਮੈਨੂੰ ਕਹਿੰਹ ਚ ਕੋਈ ਝਿਜਕ ਨਹੀਂ ਐ ਅਸੀਂ ਸਿਰਫ ਡੰਡਾ ਫੇਰੇ ਲੋਕਾਂ ਦੇ ਉੱਤੇ ਕਿ ਅਸੀਂ ਡੰਡੇ ਨੂੰ ਇਲਾਜ ਦੱਸਿਆ ਕਿ ਹੁਣ ਕਿਉਂ ਰੌਲਾ ਪਾਇਆ ਜਾ ਰਿਹਾ ਹੈ ਇਹ ਮੈਂ ਦੱਸਣਾ ਇੱਕ ਸਵਾਲ ਹੈ ਇੱਕ ਸਵਾਲ ਮੈਂ ਇੱਥੇ ਨਾਲ ਜੋੜਨਾ ਚਾਹੁੰਗੀ ਕਿ ਅੱਜ ਦੇ ਸਮੇਂ ਵਿੱਚ ਕਿਉਂਕਿ ਮੈਂ ਹਰ ਸਵਾਲ ਲੈਣਾ ਚਾਹੁੰਦੀ ਹਾਂ ਜੋ ਦਰਸ਼ਕ ਜੋ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਦੇ ਜ਼ਿਹਨ 'ਚ ਹੈ ਅੱਜ ਕੱਲ ਅੱਜ ਦੇ ਟਾਈਮ ਵਿੱਚ ਮੀਡੀਓਕਰ ਫੈਮਿਲੀ ਵਿੱਚ ਇਨਸਾਨ ਡਰ ਰਿਹਾ ਹੈ ਕਿ ਜੇ ਇਨ ਕੇਸ ਕਿਸੇ ਨੂੰ ਬਾਹਰ ਨਿਕਲਦੇ ਆ ਕਰੋਨਾ ਵਾਇਰਸ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਅਗਰ ਅਸੀਂ ਪ੍ਰਾਈਵੇਟ ਹਸਪੀਟਲ ਚਲੇ ਜਾਂਦੇ ਆ ਤਾਂ ਟੈਸਟ ਤੋਂ ਲੈ ਕੇ ਜਦ ਤੱਕ ਹਸਪੀਟਲ ਵਿੱਚ ਹੈ ਲੱਖਾਂ ਦਾ ਜੋ ਬਿੱਲ ਬਣ ਜਾਂਦਾ ਹੈ ਸਰਕਾਰ ਵੱਲੋਂ ਇੱਥੇ ਵੀ ਚੀਜ਼ ਕਰਨੀ ਚਾਹੀਦੀ ਸੀ ਕਿ ਟੈਸਟ ਤੌਰ ਤੇ ਇਹ ਡਰ ਖਤਮ ਹੋ ਜਾਂਦਾ ਕਿ ਚਾਹੇ ਸਾਡੇ ਕੰਮਕਾਜ ਠੱਪ ਹੋ ਗਏ ਨੇ ਅਸੀਂ ਘਰਾਂ ਵਿੱਚ ਬੈਠੇ ਆ ਲੇਕਿਨ ਅਗਰ ਇਨ ਕੇਸ ਸਾਡੇ ਘਰ ਵਿੱਚ ਘਰ ਪਰਿਵਾਰ ਵਿੱਚ ਕਿਸੇ ਨੂੰ ਕਰੋਨਾ ਵਾਇਰਸ ਹੋ ਜਾਂਦਾ ਤਾਂ ਉਸ ਨੂੰ ਮੈਡੀਕਲ ਸਹੂਲਤ ਦੇ ਪੱਖੋਂ ਕੋਈ ਕਮੀ ਨਹੀਂ ਆਏਗੀ ਬਿਲਕੁਲ ਸਰਕਾਰ ਕੋਈ ਮੈਡੀਕਲ ਸਹੂਲਤ ਦੇਣ ਨੂੰ ਤਿਆਰ ਨਹੀਂ ਸਰਕਾਰ ਬਿਲਕੁਲ ਲੋਕਾਂ ਨੂੰ ਡਰਾ ਰਹੀ ਹੈ ਇਸ ਮਾਮਲੇ 'ਚ ਵੀ ਜੀ ਜੀ ਰੈਸ਼ਨਲ ਅਪਰੋਚ ਨਹੀਂ ਕਰ ਰਹੀ ਰੈਸ਼ਨਲ ਅਪਰੋਚ ਨਾ ਹੋਣ ਕਰਕੇ ਕੀ ਹੋ ਰਿਹਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਜੇ 90% ਨੂੰ ਮਾਈਲਡ ਮੋਡਰੇਟ ਸਿੰਪਟਮ ਨੇ ਆਪੇ ਠੀਕ ਹੋਣਾ ਹੈ ਉਹਨਾਂ ਹਸਪਤਾਲ ਜਾਣ ਦੀ ਕੋਈ ਢੋੜ ਹੈ ਕੋਈ ਦਵਾਈ ਨਹੀਂ ਲੈ ਸੁਰ ਪਰਸੀਟ ਮੋੜ ਲੜੋ ਪਰਸੀਟ ਮਰ ਤਾਂ ਕੋਈ ਵੀ ਕਰੇ ਨਹੀਂ ਸਕਦਾ ਡਰਨ ਦੀ ਕੀ ਲੋੜ ਹੈ ਮੀਡਲ ਕਲਾਸ ਨੂੰ ਡਰਦੇ ਤਾਂ ਨੇ ਯੰਗ ਬੰਦੇ ਨੂੰ ਜਿਹੜਾ ਡਰਦੇ ਨੇ ਜਿਹੜਾ 65 ਸਾਲ ਤੋਂ ਉਪਰ ਉਹਨੂੰ ਘਰੇ ਥੋੜਾ ਜਿਹਾ ਬਚਾ ਕੇ ਰੱਖੋ ਭਾਈ ਬਾਕੀਆਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਣਾ ਇਹ ਹੋ ਵੀ ਜਾਏਗਾ ਸੋ ਪਹਿਲੀ ਗੱਲ ਤਾਂ ਅਸੀਂ ਇਹ ਪੇਸ਼ ਕਰਤਾ ਵੀ ਜੇ ਕਰੋਨਾ ਹੋਇਆ ਤੁਸੀਂ ਮਰ ਗਏ ਬਿਲਕੁਲ ਬਈ ਕਰੋਨਾ ਹੋ ਕੇ ਮਰਨਾ ਨਹੀਂ ਹੈ 90% ਆਪੇ ਠੀਕ ਹੋਣਾ ਹੈ ਜਿਹੜੇ ਬਾਕੀ 10% ਰਹਿਗੇ ਉਹਨਾਂ 'ਚ 2% ਨੇ ਸੀਰੀਅਸ ਹੋਣਾ ਹੈ 2% ਦੇ ਵਿੱਚੋਂ 0.5% ਨੇ ਮਰਨਾ ਸੋ ਇਸ ਕਰਕੇ ਤੁਸੀਂ ਕਿਉਂ ਡਰਦੇ ਹੋ ਦੂਜੀ ਗੱਲ ਸਾਡੇ ਕੋਲ 250 ਸਰਕਾਰੀ ਤੇ 200 ਪ੍ਰਾਈਵੇਟ ਮੈਡੀਕਲ ਕਾਲਜ ਹੈ ਜਿਨ੍ਹਾਂ ਦਾ ਸਵਾ ਲੱਖ ਬੈੱਡ ਹੈ ਅਸੀਂ ਕਹਿੰਦੇ ਜਨ ਸਾਡੇ ਕੋਲ ਤਾਂ ਬੈਡੀ ਨਹੀਂ ਲੋਕਾਂ 'ਚ ਇਮਪ੍ਰੈਸ਼ਨ ਇਹ ਪੈਦਾ ਕਰਤਾ ਵੀ ਸਾਡੇ ਕੋਲ ਤਾਂ ਮੰਜੀ ਨਹੀਂ ਹੈਗਾ ਹਸਪਤਾਲਾਂ ਦੇ ਸੜਕ ਸਾਡੇ ਕੋਲ ਤਾਂ ਕਦੇ ਮੈਡੀਕਲ ਕਾਲਜਾਂ 'ਚ 2 ਲੱਖ 1.5 ਰੱਖ ਬੈੱਡ ਹੈਗਾ ਤੇ ਮਰੀਜ਼ ਆ ਜੇ ਤੱਕ 1.5 ਲੱਖ ਨਹੀਂ ਸਾਡੇ ਕੋਲ ਉਹ ਦਾਖਲ ਹੋਣ ਵਾਲਾ ਆ ਕਿਉਂਕਿ ਸਾਡੇ 3 ਲੱਖ ਤੋਂ 1.5 ਲੱਖ 2 ਲੱਖ ਤਾਂ ਠੀਕ ਹੀ ਹੋ ਚੁੱਕਿਆ 1.5 ਲੱਖ ਬਾਕੀ ਉਹ ਸਾਰਾ ਦਾਖਲ ਹੋਣ ਨਾਲ ਤਾਂ ਹੈ ਨਹੀਂ ਉਹ ਤਾਂ ਆਈਸੀਯੂ 'ਚ ਜਾਣ ਵਾਲਾ ਕਿੰਨਾ ਕਹ ਫਿਰ ਸਾਡੇ ਕੋਲ ਡਿਸਟ੍ਰਿਕਟ ਹਸਪਤਾਲ ਨੇ 1000 ਬੈੱਡ ਦੇ 750 ਹਸਪਤਾਲ ਹੈ ਜੀ ਫੇਰ ਸਾਡੇ ਕੋਲ ਤਸੀਹੇ ਨਵੰਦੇ ਹਸਪਤਾਲ ਨੇ 3500 ਹਸਤਾਲੇ 50-50 ਬੈੱਡ ਦੇ ਫੇਰ ਸਾਡੇ ਕੋਲੇ ਬਲਾਕ ਲੈਵਲ ਦੇ ਹਸਤਾ ਨੇ 5500 ਹਸਤਾਲੇ 30-30 ਬੈੱਡ ਦਾ ਅਸੀਂ ਇਹਨਾਂ ਰੋੜਾ ਪਤਾ ਵੀ ਸਾਡੇ ਕੋਲ ਬੈੱਡ ਨਹੀਂ ਬੈੱਡ ਨਹੀਂ ਸਾਡੇ ਕੋਲ ਡਾਕਟਰ ਨਹੀਂ ਸਾਡੇ ਕੋਲ ਮਰੀਜ਼ ਨਹੀਂ ਸਾਡੇ ਕੋਲ ਅਰਾਜ ਨਹੀਂ ਹੋਣਾ ਕਿ ਇਹ ਤਾਂ ਪਾਇਆ ਕਿ ਪ੍ਰਾਈਵੇਟ ਦੀ ਡੁੱਟ ਹੋ ਸਕੇ ਬੰਦਾ ਡਰ ਕੇ ਪ੍ਰਾਈਵੇਟ 'ਚ ਜਾਵੇ ਅਸੀਂ ਸਰਕਾਰ ਹਾਂ ਕਿ ਤੁਹਾਨੂੰ ਪਤਾ ਹੀ ਹੈ ਪ੍ਰਾਈਵੇਟਾਂ ਤੋਂ ਬੰਦ ਕਰਤਾ ਸੀ ਭੱਜ ਗਏ ਸੀ ਸਰਕਾਰੀਆਂ ਨੇ ਸਾਰਾ ਕੁਝ ਦੇਖਿਆ ਆਪ ਦਾ ਰਿਸਕ ਲੈ ਕੇ ਦੇਖਿਆ ਕਿੰਨੇ ਡਾਕਟਰਾਂ ਨੇ ਮੇਰੇ ਕੋਲ ਡਿਸਕ ਭਈਏ ਕਿੰਨੇ ਡਾਕਟਰ ਨਰਸਾਂ ਕਲਾਸ ਫੋਰ ਸਾਡੇ ਡੈ ਹਾਂ ਆਪੁਰਸੀ ACP ਦੀ ਡੈਥ ਹੋਈ ਹੈ ਲੁਧਿਆਣਾ ਸਾਨੂੰ ਸਭ ਨੂੰ ਪਤਾ ਹੈ ਇਹਦੇ ਬਾਵਜੂਦ ਸਰਕਾਰੀ ਸਿਸਟਮ ਨੇ ਜੇ ਅਸਰ ਰੋਜ਼ਗਾਰਾਂ ਕਰਦੀ ਸੀ ਸਰਕਾਰ ਨਾਲ ਪਾਣੀ ਵਾਲੇ ਮਾੜੇ ਜੀ ਬਿਜਲੀ ਵਾਲੇ ਮਾੜੇ ਜੀ ਪੁਲਿਸ ਵਾਲੇ ਮਾੜੇ ਜੀ ਮੈਂ ਕਿਹਨੇ ਮਾੜੇ ਹੈਗੇ ਨੇ ਡਾਕਟਰ ਮਾੜੇ ਜੀ ਹੈਲਥ ਮਾੜੀ ਜੀ ਅੱਜ ਜੇ ਕਿਸੇ ਨੇ ਕੰਮ ਕਰਿਆ ਪਾਣੀ ਬਿਜਲੀ ਹੈਲਥ ਪੁਲਸ ਤੇ ਅੱਗ ਬੁਝਾਉਣ ਵਾਲੇ ਇਹ ਪੰਜ ਵਿਭਾਗਾਂ ਨੇ ਤਾਂ ਦਿਨ ਰਾਤ ਕੰਮ ਕਰੇ ਤਾਂ ਹੀ ਤਾਂ ਕਰੋਨੇ ਤੇ ਉਹ ਹੋਇਆ ਨਹੀਂ 130 ਕਰੋੜ ਦੀ ਜਨਤਾ ਨੂੰ ਕੌਣ ਹੈਂਡਲ ਕਰਦਾ ਤੇ ਪਰ ਅੱਜ ਵੀ ਇਹ ਇਹਨਾਂ ਨੂੰ ਮਾੜਾ ਕਹਿ ਰਹੇ ਨੇ ਦਿਖਾਵਾ ਕਰ ਰਹੇ ਨੇ ਇਹ ਤਾਂ ਮਾੜੇ ਨੇ ਜਿਹੜਾ ਕੋਈ ਆਈਏ ਸਭ ਤੋਂ ਵੱਡਾ ਬੋਲਦਾ ਵੀ ਭਾਈ ਇੱਥੇ ਟੈਸਟ ਹੋਣੇ ਚਾਹੀਦੇ ਯੂਪੀ ਤੇ ਉਹਦੇ ਤੇ ਕੇਸ ਮਾਰਦਾ ਜਿਹੜੇ ਡਾਕਟਰ ਨੇ ਕਹਿੰਦਾ ਮਾਸਕ ਨਹੀਂ ਮੰੰਦੇ ਉਹਨੂੰ ਨੰਗਾ ਕਰਕੇ ਕੁੱਟਦਾ ਜਿਹੜੇ ਇੱਥੇ ਨਰਸਾਂ ਨੇ ਅੰਮ੍ਰਿਤਸਰ ਦੇ ਵਿੱਚ ਮੁਜਾਹਰਾ ਕਰਤਾ ਕਿ ਜੀ ਸਾਨੂੰ ਅੰਦਰ ਹੀ ਰਹਿਣ ਦਿਓ ਕਿਉਂਕਿ ਕੋਰੋਨਾ ਵਾਰਡ 'ਚ ਅਸੀਂ ਕੰਮ ਕਰਦੇ ਆ ਘਰੇ ਜਾ ਕੇ ਸਾਡੇ ਬੱਚੇ ਬਿਮਾਰ ਹੋਣਗੇ ਉਹਨਾਂ ਦੇ ਉੱਤੇ ਅਸੀਂ ਹਮਲੇ ਕਰਨੇ ਸ਼ੁਰੂ ਕਰਤੇ ਸੋ ਸਾਡਾ ਜਿਹੜਾ ਏਮ ਹੈ ਲੋਕਾਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੂੰਗਾ ਇਸ ਗੱਲ ਦੇ ਵਿੱਚ ਜਿਹੜੇ ਕਿਹ ਲੋਕਾਂ ਨੂੰ ਐਨਾ ਡਰਨਾ ਨਹੀਂ ਚਾਹੀਦਾ ਕਿਉਂਕਿ ਹੁਣ ਆਪਨ ਹੱਥੀ ਆਪਣਾ ਆਪੇ ਕਾਦ ਸਵਾਰੀ ਵਾਲੀ ਗੱਲ ਆ ਗਈ ਇਹ ਸਰਕਾਰ ਬਿਲਕੁਲ ਕੁਝ ਨਹੀਂ ਕਰਨਾ ਇਸ ਸਰਕਾਰ ਨੇ ਸਰਕਾਰ ਦੀ ਚਿੰਤਾ ਕੋਈ ਨਹੀਂ ਹੋ ਸਕਦਾ ਸਰਕਾਰ ਇਹ ਵੀ ਚਾਹੁੰਦੀ ਹੋਵੇ ਅੰਦਰੋਂ ਦੇ ਵੀ ਕੁਝ ਬੰਦੇ ਪਾਪੂਲੇਸ਼ਨ ਘਟ ਜੇ ਕਿਉਂਕਿ ਦੂਜੇ ਪਾਸੇ ਇਹਨਾਂ ਦੀ ਗੁਰਗਾਂ ਨੇ ਰੌਲਾ ਪਾਣਾ ਸ਼ੁਰੂ ਕਰਿਆ ਹੋਇਆ ਵੀ ਪਾਪੂਲੇਸ਼ਨ ਬਹੁਤ ਵਧ ਗਈ ਸੋ ਹੁਣ ਲੋਕਾਂ ਨੂੰ ਕੀ ਚਾਹੀਦਾ ਹੈ ਕਰੋਨਾ ਤੋਂ ਪੈਸੇ ਦੀ ਗੱਲ ਡਰਨਾ ਨਹੀਂ ਜੇ ਕਰੋਨਾ ਹੋ ਜਾਂਦਾ ਹੈ 90% ਮਰੀਜ਼ਾਂ ਨੇ ਆਪੇ ਠੀਕ ਹੋ ਜਾਣਾ ਕੋਈ ਦਵਾਈ ਨਹੀਂ ਲੈਣੀ ਕੋਈ ਹਸਪਤਲ ਜਾਂਦੀ ਲੋੜ ਨਹੀਂ ਟੈਸਟ ਹੋ ਵੀ ਜਾਣਾ ਹੋਵੇ ਇਥੋਂ ਤੱਕੇ ਨੈਸ਼ਨਲ ਇੰਟਰਨੈਸ਼ਨਲ ਗਾਈਡਲਾਈਨ ਚ ਲਿਖਿਆ ਹੈ ਵੀ ਜੇ ਤੁਹਾਡਾ ਕਰੋਨਾ ਦਾ ਟੈਸਟ ਨਹੀਂ ਹੋਇਆ ਤੁਹਾਡੇ ਸਿੰਪਟਮ ਠੀਕ ਹੋ ਗਏ ਤਾਂ ਤੁਸੀਂ ਉਹਦੋਂ ਹਫਤੇ ਬਾਅਦ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿਓ ਜੇ ਟੈਸਟ ਹੋ ਗਿਆ ਤਾਂ ਦੋ ਵਾਰੀ ਟੈਸਟ ਨੈਗੇਟਿਵ ਜੇ 24 ਘੰਟੇ ਚਾਹੇ ਤਾਂ ਉਹਦੀ ਮਿਲਣਾ ਸ਼ੁਰੂ ਕਰ ਦਿਓ ਇਹਦਾ ਮਤਲਬ ਟੈਸਟ ਦੀ ਤਾਂ ਕੋਈ ਲੋੜ ਤਾਂ ਹੋਈ ਨਾ ਬਹੁਤੀ ਇਹ ਇੰਟਰਨੈਸ਼ਨਲ ਗਾਈਡਲਾਈਨਸ ਨੇ ਕੋਈ ਐਵੇਂ ਨਹੀਂ ਹੈ ਬਟ ਬਟ ਗਲਤੀ ਆ ਜਾਂਦੀ ਹੈ ਸ਼ਾਇਦ ਕਿ ਅਧੂਰੀ ਜਾਣਕਾਰੀ ਹੋਣ ਕਰਕੇ ਲੋਕਾਂ ਵਿੱਚ ਡਰਾ ਦੇਖੋ ਅੱਜ ਦੇ ਟਾਈਮ ਦੇ ਵਿੱਚ ਮਾਹੌਲ ਇਹ ਹੋ ਗਿਆ ਕਿ ਲੋਕਾਂ ਦੇ ਘਰਾਂ ਵਿੱਚ ਅਗਰ ਕਿਸੇ ਕਾਰਨ ਵਿੱਚ ਕਿਸੇ ਪਰਿਵਾਰਕ ਮੈਂਬਰ ਨੂੰ ਕੋਰੋਨਾ ਵਾਇਰਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਲੋਕ ਉਸ ਦੀ ਬਾਡੀ ਲੈ ਕੇ ਉਸ ਦਾ ਸੰਸਕਾਰ ਕਰਨ ਤੋਂ ਵੀ ਘਤਰਾਂਦੇ ਨੇ ਮਤਲਬ ਪਿੱਛੇ ਹੋ ਜਾਂਦੇ ਨੇ ਉੱਥੇ ਤੱਕ ਪਹੁੰਚਦੇ ਵੀ ਨਹੀਂ ਸ਼ਕਲ ਦੇਖਣ ਨੂੰ ਵੀ ਤਿਆਰ ਨਹੀਂ ਹੁੰਦੇ ਬਿਲਕੁਲ ਠੀਕ ਹੈ ਤੇ ਤੁਸੀਂ ਇਹ ਕਹਿੰਦੇ ਹੋ ਸਾਡੇ ਤਾਂ ਵੱਡੇ ਵੱਡੇ ਉਹ ਦੀ ਹਜ਼ੂਰੀ ਲੱਗੀ ਦੀ ਡੈਥ ਹੋ ਗਈ ਤੇ ਸਾਡੇ ਕਾਬ ਦੇ ਜਸੇਦਾਨੋ ਜਾਨੋ ਡਰ ਗਏ ਨਹੀਂ ਤਾਂ ਕ੍ਰੀਮੇਸ਼ਨ ਤੇ ਜਾਣਾ ਚਾਹੀਦਾ ਸੀ ਹਜ਼ੂਰੀ ਲੱਗੀ ਸੀਗੇ ਉਹ ਉੱਥੇ ਅੰਮ੍ਰਿਤਸਰ ਉਹ ਬੈਠੇ ਸੀਗੇ ਉਹਦੀ ਜਾ ਕੇ ਕਹਿੰਦੇ ਮੈਂ ਕਰੂੰਗਾ ਅਰਦਾਸ ਸੋ ਸਾਡੇ ਲੋਕਾਂ ਚ ਇੰਨਾ ਪੈ ਵੀ ਪੈਦਾ ਕਰਤਾ ਤੇ ਸਾਡੇ ਜਿਹੜੇ ਮਿਡਲ ਕਲਾਸ ਹੈ ਨਾ ਇਹ ਕਹਿੰਦੇ ਮੈਂ ਬਚ ਜਾ ਇਹਨੂੰ ਪ੍ਰੀਖਾ ਹੈ ਜੇ ਆਲੇ-ਦਾਲੇ ਬਾਬਾ ਫੈਦੀ ਹੋਊ ਨਾ ਫਿਰ ਇਹ ਕੱਲਾ ਨਹੀਂ ਬਚ ਸਕਦੇ ਸੋ ਬਲਕੇ ਇੱਕ ਗੱਲ ਹੈ ਥੋੜਾ ਮੋਟਾ ਕਰੋਨਾ ਹੋ ਜਾਣਾ ਜੁਕਾਮ ਹੋ ਜਾਣਾ ਬੁਖਾਰ ਹੋ ਜਾਣਾ ਖੰਘ ਹੋ ਜਾਣੀ ਉਹ ਤੋਂ ਡਰਨਾ ਨਹੀਂ ਚਾਹੀਦਾ ਮਾਨਸਿਕ ਤੌਰ ਤੇ ਜੇ ਡਰੇ ਰਹਿਣਗੇ ਤਾਂ ਕਰੋਨਾ ਵੱਧ ਹੁੰਦਾ ਹੈ ਕਿਉਂਕਿ ਤੁਹਾਡੀ ਇਮਿਊਨਿਟੀ ਘਟ ਜਾਂਦੀ ਹੈ ਜਦ ਤੁਸੀਂ ਮਾਨਸਿਕ ਤੌਰ ਤੇ ਡਰ ਜਾਂਦੇ ਹੋ ਆਪਾਂ ਕਹਿੰਦੇ ਨੇ ਡਰ ਕੇ ਤਾਂ ਲੋਕਾਂ ਦਾ ਮੌਤ ਹੋ ਜਾਂਦੀ ਹੈ ਹਾਰਟ ਅਟੈਕ ਹੋ ਜਾਂਦਾ ਸੋ ਜਦ ਤੁਸੀਂ ਆਪ ਦੀ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਏ ਹਾਂ ਮੈਨੂੰ ਕਰੋਨਾ ਨਾ ਹੋ ਜੇ ਹਾਂ ਮੈਂ ਮਰਨਾ ਚਾਹਾਂ ਹਾਂ ਮੇਰੇ ਗੰਡੀ ਜੇ ਮੈਨੂੰ ਕਰੋਨਾ ਨਾ ਕਰ ਦੇ ਹਾਏ ਮੇਰੇ ਨਾਲ ਬੈਠਾ ਕਿ ਕੋਰੋਨਾ ਨਾ ਕਰ ਦੇ ਹਾਏ ਬੀਬੀ ਮੇਰਾ ਇੰਟਰਵਿਊ ਕਰਨਾ ਹੈ ਕਿ ਤੇ ਤੂੰ ਮੈਨੂੰ ਕੋਰੋਨਾ ਨਾ ਹੋ ਜਾਈ ਨਾ ਮੈਂ ਸੱਚੀ ਗੱਲ ਕਹਣਾ ਹਾਏ ਮੇਰੀ ਮੇਰੇ ਸੋਫੇ ਨੂੰ ਕਿ ਤੂੰ ਇਨਫੈਕਟ ਨਾ ਕਰ ਜੇ ਤੇ ਫੇਰ ਮੈਂ ਜੀ ਨਹੀਂ ਸਕਦਾ ਬਿਲਕੁਲ ਫੇਰ ਮੈਂ ਬਹਿਮ ਦੇ ਵਿੱਚੋਂ ਡਰ ਦੇ ਵਿੱਚੋਂ ਹਰ ਵਕਤ ਪਲ-ਪਲ ਮਰਾਂਗਾ ਸੋ ਪਲ-ਪਲ ਮਰਨ ਨਾਲੋਂ ਜ਼ਿਆਦਾ ਚੰਗਾ ਹੁੰਦਾ ਇੱਕ ਵਾਰੀ ਮਰਨਾ ਸੋ ਹੌਸਲੇ ਨਾਲ ਇਹ ਕਹਿੰਦਾ ਵੀ ਕੋਈ ਨਹੀਂ ਇਹ ਤਕਲੀਫ ਹੈਗੀ ਹੈ ਇਹ ਤਕਲੀਫ ਦਾ ਸੀ ਸਾਰੇ ਮਿਲ ਕੇ ਸਾਂਝਾ ਕਰ ਰਹੇ ਹਾਂ ਸਾਹਮਣਾ ਵੀ ਕਰ ਰਿਹਾ ਤੇ ਇਹਦੇ ਵਿੱਚੋਂ ਬਹੁਤ ਵੱਡੀ ਗੱਲ ਨਹੀਂ ਹੈ ਮੈਂ ਆਪਦੇ ਆਪਣਾ ਆਫਰ ਕਰਦਾ ਜਿਹਨੂੰ ਵੀ ਮਹਿਸੂਸ ਹੋਵੇ ਕੋਈ ਤਕਲੀਫ ਮੈਨੂੰ ਜਦ ਮਰਜੀ ਦਿਨ ਰਾਤ ਫੋਨ ਕਰ ਲੈ ਮੈਨੂੰ ਦੱਸ ਦੇ ਭਾਈ ਤੂੰ ਐ ਕਰ ਲੈ ਕਿਉਂਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕੀ ਕਰਨਾ ਜੀ ਪੈਸੇ ਦੀ ਮੈਨੂੰ ਲੋੜ ਨਹੀਂ ਹੈ ਸੌਣ ਦੀ ਮੈਨੂੰ ਬਹੁਤੀ ਲੋੜ ਨਹੀਂ ਹੁੰਦੀ ਮੈਂ ਤਾਂ ਰਾਤ ਨੂੰ ਵੀ ਜਾਗਦਾ ਰਹਿਣਾ ਸੋ ਜੇ ਅਸੀਂ ਸਾਡੇ ਕੋਲ ਬਸੇਰੀ ਹੀ ਜੀ ਵਲੰਟੀਅਰ ਹੈਗੀ ਆ ਫੋਰਸ ਜਿਹੜੀ ਵਲੰਟੀਅਰ ਫੋਰਸ ਲੋਕਾਂ ਨੂੰ ਠੀਕ ਰਾਹ ਦੇਣ ਨੂੰ ਤਿਆਰ ਹੈ ਸਵਾਲ ਇਹ ਹੈ ਵੀ ਅਬਦੀ ਮਾਰੀ ਜਾਣ ਦੀ ਬਜਾਏ ਹਰੇਕ ਗੱਡ ਚ ਆਪ ਹੀ ਵੀ ਮੈਨੂੰ ਸਭ ਕੁਝ ਪਤਾ ਹੈ ਅੱਜ ਕੱਲ ਦੇ ਬੜੇ ਦਿਖਾਂ ਦੀ ਇੱਕ ਹੋਰ ਸਮੱਸਿਆ ਆ ਗਈ ਉਹ ਨੈੱਟ ਤੋਂ ਦੇਖ ਕੇ ਨਾ ਹੋਰ ਹੀ ਨਵੀਂ ਗੱਡ ਕਰਦੇ ਆ ਹੁਣੀ ਮੈਂ ਕੱਲ ਬਾੜੇ ਰਸਤੀ ਮੈਂ ਤੁਹਾਨੂੰ ਕੋਰੋਨਾ ਬਾਰੇ ਇੱਕ ਦੱਸਦਾ ਜੀ ਪਹਿਲਾਂ ਜੀ ਇਹਨਾਂ ਨੇ ਸ਼ੁਰੂ ਕਰਤਾ ਵੀ ਇਟਲੀ ਨੇ ਕਿਹਾ ਕਿ ਇਹ ਤਾਂ ਜੀ ਵਾਇਰਸ ਨਹੀਂ ਹੈ ਇਹ ਤਾਂ ਬੈਕਟੀਰੀਆ ਹੈ ਹਾਂ ਪੋਸਟਮਾਰਟਮ ਚ ਕਿਹਾ ਉਹ ਸਾਰਾ ਝੂਠ ਸੀ ਹੁਣ ਕਦ ਪਾਉਣੀ ਸ਼ੁਰੂ ਕਰਤੀ ਵੀ ਇਹ ਬੜੀ ਸਸਤੀ ਦਵਾਈ ਸਾਡੇ ਪਤਾ ਹੀ ਨਹੀਂ ਸੀ ਉਹ ਇੰਗਲੈਂਡ ਨੇ ਕਹਿਤਾ ਘਾਟੀ ਘਾਟ ਦਿਓ ਜੀ ਮੈਂ 1.5 ਮਹੀਨਾ ਪਹਿਲਾਂ ਮੇਰੀ ਬੇਟੀ ਕਰੋਨਾ ਦੀ ਇੱਥੇ ਬਾਡਨ ਲੁੱਕਅਪ ਸਰਕਾਰੀਆ ਪਟਿਆਲੇ ਜੀ ਐਸੋਸੀਏਟ ਪ੍ਰੋਫੈਸਰ ਹੈ ਮੈਂ ਉਹਨੂੰ ਪੇਪਰ ਭੇਜਿਆ ਸੀ ਉਹ ਮੈਂ ਆਪ ਉਹ ਕੋਟੀ ਕੋਟ ਨਾਲ ਲੈ ਕੇ ਗਿਆ ਹੋਇਆ ਸੀ ਬੇਚੀ ਵੀ ਜੋ ਡੋੜ ਪੈ ਜੇ ਤਾਂ ਇਹ ਮੈਂ ਡੰਗੂ ਚ ਵਰਤਦਾ ਰਹਿਣਾ ਤੇ ਉਹ ਇਹ ਸੋਸ਼ਲ ਮੀਡੀਆ ਤੋਂ ਵਿੱਚ ਪਤਾ ਨਹੀਂ ਬੜੀ ਨਵੀਂ ਦਵਾਈ ਨਾ ਬਣੀ ਸੀ ਹੈ ਹੁਣ ਜੀ ਉਹ ਕਲਾਟ ਬਣ ਜਾਂਦੇ ਨੇ ਇਹ ਪਤਾ ਨਹੀਂ ਤੁਹਾਨੂੰ ਨਵੀਂ ਲੱਭਤ ਹੋ ਗਈ ਕਿਉਂਕਿ ਅੱਜਕੱਲ ਨਾ ਜਿਹੜੀ WhatsApp ਯੂਨੀਵਰਸਿਟੀ ਹੈ ਉਹ ਬੰਦੇ ਨੂੰ ਆਉਂਦਾ ਆਉਂਦਾ ਤਾਂ ਕੁਝ ਹੁੰਦਾ ਨਹੀਂ ਉਹ ਫਟਾਫਟੀ ਫਟਾਫਟੀ ਵੀ ਆਪਾਂ ਹੁਣ ਅੱਗੇ ਚੱਈਏ ਫਟਾਫਟ ਕਰੀਏ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਧਾਰਨਾ ਵੀ ਅੱਗੇ ਜਾਣ ਵਾਲੀ ਗੱਲ ਹੁਣੇ ਮੈਨੂੰ ਇੱਕ ਮਰੀਜ਼ ਵਾਲੇ ਕੋਈ ਪੱਤਰਕਾਰ ਪੁੱਛਣਾ ਚਾਹੁੰਦਾ ਸੀ ਜੀ ਜੀ ਉਹਨੇ ਪਹਿਲਾਂ ਫੋਨ ਤੁਸੀਂ ਜੀ ਪੀਜੀਐਚ ਚ ਇਲਾਜ ਕਰ ਰਹੇ ਹੋ ਫਲਾਣੇ ਮਰੀਜ਼ ਦਾ ਯਾਰ ਮੈਂ ਤਾਂ ਪੀਜੀਐਚ ਅੱਜਕੱਲ ਹੈ ਨਹੀਂ ਬੰਦ ਕਰਤਾ ਦੁਬਾਰਾ ਫੋਨ ਕਰੋ ਸਰ ਮੈਂ ਜੀ ਤੁਹਾਡੀ ਨਾ ਰਿਪੋਰਟ ਉਹ ਤੁਹਾਡੀ ਬਿਆਨ ਰਿਕਾਰਡ ਕਰਨਾ ਹੈ ਕਿ ਮੈਂ ਰਿਕਾਰਡ अच्छा मैं तू कह ना रिकॉर्ड करने ਨਾਲ ਕੀ ਪੁੱਛਣਾ ਤੈ ਮੈਂ ਜੋ ਮਰੀਜ਼ ਮੈਂ ਅਨੰਤ ਸਿੰਘ ਦੁਈ ਪੰਜਾਬ ਦੀ ਤਿਆਰੀ ਕਰਕੇ ਆਪਦਾ ਹੋਮਵਰਕ ਕਰ ਵੀ ਤੂੰ ਪੁੱਛਣਾ ਕੀ ਚੋਣਾ ਤੈਨੂੰ ਪਤਾ ਹੀ ਨਹੀਂ ਤੂੰ ਕਿਹਦੇ ਨਾਲ ਗੱਲ ਕਰ ਰਿਹਾ ਤੈਨੂੰ ਪਤਾ ਹੀ ਨਹੀਂ ਤੂੰ ਕੀ ਪੁੱਛਣਾ ਜੀ ਜੀ ਹੈ ਮੈਂ ਕਿ ਤੈਨੂੰ ਪਤਾ ਵੀ ਜੇ ਵੈਸੇ ਤਾਂ ਮੈਨੂੰ ਕੋਈ ਰਿਕਾਰਡ ਕਰਨ ਚ ਕੋਈ ਦਿੱਕਤ ਨਹੀਂ ਹੈ ਪਰ ਇਹ ਰਿਕਾਰਡ ਤੂੰ ਕਹਿੰਦਾ ਮੈਂ ਰਿਕਾਰਡ ਕਰ ਰਿਹਾ ਤੂੰ ਕਹਿ ਨਹੀਂ ਸਕਦਾ ਤੂੰ ਇਹ ਕਹਿੰਦਾ ਜੀ ਮੈਂ ਰਿਕਾਰਡ ਕਰਨਾ ਤਾਂ ਮੇਰੀ ਪਰਮਿਸ਼ਨ ਲੈਣੀ ਹੈ ਨਾ ਕਿ ਤੈ ਇਹ ਕਹਿੰਦਾ ਮੈਂ ਰਿਕਾਰਡ ਕਰ ਰਿਹਾ ਤੂੰ ਤਾਂ ਇਦਾਂ ਕਰ ਰਿਹਾ ਜਿਵੇਂ ਮੇਰਾ ਬੌਸ ਹਣਾ ਜੀ ਜੀ ਆਪਣੀ ਪਹਿਲਾਂ ਤਿਆਰੀ ਕਰ ਸੋ ਮੈਂ ਤਾਕ ਹੈ ਨਾ ਸਾਡੇ ਹਾਫ ਬ੍ਰੇਕਟ ਬੰਦੇ ਨੇ ਆਉਂਦਾ ਆਉਂਦਾ ਕੁਝ ਹੁੰਦਾ ਨਹੀਂ ਆਦ ਵਿਚਾਲਾ ਕਹਿੰਦੇ ਨੀਮਹਿ ਕਿਉਂ ਖਤਰਾ ਜਾਣ ਇੱਕ ਗੱਲ ਮੈਂ ਕਹਾਂਗਾ ਕਰੋ ਨਸ਼ੀ ਕੀ ਕਰਨੀ ਚਾਹੀਦੀ ਸੀ ਜਿਹੜੀ ਅਸੀਂ ਨਹੀਂ ਕਰੀ ਤਿੰਨ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਚ ਸਾਡਾ ਤਾਂ ਕਲਚਰ ਹੈ ਇੱਕ ਹੈਗਾ ਵੈਦਾ ਵੈਦ ਸੋ ਵੈਦ ਤੂੰ ਪਹਿਨਾ ਰੋਗ ਪਛਾਨ ਰੋਗ دارو ਦੋਵੇਂ 부ਝੇ ਤਾਂ ਤੂੰ ਵੈਦ ਸਜਾਨ ਅਸੀਂ ਨਾ ਰੋਗ 부ਝਿਆ ਤੇ ਨਾ دارو 부ਝਿਆ ਦੂਜਾ ਫਿਰ ਅਸੀਂ ਕਰਿਆ ਕੀ ਹੈ ਚਾਹੀਦਾ ਕੀ ਸੀ ਕਰਿਆ ਕੀ ਹੈ ਚਾਹੀਦਾ ਸੀ ਵੈਦਾਂ ਵੈਦ ਸਵੈ ਤੋਂ ਪਹਿਲਾ ਰੋਗ ਪਛਾਨ ਐਸਾ دارو ਡੋੜ ਲੈ ਜਿਸ ਵੰਜੇ ਰੋਗਾਂ ਕਾਣ ਇਹੋ ਜਿਹਾ دارو ਡਾਬ ਜੇ ਸਾਰੇ ਰੋਗ ਖਤਮ ਹੋਣ ਅਸੀਂ ਸੈਨੀਟਾਈਜ਼ਰੀ ਲੱਭੀ ਗਏ ਅਸੀਂ ਮਾਸਕੀ ਲੱਭੀ ਗਏ ਤੇ ਨਾਲ ਸਾਰੇ ਰੋਗ ਖਤਮ ਨਹੀਂ ਹੁੰਦੇ ਫੇਰ ਇੱਕ ਆਖਰੀ ਗੱਲ ਸੀ ਜੋ ਕਰੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਚ ਲਿਖੀ ਹੈ ਕਹਿੰਦੇ ਵੈਦ ਬੁਲਾਇਆ ਵੈਦ ਗਈ ਪੱਕੇ ਟੰਡੋਲੇ ਬਾਹ ਭੋਲਾ ਵੈਦ ਨ ਜਾਣੀ ਕਰਕੇ ਕਲੇਜਾ ਮਾ ਉਹ ਬਾਹ ਦੀ ਨਬਜ ਦੇਖੀ ਜਾਂਦਾ ਉਹਨੂੰ ਪਤਾ ਹੀ ਨਹੀਂ ਬਿਮਾਰੀ ਕਿੱਥੇ ਹੈ ਸੋ ਇਹ ਕਰਕੇ ਬਿਮਾਰੀ ਨੂੰ ਥੁੜੀ ਕਰਨੀ ਹੈ ਉਹ ਤਾਂ ਹਾਤੀ ਉਹੜ ਪਾਸੇ ਡਾਈ ਜਾ ਰਹੇ ਸੋ ਸਾਡੇ ਸਾਰੇ ਸਿਸਟਮ ਨੇ ਸਾਡੇ ਸੱਭਿਆਚਾਰ ਦੇ ਵਿੱਚ ਜਿਹੜਾ ਸਾਨੂੰ ਐ ਤਕੀਰ ਕਰ ਦਿੱਤੀ ਸੀ ਬੈਦਗੀ ਬਾਰੇ ਤਿੰਨ ਸੜੋਕਾਂ ਦੇ ਵਿੱਚ ਹੀ ਉਹ ਤਿੰਨਾਂ ਤੇ ਧਿਆਨ ਨਹੀਂ ਦਿੱਤਾ ਅਸੀਂ ਹੋਰ ਹੀ ਕੁਝ ਲੱਗੀ ਜਾ ਰਹੇ ਜੀ 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 ਬਿਮਾਰੀ ਦਾ ਅਸੀਂ ਹੱਲ ਹੀ ਨਹੀਂ ਕਰ ਰਹੇ ਜੀ 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 ਬਿਲਕੁਲ ਤੇ ਬਿਮਾਰੀ ਦੇ ਹੱਲ ਲਈ ਤਾਂ ਹੁਣ ਕੀ ਲੱਗਦਾ ਕਿ ਸਹੀ ਕਦਮ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਜੋ ਹਲੇ ਵੀ ਕਿਤੇ ਜਾਣ ਤਾਂ ਇਸ ਤੇ ਕਾਬੂ ਪਾ ਲੈ ਜਾਈਏ ਮੈਂ ਦੱਸ ਦਿੰਨਾ ਇਹ ਮੈਂ ਡਿਫਰੈਂਸ਼ੀਏਟ ਕਰਕੇ ਚੱਲਾਂਗਾ ਇੱਕ ਕਦਮ ਜਿਹੜੇ ਸਰਕਾਰ ਦੇ ਤੌਰ ਤੇ ਕਰਨ ਵਾਲੇ ਨੇ ਇੱਕ ਜਿਹੜੇ ਕਮਿਊਨਿਟੀ ਦੇ ਤੌਰ ਤੇ ਕਰਨ ਵਾਲੇ ਨੇ ਇੱਕ ਜਿਹੜੇ ਵਿਅਕਤੀ ਦੇ ਤੌਰ ਤੇ ਕਰਨ ਵਾਲੇ ਨੇ ਤੇ ਗਾਹਾਂ ਵਿਅਕਤੀਆਂ ਦੇ ਵਿੱਚ ਵੀ ਕਮਿਊਨਿਟੀ ਦੇ ਵਿੱਚ ਵੀ ਸਰਕਾਰ ਦੇ ਵਾਸਤੇ ਨਹੀਂ ਮੈਂ ਕਹਾਂਗਾ ਵਿਅਕਤੀਆਂ ਤੇ ਕਮਿਊਨਿਟੀ ਸਰਕਾਰ ਚ ਵੀ ਥੋੜਾ ਜਿਹਾ ਹੈਗਾ ਉਹਦਾ ਪਾਰਟ 40 ਕਰੋੜ ਵਾਸਤੇ ਹੋਰ ਹੈ 100 ਕਰੋੜ ਵਾਸਤੇ ਹੋ ਰਿਹਾ ਸਾਡੇ ਇੱਕੋ ਫਾਰਮੂਲਾ ਸੀ ਸਭ ਵਾਸਤੇ ਦੱਸ ਦੋ ਫਿੱਟ ਨਹੀਂ ਆਉਂਦਾ ਠੀਕ ਹੈ ਨਾ ਕਿਸੇ ਨੂੰ ਮਾਂ ਬਰਬਾਦੀ ਤੇ ਕਿਸੇ ਨੂੰ ਮਾਂ ਬਰਬਾਦੀ ਤੁਹਾਦੀ ਸੋ ਉਹਦੇ ਵਿੱਚ ਕੀ ਹੈ ਪਹਿਲੀ ਗੱਲ ਸਰਕਾਰ ਨੂੰ ਤੇ ਚਾਹੀਦਾ ਹੈ ਅਜੇ ਵੀ ਕਿ ਇਹਨਾਂ ਕੋਲੇ ਇੰਨਾ ਲੱਖਾਂ ਹੀ ਵਰਕਰ ਹੈ ਆਸ਼ਾ ਹੈ ਐਨਮ ਹੈ ਉਹਦੇ ਨਾਲ ਹੀ ਅਜੇ ਵੀ ਘਰ-ਘਰ ਸਰਵੇਖਣ ਕਰਕੇ ਇਹ ਨੰਬੜ ਲੈਣ ਕਿ ਕਿੰਨਾ ਨੂੰ ਕਰੋਨਾ ਹੈਗਾ ਉਹਨਾਂ ਨੂੰ ਕਵਾਰੰਟਾਈਨ ਆਈਸੋਲੇਸ਼ਨ ਕਰਨ ਬਾਕੀਆਂ ਨੂੰ ਕੰਮ ਤੇ ਜਾਣ ਦੇਣਾ ਸਰਕਾਰ ਵਾਸਤੇ ਇਹ 2015 ਦਾ ਚਲ ਰਿਹਾ ਜਿਸਦਾ ਇੰਨਾ ਸਟਾਫ ਹੈ ਸਾਡੇ ਕੋਲੇ ਇਹ ਪੁੱਠੇ ਸਸਤੇ ਨਾ ਤੁਰਨ ਇਹ ਹੁਣ ਚੋਣਾ ਚਾਣਾ ਦੀ ਗੱਲ ਛੱਡ ਕੇ ਪਹਿਲਾਂ ਕਰੋਨਾ ਦੇ ਪਿੱਛੇ ਪੈਣਾ ਇਹ ਤਾਂ ਸਰਕਾਰ ਦੇ ਲੈਵਲ ਤੇ ਹੈ ਇਹ ਲੋਕਡਾਊਨ ਕਰਨ ਦਾ ਲੋਕਾਂ ਨੂੰ ਕੁੱਟਣ ਮਾਰਨ ਦਾ ਸਾਰਾ ਛੱਡ ਦੇਣਾ ਲੋਕਾਂ ਦੀ ਸਹਿਯੋਗ ਲੈਣ ਦੂਜਾ ਲੈਵਲ ਸਹਿਯੋਗ ਲੈਣ ਵਾਸਤੇ ਲੋਕਾਂ ਚ ਇਨਚਾਰਜਮੈਂਟ ਦੇਣ ਲੋਕਾਂ ਦੀਆਂ ਮਹੱਲਾ ਕਮੇਟੀਆਂ ਬਣਾਉਣ ਵਾਰਡ ਕਮੇਟੀਆਂ ਬਣਾਉਣ ਪਿੰਡ ਕਮੇਟੀਆਂ ਬਣਾਉਣ ਬੀਨਾ ਭਾਈ ਤੁਸੀਂ ਆਪਦਰ ਦੇ ਪਿੰਡ ਦਾ ਧਿਆਨ ਰੱਖਣਾ ਇਹ ਤਾਂ ਦੋ ਕੰਮ ਕਰਨੇ ਨੇ ਇਹਨਾਂ ਨੇ ਤੇ ਜਿਹੜਾ ਸਾਰਾ ਡਾਕਟਰੀ ਅਮਲਾ ਫੈਡਾ ਹੈ ਪੁਲਿਸ ਹੈ ਪ੍ਰਸ਼ਾਸਨ ਹੈ ਉਹਨੂੰ ਇਨਚਾਰਜ ਕਰਨ ਇਹਦੀ ਵਜ੍ਹਾ ਕਿ ਸਜ਼ਾ ਦੇਣ ਉਹਦਾ ਜੇ ਕ੍ਰਿਟਿਸਿਜ਼ਮ ਕੋਈ ਕਰਦਾ ਹੈ ਕਿ ਜੀ ਤੁਸੀਂ ਗਲਤ ਕਰਦੇ ਹੋ ਸੁਣਨ ਜੀ 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 ਇਹਦੀ ਵਜ੍ਹਾ ਕਿ ਉਹਨੂੰ ਸਜ਼ਾ ਦੇਣੀ ਸ਼ੁਰੂ ਕਰ ਦੇਣਾ ਹੋ ਸਕਦਾ ਉਹਦੀ ਗੱਲ ਗਲਤ ਹੋਵੇ ਉਹਨੂੰ ਕਹਿ ਦਿਓ ਭਾਈ ਤੇਰੀ ਗੱਲ ਗਲਤ ਹੈ ਇਸ ਤੱਕ ਇਹ ਤਾਂ ਹੈਗਾ ਸਰਕਾਰ ਵਾਸਤੇ ਜ਼ਰੂਰੀ ਤੇ ਨਾਲ ਦੀ ਨਾਲ ਹੀ ਜਿਵੇਂ ਮਾਸਕ ਪਹਿਨਣੇ ਨੇ ਲੋਕਾਂ ਨੂੰ ਕਹਿੰਦੇ ਤੁਸੀਂ ਮਾਸਕ ਆਪੇ ਬਣਾ ਲਓ ਰੇਸ਼ਮ ਦਾ ਮਾਸਕ ਬਣਾਓ ਤੁਸੀਂ ਜਫਲਾ ਦਾ ਇਹਨਾਂ ਦਾ ਕਪੜਾ ਲਾ ਕੇ ਨਾ ਉਹ ਖਰਾਬ ਹੋਵੇ ਰੋਜ਼ ਧੋੜ ਕੇ ਵਰਤ ਲਓ ਜੀ ਜੀ ਐਣੀ ਵਜ੍ਹਾ ਕਿ ਤੁਸੀਂ ਹਾ ਐਨ 5 ਜਿਹੜਾ 95 ਮਾਸਕ ਮੇਰੇ ਇਹ ਲਾਉਣ ਦੀ ਵਜ੍ਹਾ ਜਾਂ ਫਲਾਣਾ ਲਾਓ ਜੀ ਆਪੇ ਘਰਾਂ ਚ ਬਣ ਜਾਣਗੇ ਜਨਾਨੀਆਂ ਇੰਨੀਆਂ ਬੈਠੀਆਂ ਬੈਠੀਆਂ ਨੇ ਫਟਾਫਟ ਬਣਾ ਕੇ ਵੇਣਾ ਦੇ ਦੁਕਾਨ ਦਾ ਕੰਮ ਜ਼ੀਰੋ ਹੋ ਜੂ ਆ ਖਾਦੀ ਬੰਦਾ ਅਸੀਂ ਸ਼ੁਰੂ ਕਰ ਦੇਣ ਮੈਨਾ ਮੰਡਲ ਅਸੀਂ ਸ਼ੁਰੂ ਕਰ ਦੇਣ ਸੈਲਫ এমਪਲੋਇਮੈਂਟ ਗਰੁੱਪ ਦੇ ਜਿਹੜੇ ਉਹਨ ਇਕ ਤਾਂ ਇਹ ਸਰਕਾਰ ਨੂੰ ਇਹ ਇਹ ਪਾਸੇ ਇਹ ਧਿਆਨ ਕਰੋ ਨਾ ਰੋਕਣ ਵਾਸਤੇ ਦੂਜਾ ਜਿਹੜਾ ਵੀ ਲੋਕਾਂ ਨੂੰ ਇਹ ਕਹਿੰਦਾ ਵੀ ਤੁਸੀਂ ਸਭ ਬਣਾਤੋ ਸੈਂਟਾਈਜ਼ਰ ਨਾ ਕਰੋ ਫਲਾਣਾ ਕਰੋ ਹਾਂਜੀ ਤੁਸੀਂ ਆ ਸੋਸ਼ਲ ਡਿਸਟੈਂਸ ਇਹ ਉਹ ਇਹਦੇ ਪ੍ਰੋਪਰ ਵੇ ਨਾਲ ਉਹ ਕਮੇਟੀਆਂ ਨਹੀਂ ਪ੍ਰਚਾਰ ਕਰਨਾ ਆਪ ਨਾ ਕੁਝ ਕਹਿਣਾ ਉਹ ਕਮੇਟੀ ਨੂੰ ਆਪ ਵੇਢ ਬਣਾਉਣ ਕਮੇਟੀ ਦੇ ਬੰਦੇ ਪ੍ਰਚਾਰ ਕਰਨ ਲੋਕਾਂ ਚ ਲੋਕਾਂ ਚ ਲੋਕ ਪ੍ਰਚਾਰ ਕਰਨ ਨਾ ਕਿ ਸਰਕਾਰ ਸਰਕਾਰ ਆਪਦਾ ਇੱਕ ਇਸ਼ਤਿਹਾਰ ਜਾਰੀ ਕਰ ਦੇ ਬਸ ਹੁਣ ਮੈਂ ਕਮਿਊਨਿਟੀ ਲੈਵਲ ਤੇ ਹੁਣਾ ਕਮਿਊਨਿਟੀ ਜਿੱਥੇ ਵੀ ਕਿਤੇ 200 ਕਰ ਰਾਇਆ 300 ਕਰ ਰਾਇਆ 100 ਕਰ ਰਾਇਆ 50 ਕਰਨੇ 20 ਕਰਨੇ ਜਿੰਨੇ ਵੀ ਨੇ ਉਹ ਕਮਿਊਨਿਟੀ ਨੂੰ ਇਹ ਚਾਹੀਦਾ ਹੈ ਕਿ ਇੱਕ ਦੂਜੇ ਤੋਂ ਡਰਨ ਦੀ ਬਜਾਏ ਸੋਸ਼ਲ ਡਿਸਟੈਂਸ ਤੇ ਫਿਜ਼ੀਕਲ ਅਸਲ 'ਚ ਸਾਡੇ ਤਾਂ ਅਜੇ ਤਾਂ ਕਿਸੇ ਨੂੰ ਹੀ ਨਹੀਂ ਪਤਾ ਸੋਸ਼ਲ ਡਿਸਟੈਂਸ ਤੇ ਫਿਜ਼ੀਕਲ ਡਿਸਟੈਂਸ ਦਾ ਮੈਨੇ ਕੀ ਹੈ ਜੇ ਕਿਸੇ ਨੂੰ ਪਤਾ ਹੋਵੇ ਮੈਂ ਇੱਥੇ ਬੈਠਾ ਦੱਸ ਦੇਵਾਂ ਮੈਂ ਮਾਫ਼ ਕਰਨਾ ਜੀ 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 ਤੁਹਾਨੂੰ ਵੀ ਸ਼ਾਇਦ ਨਾ ਪਤਾ ਹੋਵੇ ਸੋਸ਼ਲ ਡਿਸਟੈਂਸ ਦਾ ਮਤਲਬ ਇਹ ਹੈ ਕਿ ਅਸੀਂ ਇੱਕ ਦੂਜੇ ਨੂੰ ਟੱਚ ਨਹੀਂ ਕਰਨਾ ਹੈ ਅਸੀਂ ਜੱਫੀ ਪਾ ਲੈਨੇ ਆ ਅਸੀਂ ਹੱਥ ਮਿਲਾ ਲੈਨੇ ਆ ਅਸੀਂ ਬੱਚੇ ਦੀ ਨਾ ਇਹੀ ਫਰਕ ਮੈਂ ਦੱਸ ਹੂੰ ਅਸੀਂ ਬੱਚੇ ਦੀ ਚੁੰਮੀ ਲੈ ਲੈਨੇ ਆ ਜੀ ਇਹ ਨਹੀਂ ਕਰਨਾ ਇਹਨੂੰ ਕਹਿੰਦੇ ਅਸੀਂ ਸੋਸ਼ਲ ਡਿਸਟੈਂਸ ਜੀ ਜੀ ਵੀ ਸਮਾਜਿਕ ਤੌਰ ਤੇ ਜਿਹੜੇ ਅਸੀਂ ਇੱਕ ਦੂਜੇ ਨੂੰ ਮਿਲਦੇ ਆ ਜੀ ਫਿਜ਼ੀਕਲ ਡਿਸਟੈਂਸ ਇਹ ਹੈ ਕਿ ਤੁਸੀਂ 6 ਫੁੱਟ ਦੀ ਦੂਰੀ ਤੇ ਰਹਿਣਾ ਹੈ ਇਹ ਫਿਜ਼ੀਕਲ ਇਹਨੂੰ ਮੈਂ ਉਹਦਾ ਪੰਜਾਬੀ ਚ ਲਿਖਿਆ ਕਿਤਾਬ ਮੈਂ ਲਿਖ ਰਿਹਾ ਸੀ ਵੀ ਸਮਾਜਿਕ ਤੇ ਜਸਮਾਨੀ ਜੀ 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 ਸਮਾਜਿਕ ਦੂਰੀ ਰੱਖਣੀ ਹੈ ਇੱਕ ਤਾਂ ਇੱਕ ਜਸਮਾਨੀ ਰੱਖਣੀ ਹੈ ਸਮਾਜਿਕ ਦੂਰੀ ਵੀ ਦੋਨੇ ਅਸਰ ਸਵੀਕਾਰ ਬਣਾ ਦੋ ਜੀ 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 ਠੀਕ ਹੈ ਅੱਛਾ ਬੈਠਣਾ ਮੂ ਤੁਸੀਂ ਜਿਵੇਂ ਆਪਾਂ ਐ ਬੈਠਿਆ ਇਹਦਾ ਚਾਂਸਸ ਘਟਨੇ ਵੀ ਆਪਣਾ ਇੱਕ ਦੂਜੇ ਦੇ ਉੱਤੇ ਕੋਈ ਡ੍ਰੌਪ ਜਾ ਰਹੀ ਸੋ ਸਾਈਡ ਤੇ ਬੈਠੋ ਇਹ ਜਿਵੇਂ ਕਿ ਸਾਹਮਣੇ ਬੈਠੋ ਮੈਨੂੰ ਪੁੱਛੀ ਗਈ ਕਿ ਕਵਕੀਲ ਪੁੱਛ ਰਹੀ ਸੀ ਮੈਂ ਤੁਸੀ ਆਪਣੇ ਕਲਾਇੰਟ ਨੂੰ ਬਿਲਕੁਲ ਸਾਹਮਣੇ ਨਾ ਬਿਠਾ ਕੇ ਰੋ ਸਾਈਡ ਦੀਆਂ ਕੁਰਸੀਆਂ ਤੇ ਬਿਠਾ ਲਿਆ ਕਰੋ ਸੋ ਇਹ ਸੌਖੇ ਤਰੀਕੇ ਨੇ ਬਿਲਕੁਲ ਬਿਲਕੁਲ ਸੋ ਇਸ ਕਰਕੇ ਅਸੀਂ ਸੋਸ਼ਲ ਤੇ ਫਿਜ਼ੀਕਲ ਡਿਸਟੈਂਸ ਮੇਨਟੇਨ ਕਰੀਏ ਕੋਈ ਡਰ ਨਹੀਂ ਸਾਰਾ ਡਰ ਭੈ ਵਿੱਚੋਂ ਕੱਢ ਲਿਏ ਜਦ ਬਾਹਰ ਜਾਈਏ ਉਦੋਂ ਮਾਸਕ ਲਾ ਕੇ ਚਲੇ ਜਾਈਏ ਘਰ 'ਚ ਬੈਠ ਕੇ ਕੋਈ ਮਾਸਕ ਲਾਉਣ ਦੀ ਲੋੜ ਨਹੀਂ ਇੱਕ ਦੂਜੇ ਘਰ ਚ ਕੋਈ ਮਾਸਕ ਨਹੀਂ ਲਾਉਣਾ ਬਾਰ-ਬਾਰ ਹੱਥ ਧੋਣ ਦੇ ਕਿਉਂਕਿ ਜਿਹਦੇ ਕੋਲ ਸੈਨੀਟਾਈਜ਼ਰ ਹੈਗਾ ਉਹ ਤੋਂ ਸੈਨੀਟਾਈਜ਼ਰ ਕਰ ਲਈ ਜਿੰਨੇ ਸਾਬਣ ਨਾਲ ਧੋ ਸਕਦਾ ਸਾਬਣ ਨਾਲ ਹੱਥ ਧੋਲੇ ਤੇ ਚੰਗੀ ਤਰ੍ਹਾਂ ਹੱਥ ਧੋਣ ਦੇ ਜ਼ਰੂਰੀ ਨੇ ਜਦ ਵੀ ਕੋਈ ਚੀਜ਼ ਤੁਸੀਂ ਸਮਾਨ ਲੈਣੇ ਹੋ ਪੈਕ ਲੈਣੇ ਹੋਰ ਕਰਦੇ ਹੋ ਸਮਾਨ ਛੇੜਦੇ ਹੋ ਉਹਦੇ ਹੱਥ ਧੋਲੋ ਇਹ ਹੈਗਾ ਕਮਿਊਨਿਟੀ ਦਾਵਲ ਤੇ ਹੁਣ ਵਿਅਕਤੀਗਤ ਦਾਵਲ ਤੇ ਵਿਅਕਤੀਗਤ ਦਾਵਲ ਤੇ ਇਹ ਜ਼ਰੂਰੀ ਹੈ ਕਿ ਤੁਸੀਂ ਆਪਦੇ ਮਨ ਚੋਂ ਡਰ ਕੱਢ ਦਿਓ ਕਰੋਨਾ ਦਾ ਜੇ ਹੋ ਵੀ ਜੋ ਤੁਹਾਨੂੰ ਕਿਉਂਕਿ 95% ਨੇ ਆਪ ਹੀ ਠੀਕ ਹੋ ਜਾਣਾ 90% ਜੀ ਜੀ 5-10% ਜਿਹੜੀ ਬਣੀ ਮੋਟੀ ਰਾਜੀ ਰੋਡ ਪਈ ਇੰਨਾ ਕਲਾਜ ਹੈਗਾ ਹਿੰਦੁਸਤਾਨ ਚ ਕੋਈ ਪ੍ਰਾਈਵੇਟ ਕੋ ਜਾਣਦੀ ਰੋਡ ਨਹੀਂ ਸਰਕਾਰੀ ਕਿਹਾ ਜਿਵੇਂ ਮਹੱਲਦੀ ਦਾ ਹਸਪਤਾਲ ਹੈ ਇਹਦੇ ਚ ਹੋ ਸਕਦਾ ਇਲਾਜ ਕੋਈ ਔਖਾ ਕੰਮ ਨਹੀਂ ਪਰ ਜਿਉਂ ਹੀ ਹਰੇਕੀ ਜੁਕਾਮਾਂ ਦਾ ਤੁਰੇ ਰੂ ਫੇਤਾ ਉਹਨਾਂ ਨੂੰ ਔਖਾ ਹੋਈ ਜਾਊ ਸੋ ਡਿਫਰੈਂਸ਼ੀਏਟ ਕਰੇ ਕਮਿਊਨਿਟੀ ਵੀ ਸਰਕਾਰ ਵੀ ਤੇ ਲੋਕ ਵੀ ਵੀ ਭਾਈ ਜਦ ਤੱਕ ਕੋਈ ਬਹੁਤ ਜ਼ਿਆਦਾ ਤਕਲੀਫ ਨਹੀਂ ਹੈ ਉਦੋਂ ਤੱਕ ਹਸਪਤਾਲ ਨਹੀਂ ਜਾਣਾ ਤਕਲੀਫ ਵਧੇਗੀ ਤਾਂ ਚਲੇ ਜਾਣਾ ਇਹ ਹੈਗਾ ਵਿਅਕਤੀਗਤ ਤੌਰ ਤੇ ਦੂਜਾ ਵਿਅਕਤੀਗਤ ਤੌਰ ਤੇ ਵੀ ਹੱਥ ਧੋ ਬਾਰ-ਬਾਰ ਤੇ ਤੀਜਾ ਵਿਅਕਤੀਗਤ ਤੌਰ ਦੇ ਤੇ ਹੈਗਾ ਕਿ ਜਦ ਚਾਹੇ ਤੁਸੀਂ ਆਪ ਕਰਦੇ ਹੋ ਚਾਹੇ ਦੂਜਾ ਕਰਦਾ ਉਹਨਾਂ ਕੋਈ ਨੀ ਅੱਗੇ ਕਰ ਲੋ ਜੇ ਹੋਰ ਕੁਝ ਨਹੀਂ ਤੁਹਾਡੇ ਕੋਲੇ ਮਾਸਕ ਨਹੀਂ ਕੁਝ ਨਹੀਂ ਐ ਕੋਈ ਨੀ ਅੱਗੇ ਕਰ ਲੋ ਹੈ ਕੋਈ ਕੁੜੀ ਆਪਦੀ ਚੁੰਨੀ ਅੱਗੇ ਕਰ ਲੇ ਕੋਈ ਬੰਦਾ ਉਹਨੇ ਆਪਦੇ ਪੱਕੇ ਦਾ ਲੜ ਅੱਗੇ ਕਰ ਲੇ ਰਮਾੜ ਅੱਗੇ ਕਰ ਲੇ ਟਿਸ਼ੂ ਪੇਪਰ ਅੱਗੇ ਕਰ ਲੇ ਹੱਥ ਹੀ ਅੱਗੇ ਕਰ ਲੇ ਸੋ ਅਸੀਂ ਉਹਨੂੰ ਫਿਰ ਉਹ ਤੋਂ ਬਾਅਦ ਹੱਥ ਧੋੜੋ ਪਰ ਜੇ ਨਹੀਂ ਤਾਂ ਉਹਗੇ ਫਿਰ ਔਖਾ ਹੈ ਹੁਣ ਅਸੀਂ ਮਾਸਕ ਤਾਂ ਪਹਿਨ ਨਹੀਂ ਰਖਦੇ ਮਾਸਕ ਦੇ ਬਾਅਦ ਹੱਥ ਧਾਈ ਜਾਂਦੇ ਆ ਉਹੀ ਹੱਥ ਮੁੜ ਕੇ ਮਾਸਕ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਰਦਾ ਸੋ ਇਸ ਕਰਕੇ ਜਿਹੜੀ ਜਿਹੜੀ ਗੱਲ ਦੇਖਣ ਦੀ ਲੋੜ ਹੈ ਬਹਿਮ ਕਰਨ ਦੀ بجائے ਜੇ ਅਸੀਂ ਕਹਿ ਸਕਦੇ ਮੈਂ ਇੱਕ ਅਸੀਂ ਕਈ ਵਾਰ ਹੱਸਦੇ ਹੁੰਨੇ ਆ ਬੇ ਕਮਰੀਜ਼ ਆ ਜੇ ਉਹ ਹੈ ਹੈ ਬੜਾ ਬਿਮਾਰ ਹੈ ਹੈ ਵਿਚਾਰਾ ਕਿਸਦਾ ਮਾਪਾਪਾ ਭੈਣ ਭਾਈ ਹੈ ਇਹ ਡਾਕਟਰ ਖੜਾ ਕਹੀ ਜਾਵੇ ਉਹ ਵਿਚਾਰਾ ਮਰੀਜ਼ ਮਰ ਜਾਣਾ ਉਹਨੂੰ ਇਹ ਕਹਿਣ ਦੀ بجائے ਇਹ ਜੀ ਸਵੇਦਨਾ ਦੀ ਲੋੜ ਨਹੀਂ ਹੈ ਉਹ ਕਹੇ ਦੇਖੋ ਵੀ ਮਰੀਜ਼ ਨੂੰ ਆਹ ਤਕਲੀਫ ਆ ਉਹ ਆਪਾਂ ਫਟਾਫਟ ਇਹਦਾ इलाज ਕਰੀਏ ਸੋ ਇਸ ਕਰਕੇ ਅੱਜ ਦੁਖੀ ਹੋਣ ਤੋਂ ਡਰਨ ਤੋਂ ਇੱਕ ਦੂਜੇ ਨਾਲ ਬਹੁਤ ਹੀ ਸਵੇਦਨਾ ਜੀ ਕਹਿਣ ਤੋਂ ਬੇ ਹਾਏ ਕੀ ਹੋ ਗਿਆ ਇਹ ਕਹਿਣ ਦੀ بجائے ਇਹਦੀ ਇੱਕ ਪ੍ਰੀਵੈਂਸ਼ਨ ਦੀ ਲੋੜ ਹੈ ਇਹ ਸਿੰਪਲ ਪ੍ਰੋਵੀਨਸ਼ਨ ਹੈ ਜੀ ਜੀ ਜਦ ਤੁਸੀਂ ਗੱਡੀ ਜਾਂਦੇ ਹੋ ਗੱਡੀ ਤੁਸੀਂ ਜਿਹੜੇ ਘਰ ਦੇ ਬੰਦੇ ਨੇ ਇਕੱਠੇ ਹੋ ਕੇ ਜਾਂਦੇ ਨੇ ਤਾਂ ਪੁਲਿਸ ਨੇ ਐਵੇਂ ਰੋਕ ਰੱਖੇ ਨੇ ਪੁਲਿਸ ਦਾ ਦਿਮਾਗ ਖਰਾਬ ਹੋਇਆ ਇਸ ਮਾਮਲੇ 'ਚ ਮੈਂ ਕਹਾਂਗਾ ਜੀ ਇਹ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੂੰ ਪਤਾ ਕੁਝ ਨਹੀਂ ਇਹ ਹਰੇਕ ਨੂੰ ਜੋ ਮਰਜ਼ੀ ਇੱਕੋ ਰਸਤੇ ਵਟਦੇ ਨੇ ਐਕਚੁਅਲੀ ਪੁਲਿਸ ਮੁਲਾਜ਼ਮਾ ਦਾ ਵੀ ਮੇਰੇ ਖਿਆਲ 'ਚ ਇਸ ਤਰ੍ਹਾਂ ਹੈ ਕਿ ਲਕੀਰ ਤੇ ਫਿਕਰ ਜੋ ਉੱਪਰੋਂ ਲਿਖ ਕੇ ਜਾਂ ਬੋਲ ਕੇ ਆਰਡਰ ਆ ਜਾਂਦੇ ਨੇ ਉਹ ਉਸੇ ਤਰੀਕੇ ਨਾਲ ਮੰਨਣੇ ਸ਼ੁਰੂ ਕਰ ਦਿੰਦੇ ਨੇ ਨਹੀਂ ਉਹਦਾ ਕਾਰਨ ਇਹ ਹੈ ਵੀ ਜਦ ਉੱਤੇ ਠੀਕ ਨਾ ਹੋਏ ਜਿਹੜਾ ਬੰਦਾ ਗਾਈਡ ਕਰਨਾ ਦਾ ਉਹ ਠੀਕ ਨਹੀਂ ਕਰ ਕਰ ਸੱਡੇ ਦਾ ਵਿਚਾਰਾ ਕੀ ਕਰੂਗਾ ਫਿਰ ਆਪਦੀ ਆਪੀ ਮਰਜੀ ਵੀ ਕਰੂਗਾ ਫਿਰ ਝੂਠੇ ਚਲਾਨ ਵੀ ਕੱਟੂਗਾ ਕਿਉਂਕਿ ਉਹਨੇ ਪੈਸੇ ਵੀ ਇਕੱਠੇ ਕਰਨੇ ਸ਼ੁਰੂ ਕਰੇ ਹੋਏ ਨੇ ਸੋ ਉਹ ਦੁਖੀ ਵੀ ਹੈ ਉਹਨੂੰ ਮੌਕਾ ਵੀ ਹੈ ਇਸ ਕਰਕੇ ਵਰਤਦਾ ਸੋ ਜੇ ਜਿਹੜੀ ਜਦ ਤੁਸੀਂ ਠੀਕ ਗਾਈਡਲਾਈਨ ਨਹੀਂ ਦੇਵੋਗੇ ਤਾਂ ਸਾਰਾ ਗੜਬੜੀ ਹੁੰਦਾ ਸੋ ਸਰਕਾਰ ਨੇ ਉਤੋਂ ਨਾ ਤਾਂ ਕੋਈ ਠੀਕ ਗਾਈਡਲਾਈਨ ਦਿੱਤੀ ਹੈ ਜਿਹੜੇ ਇਹਨਾਂ ਦੇ ਸਲਾਹਕਾਰ ਨੇ ਮੰਤਰ ਲੱਗਦਾ ਪਤਾ ਨਹੀਂ ਕੀ ਇਹਨੇ ਇੱਕ ਕਾਰਡ ਰਜਿਸਟਰ ਹੈ ਕਾਦੇ ਨੂੰ ਕੀ ਪਤਾ ਵੀ ਬਿਮਾਰੀ ਨੂੰ ਮਹਾਮਾਰੀ ਨੂੰ ਕਿਵੇਂ ਰੋਕੀ ਲੈ ਹੈ ਹੈ ਦੂਜੇ ਬੰਦੇ ਕਿਸੇ ਹੋਰ ਡਾਕਟਰ ਦੇ ਹੈ ਬੀ ਮਹਾਰ ਮਹਾਰਤ ਦਾ ਮਤਲਬ ਹੈ ਹੁਣ ਤੁਸੀਂ ਇੰਟਰਵਿਊ ਤਾਂ ਕਰ ਸਕਦੇ ਹੋ ਜਿੱਥੇ ਕੋਈ ਕਾਹ ਵੀ ਕੈਮਰਾ ਚਲਾ ਹੋ ਸਕਦਾ ਤੁਸੀਂ ਨਾ ਚਲਾ ਸਕੋ ਠੀਕ ਹੈ ਹੈ ਉਹ ਫਰੇਮ ਹੀ ਨੇ ਠੀਕ ਬਣੇ ਸੋ ਹਰ ਬੰਦੇ ਦੀ ਇੱਕ ਮਹਾਰਤ ਹੁੰਦੀ ਹੈ ਉਹਨਾਂ ਨੇ ਵੀ ਡਾਕਟਰ ਹੈ ਬਟੀ ਵੀ ਇਹ ਸਾਰੇ ਕੰਮ ਕਰਦੇ ਨੇ ਸੋ ਇਸ ਕਰਕੇ ਤੁਸੀਂ ਇਹ ਗਾਈਡਲਾਈਨਸ ਦੀ ਗੱਲ ਕੀਤੀ ਤੇ ਮੈਂ ਇਸ ਤੇ ਵੀ ਡਿਸਕਸ ਕਰਨਾ ਬਹੁਤ ਜ਼ਰੂਰੀ ਬੰਦਾ ਹੈ ਜਿਸ ਨੂੰ ਲੈ ਕੇ ਕਿ ਲੋਕਾਂ ਵਿੱਚ ਵੀ ਪਿੱਛੇ ਹੰਦੂਬੀਦਾ ਵੀ ਬਹੁਤ ਆ ਗਈ ਜੋ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਵੀਕਐਂਡਸ ਦੇ ਜਦ ਕਹਿ ਦਿੱਤਾ ਗਿਆ ਕਿ ਲਾਕਡਾਊਨ ਰਹੇਗਾ ਕੋਈ ਸਰਕਾਰੀ ਛੁੱਟੀ ਆndi ਪਬਲਿਕ ਹੌਲੀਡੇ ਆndi ਹੈ ਉਦੋਂ ਲਾਕਡਾਊਨ ਰਹੇਗਾ ਇਨ੍ਹਾਂ ਲਾਕਡਾਊਨ ਜਿਹੜੇ ਆ ਵੀਕਐਂਡ ਵਾਲਾ ਲਾਕਡਾਊਨ ਜਾਂ ਪਬਲਿਕ ਹੌਲੀਡੇ ਵਾਲਾ ਲਾਕਡਾਊਨ ਇਸ ਦਾ ਕੀ ਫਾਇਦਾ ਨਜ਼ਰ ਆਉਂਦਾ ਮਤਲਬ ਇੱਕ ਸਿਰਫ ਸੋਸ਼ਲ ਡਿਸਟੈਂਸਿੰਗ ਲੋਕੀ ਬਾਹਰ ਨਾ ਆਣ ਉਹ ਸਿਰਫ ਮੰਨ ਸਕਦੇ ਆ ਲੇਕਿਨ ਲੋਕੀ ਜੋ ਹੈ ਜਨ ਨਾਲ ਹੋਰ ਦੁਵੇ ਦਾ ਵਿੱਚ ਆ ਗਏ ਦੁਕਾਨਾਂ ਖੋਲੀਆਂ ਜਾਣਗੀਆਂ ਲੇਕਿਨ ਆਵਾਜਾਈ ਬੰਦ ਰਹੇਗੀ ਤੇ ਲੋਕਾਂ ਵਿੱਚ ਦੁਵੇ ਦਾ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਤੇ ਅਸੀਂ ਜਿਹੜਾ ਹੈਗਾ ਸਾਡੇ ਅੱਗੇ ਕਹਿੰਦੇ ਹੁੰਦੇ ਸੱਜੇ ਹੱਥ ਦਾ ਕੱਬੇ ਨੂੰ ਨਹੀਂ ਪਤਾ ਮੈਨੂੰ ਤਾਂ ਲੱਗਦਾ ਹੁਣ ਇੱਕ ਉਂਗਲੀ ਦੇ ਪੋਟੇ ਨੂੰ ਦੂਜੇ ਪੋਟੇ ਦਾ ਨਹੀਂ ਪਤਾ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਰ ਰਹੇ ਹਾਂ ਮੈਂ ਤਾਂ ਆਪ ਆ ਦੋ ਮਹੀਨਿਆਂ ਦੇ ਵਿੱਚ ਨਾ ਕੁਆਰੰਟਾਈਨ ਚ ਹੋਰ ਤੇ ਸਾਰਾ ਸਰਕਾਰ ਦਾ ਹੀ ਜ ਪਿਆਜ ਦੇਖਿਆ ਔਰ ਮੇਰਾ ਇੰਨਾ ਸਭ ਕੁਝ ਮਤਲਬ ਸੈਟ ਹੋਣ ਦੇ ਕਾਰਨ ਕਿ ਮੈਂ ਫੋਨ ਤੇ ਗੱਲ ਕਰ ਸਕਦਾ ਮੇਰੇ ਲਈ ਕਿਉਂ ਨਹੀਂ ਹੋ ਰਿਹਾ ਇਹਦੇ باوجود ਜੋ ਕਮਨ ਮੈਂ ਹੁੰਦਾ ਤਾਂ ਜਮਈ ਥੱਪਟਾ ਬੈਠ ਗਿਆ ਉਹਨੂੰ ਵਿਚਾਰੇ ਨੂੰ ਕੋਈ ਪੁੱਛਦਾ ਨਹੀਂ ਹੁਣ ਡਾਕ ਡਾਊਨ ਇਹਨਾਂ ਨੇ ਮੰਨ ਲਿਆ ਵੀ ਬਿਮਾਰੀ ਦਾ ਸਾਡੇ ਬਿਮਾਰ ਦਾ ਹੱਲ ਹੈ ਨਹੀਂ ਦੂਜੀ ਗੱਲ ਤੁਸੀਂ 2 ਦਿਨ ਕਿਰ ਕੰਮੋਂ ਛੁੱਟੀ ਤੇ ਚੱਜਣਾ ਤੁਸੀਂ ਹੈ ਸਮਾ ਉਹ ਛੁੱਟੀਆਂ ਦਿਨ ਤਾਂ ਮਾੜਾ ਮੋਟਾ ਬੰਦੇ ਨੇ ਬਾਹਰ ਨਿਕਲ ਕੇ ਉਹ ਕੰਮ ਕਰਨਾ ਹੈ ਉਹਨੂੰ ਕਰਨ ਦਿਓ ਉਹਨਾਂ ਨੂੰ ਕਹੋ ਭਾਈ ਸੋਸ਼ਲ ਫਿਜ਼ੀਕਲ ਡਿਸਟੈਂਸ ਮੇਨਟੇਨ ਰੱਖੋ ਹੈ ਆਪਣਾ ਮਾਸਕ ਵਗੈਰਾ ਪੈਨੋ ਉਹਦੀ ਵਜ੍ਹਾ ਕਰਕੇ ਤੁਸੀਂ ਟੋਟਲ ਬੰਦੀ ਕਰ ਦੋ ਪਹਿਨੇ ਬਸੇੜਾ ਸਫਰ ਕਰ ਲਿਆ ਸੋ ਇਹ ਗਲਤੀ ਵਾਲਾ ਫੈਸਲਾ ਸੀ ਡਰ ਛੋਲੇ ਆ ਗਿਆ ਫੈਸਲਾ ਇਹ ਔਰ ਬਿਨਾ ਸੋਚੇ ਸਮਝ ਲਏਗਾ ਵੀ ਆਪਾਂ ਕਰ ਦੋ ਸਾਰੇ ਹਿੰਦੁਸਤਾਨ ਚ ਰੌਲਾ ਪਾਤਾ ਈਵਨ ਮੀਡੀਆ ਤੇ ਨਹੀਂ ਕਹਿਆ ਜਾ ਰਿਹਾ ਅਨਲੌਕਡ ਅਨਲੌਕਡ ਨਾਲ ਜਿਹੜੇ ਨੇ ਕੇਸ ਵਧ ਗਏ ਹੁਣ ਮੈਂ ਕੇਸਾਂ ਦੀ ਗੱਲ ਸੁਣਾਉਣਾ ਤੁਹਾਨੂੰ ਹਿੰਦੁਸਤਾਨ ਚ ਜੀ ਜਿੱਦੇ 25 ਤਰੀਕ ਨੂੰ ਲਾਕਡਾਊਨ ਸ਼ੁਰੂ ਹੋਇਆ ਜੀ ਉਦੋਂ 6 676 ਕੇਸ ਸੀਗੇ 657 ਜੀ ਜੀ 10 ਅਪ੍ਰੈਲ ਨੂੰ 7600 ਕੇਸ ਹੋ ਗਏ ਸੀ ਜੀ ਜੀ 10 ਗੁਣਾ 9.5 ਗੁਣਾ ਤੇ 11 ਗੁਣਾ ਥੋੜੀ ਉਸ ਤੋਂ ਬਾਅਦ 20 ਅਪ੍ਰੈਲ ਨੂੰ ਪੋਸਟ ਦੁੱਗਨੇ ਹੋ ਗਏ ਸੀ ਜੀ 14 15000 ਹੋ ਗਏ ਸੀ ਫਿਰ 30 ਅਪ੍ਰੈਲ ਨੂੰ 32 33000 ਹੋ ਗਏ ਸੀ ਫਿਰ 10 ਮਈ ਨੂੰ 65000 ਹੋ ਗਏ ਸੀ ਜੀ ਜੀ ਫਿਰ 20 ਮਈ ਨੂੰ 1 ਲੱਖ ਕੁਛ ਹੋ ਗਏ ਸੀ ਜੀ ਫਿਰ 30 ਮਈ ਨੂੰ 1 ਲੱਖ 77000 ਹੋ ਗਏ ਸੀ ਕਿ 87000 ਜੀ ਜੀ ਤੇ ਫਿਰ 10 ਜੂਨ ਨੂੰ ਜੀ 2 ਲੱਖ 70000 ਹੋਏ ਸੀ ਇਹ ਤਾਂ ਮ ਦੁੱਗਨੇ ਨਹੀਂ ਹੋਏ ਪਹਿਲਾਂ ਦੁੱਗਨੇ ਹੋ ਰਹੇ ਸੀ ਹਰ ਦਸ ਦਿਨਾਂ ਚ ਹੁਣ ਜੇ ਤੁਸੀਂ 30 ਮਈ ਤੋਂ ਬਾਅਦ ਹਾਲਾਂਕਿ ਪੂਰਾ ਅਨਲੌਕ ਨਹੀਂ ਕਰਿਆ ਸੀ ਜੀ ਜੀ ਥੋੜਾ ਜਿਹਾ ਢਿੱਲ ਜਿਆ ਦਿੱਤੀ ਸੀ ਢਿੱਲ ਦੇ ਬਾਵਜੂਦ ਉਹ ਉਹਨੇ ਤਾਂ ਕਿਸ ਵਧੇ ਨਹੀਂ ਦੁੱਗਨੇ ਤਾਂ ਹੋਏ ਨਹੀਂ ਹੁਣ ਉਸ ਤੋਂ ਬਾਅਦ 27 ਸੀਗਾ 10 ਨੂੰ ਅੱਜ 17 ਤਰੀਕ ਕੋ ਕਿੰਨੀ 17 ਹੋ ਗਈ ਅੱਜ ਜੀ 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 ਕਿ ਆ 20 ਤਰੀਕ ਤੱਕ ਤੁਸੀਂ ਦੇਖ ਲਿਓ ਇਹ 5 44 ਨਹੀਂ ਹੋ ਸਕਦਾ ਇਹ ਮਸਾ 3.5 ਤਾਂ ਹੋ ਹੀ ਗਿਆ 4 ਲੱਖ ਸਵਾ 4 ਲੱਖ ਤੋਂ ਵੱਧ ਨਹੀਂ ਹੁੰਦਾ ਜੀ 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 ਤੇ ਚਾਹੀਦਾ ਤਾਂ 4.5 5 ਲੱਖ ਸੀ ਜੇ ਉਸੇ ਇਸ ਵੀਰ ਨਾਲ ਵੱਧਾ ਸੋ ਇਹ ਕੀ ਸਮਝਦੇ ਨੇ ਐਬਸੋਲਿਊਟ ਗਿਣਤੀ ਲੈਣੀ ਸ਼ੁਰੂ ਕਰ ਦਿੰਦੇ ਨੇ ਜੇ ਤੁਸੀਂ ਐਬਸੋਲਿਊਟ ਗਿਣਤੀ ਲੈਨੇ ਹੋ ਇਹ ਬੜੀ ਵੱਡੀ ਡੇਂਜਰ ਹੈ ਇਹ ਵੀ ਭੀੜ ਤੰਤਰ ਦੀ ਨਿਸ਼ਾਨੀਆਂ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਜੀ ਕੋਈ ਬੰਦਾ ਫਰਜ ਕੋਟੂ ਦਿਹਾਣੀ ਸ਼ਹਿਰ ਦੀ ਗੱਲ ਕਰੇ ਜੀ ਕਿ ਜਿਹੜੇ ਦਿਹਾਣੇ ਚ 10 ਮੁੱਤਾਂ ਹੋ ਗਈਆਂ ਫਿਰ ਕਿ ਦੇਖੋ ਜੀ ਕਪੂਰਥਾਲੇ ਚ ਤਾਂ ਹੋਈਆਂ ਨੇ 5 ਉਹ ਭਾਈ ਕਪੂਰਥਾਲੇ ਵੱੱਦ ਤੋਂ ਜਾਨਣ ਤਾਂ 15ਵਾਂ ਹਿੱਸਾ ਹੈ ਬਿਲਕੁਲ ਤੇ ਉੱਥੇ ਤਾਂ ਪ੍ਰੋਪੋਰਸ਼ਨਲ ਤਾਂ ਮੁੱਤਾਂ ਜ਼ਿਆਦਾ ਹੋਈਆਂ ਨੇ ਫਿਰ ਇਦਾਂ ਹੀ ਆबादी ਦੇ ਨਾਲ ਹਲੇ ਦਲੇ ਇਫੈਕਟਿਵ ਦੇ ਨਾਲ ਬਜ਼ੁਰਗਵਾਦੀ ਕਿੰਨੀ ਹੈ ਨਾ ਸਾਰੀਆਂ ਗੱਲਾਂ ਨੂੰ ਵਿਗਿਆਨ ਦੇ ਤਰੀਕੇ ਨਾਲ ਦੇਖਣਾ ਸ਼ੁਰੂ ਕਰੀਏ ਅਸੀਂ ਸੋ ਵਿਗਿਆਨ ਦੇ ਤਰੀਕੇ ਨਾਲ ਕਰੋਨਾ ਲਾਕਡਾਊਨ ਕਰਕੇ ਨਾ ਰੁਕੇ ਹੈ ਤੇ ਨਾ ਅਨਲੌਕ ਕਰਨ ਕਰਕੇ ਵਧਣਾ ਇਹ ਦੋਨੇ ਚੀਜ਼ਾਂ ਦੇਸ਼ ਦੀ ਇਕਨੋਮੀ ਨੂੰ ਤਬਾਹ ਕਰ ਰਹੀਆਂ ਨੇ ਕਰੋਨਾ ਨਾਲ ਤਾਂ ਪਤਾ ਨਹੀਂ ਕਿੰਨਿਆਂ ਦੀ ਡੈਥ ਹੋਣੀ ਹੈ ਨਹੀਂ ਹੋਣੀ ਪਰ ਜਿਹੜੀ ਕਰੋਨਾ ਕਰਕੇ ਲੋਕਾਂ ਨੂੰ ਰਾਜ਼ੀ ਨਹੀਂ ਮਿਲਣਾ ਪਹਿਲਾਂ ਇਹੀ ਹੋਇਆ ਹੈਂ ਪ੍ਰੈਗਨੈਂਟ ਔਰਤਾਂ ਦੀ ਡਿਲੀਵਰੀ ਨਹੀਂ ਹੋਈ ਸੜਕਾਂ ਤੇ ਤੇ ਡਿਲੀਵਰੀ ਹੋਈ ਹੈ ਹੈ ਜਿਹਨੂੰ ਡਾਇਲਿਸਿਸ ਦੀ ਲੋੜ ਸੀ ਉਹਦਾ ਡਾਇਲਿਸਿਸ ਨਹੀਂ ਹੋਇਆ ਬਿਮਾਰ ਹੋ ਗਏ ਜਿਹੜਾ ਅਨਡੌਗ ਕਰਕੇ ਮਾਰੇ ਮੋਟੇ ਕੇਸ ਹੈ ਇਹਨਾਂ ਨੂੰ ਇਹਨਾਂ ਨੂੰ ਵੀ ਲੱਗਦਾ ਵਧੇ ਨੇ ਉਹਦਾ ਕਾਰਨ ਕੇਸ ਨਹੀਂ ਵਧੇ ਉਹ ਤੁਸੀਂ ਘਰਾਂ ਦੇ ਵਿੱਚ ਦੱਬੇ ਹੋਏ ਸੀਗੇ ਉਹਨਾਂ ਨੂੰ ਜਦ ਬਾਹਰ ਆ ਕੇ ਮੌਕਾ ਮਿਲ ਗਿਆ ਉਹ ਹਸਣ ਜਾਣ ਲੱਗੇ ਕਿਉਂਕਿ ਸਰਕਾਰ ਨੇ ਆਪ ਤਾਂ ਜਾਤਾ ਸਰਕਾਰ ਇਹ ਕਹਿੰਦੀ ਵਧੇ ਹੋਏ ਕਿਉਂ ਕਹਿਣਾ ਸੀ ਮੈਂ ਇੱਕ ਸੱਚੀ ਗੱਲ ਦੱਸਦਾ ਵਧੇ ਹੋ ਅਸੀਂ ਤਾਂ ਕਹਿ ਸਕਦੇ ਸੀ ਵੀ ਅਸੀਂ ਪਹਿਲਾਂ ਸਰਵੇ ਕਰਿਆ ਹੋਇਆ ਸੀ ਜੀ ਬਿਲਕੁਲ ਪੂਰੇ ਸਰਵੇ ਸਾਡੇ ਕੋਲ ਇੰਨੇ ਕੀ ਸੀਗੇ ਹੁਣ ਅਨਲੌਕ ਕਰੇ ਤੋਂ ਬਾਅਦ ਦੁਬਾਰਾ ਸਰਵੇ ਕਰਿਆ ਇੰਨੇ ਹੋ ਗਏ ਉਹ ਪਹਿਲਾਂ ਤੁਸੀਂ ਉਹਨਾਂ ਨੂੰ ਅੰਦਰ ਹੀ ਨਹੀਂ ਨਿਕਲਣ ਹੀ ਨਹੀਂ ਦਿੱਤਾ ਟੈਸਟਿੰਗ ਹੀ ਪ੍ਰੋਪਰ ਨਹੀਂ ਸੀ ਨਹੀਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਟੈਸਟਿੰਗ ਦੀ ਤਾਂ ਗੱਲ ਅਗਲੀ ਹੈ ਬਾਹਰ ਹੀ ਨਹੀਂ ਆਇਆ ਬੰਦਾ ਮਾੜਾ ਮੋਟਾ ਜ਼ੁਕਾਮ ਹੈ ਖਾਂਗੋ ਕਹਿੰਦੇ ਛੱਡ ਜਾ ਰਿਹਾ ਮੈਨੂੰ ਪੁਲਸ ਨਾਲੋਂ ਕਿਉਂ ਬੇਸਤੀ ਕਰਾਉਣੀਆਂ ਜਦੋਂ ਖੁੱਲੇ ਉਹ ਕਹਿੰਦਾ ਚਾ ਦਵਾਈ ਲੈਣ ਚਲੇ ਜਾਂਦੇ ਉਹ ਜਦ ਦਵਾਈ ਲੈ ਜਾਂਦਾ ਉਹਨੂੰ ਕਹਿੰਦੇ ਭਾਈ ਤੇਰਾ ਤਾਂ ਟੈਸਟ ਕਰਨਾ ਕਸਟਮੀ ਉਹਨਰੇਕ ਦਾ ਉਨ ਨਹੀਂ ਕਰਦੇ ਉਹਨੂੰ ਕਹਿੰਦੇ ਤੇਰਾ ਟੈਸਟ ਕਰਨਾ ਉਹਦੇ ਚੋਂ ਨਿਕਲੂਗੇ ਪੋਜ਼ਿਟਿਵ ਹੋ ਤੇ ਸੋ ਇਹ ਇਸ ਕਰਕੇ ਨਾ ਚਾਹੇ ਪੋਜ਼ਿਟਿਵ ਕੇਸ ਵਾਧੂ ਨੇ ਨਾ ਇਹ ਕੋਈ ਘਬਰਾਉਣਾ ਦੀ ਗੱਲ ਹੈ ਤੇ ਨਾ ਇਹ ਕੋਈ ਪੈਨਿਕ ਕਰਨ ਵਾਲੀ ਗੱਲ ਹੈ ਇਹ ਸਰਕਾਰ ਜਿਹੜੀ ਹੈ ਜਦ ਕਿਸੇ ਬੰਦੇ ਕਹਿੰਦੇ ਬੈਡ ਵਰਕਮੈਨ ਕਾਲਸ ਵਿਦ ਹਿਸ ਟੂਲਸ ਅੰਗਰੇਜ਼ੀ ਵਾਲੇ ਕਹਿੰਦੇ ਨੇ ਪੰਜਾਬੀ ਵਾਲੇ ਕਹਿੰਦੇ ਨੇ ਨਾ ਚ ਨਾ ਜਾਣੇ ਆਂਗਣ ਟੇਡਾ ਇਹਨਾਂ ਦੀ ਕੋ ਗੱਲ ਹੈ ਨਾ ਚ ਨਾ ਜਾਣੇ ਆਂਗਣ ਟੇਡਾ ਜੇ ਇਹ ਕਮਿਟਮੈਂਟ ਨਾਲ ਅਜ ਤੁਰ ਪੈਣਾ ਕੋਰੋਨਾ ਕਰਨਾ ਕੁਛ ਨਹੀਂ ਕਹਿੰਦਾ ਜੀ ਬਿਲਕੁਲ ਸੋ ਅਸੀਂ ਆਪਣੇ ਸਾਰੇ ਉਹਨਾਂ ਦਰਸ਼ਕਾਂ ਲਈ ਇਹ ਪ੍ਰੋਗਰਾਮ ਵਿੱਚ ਖਾਸ ਗੱਲਬਾਤ ਡਾਕਟਰ ਪਿਆਰੇ لال ਗਰਗ ਜੀ ਨੂੰ ਆਪਣੇ ਇਸ ਪ੍ਰੋਗਰਾਮ ਵਿੱਚ ਉਹਨਾਂ ਦੇ ਥਰੂ ਤੁਹਾਡੇ ਤੱਕ ਇਹ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਅਸਲੀ ਪਹਿਲੂ ਨੇ ਕਰੋਨਾ ਵਾਇਰਸ ਨੂੰ ਲੈ ਕੇ ਕੀ احتیاط ਵਰਤ ਸਕਦੇ ਹਾਂ ਤੇ ਕਿੰਨਾ ਕੁ ਸਾਨੂੰ ਇਹਦਾ ਡਰ ਬਿਲਕੁਲ ਇਹਨਾਂ ਦੱਸਿਆ ਕਿ ਡਰ ਵਾਲਾ ਮਾਹੌਲ ਆਪਣੇ ਉੱਪਰ ਇਹਨਾਂ ਤਣਾਅ ਇਸ ਚੀਜ਼ਾਂ ਨਹੀਂ ਬਣਾਉਣਾ ਚਾਹੀਦਾ ਨਾਰਮਲੀ ਆਪਣੀ ਲਾਈਫ ਨੂੰ ਹੌਲੀ ਹੌਲੀ ਜੋ ਹੈ ਅਸੀਂ ਜਿਵੇਂ ਹੈ ਸਾਡੇਵੇਂ ਬਰਕਰਾਰ ਰੱਖਣੇ ਚਾਹੀਦੇ ਜੋ 올ਡ ਏਜ ਵਾਲੇ ਉਹਨਾਂ ਨੂੰ احتیاط ਵਰਤਣੇ ਚਾਹੀਦੇ ਛੋਟੀ ਉਮਰ ਦੇ ਬ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਅਸੀਂ ਉਮੀਦ ਕਰਦੇ ਹਾਂ ਇਸ ਪ੍ਰੋਗਰਾਮ ਵਿੱਚ ਜਿੰਨੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਜ਼ਰੂਰ ਜੋ ਹੈ ਫਾਇਦੇ ਵਿੱਚ ਰਹੇਗੀ ਤੁਸੀਂ ਨਾ ਗੱਲਾਂ ਵਾ ਜ਼ਰੂਰ ਧਿਆਨ ਦੇਣਾ ਤੇ ਤੁਸੀਂ ਆਪਣਾ ਕੀਮਤੀ ਵਕਤ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ ਧੰਨਵਾਦ